ਛੋਟਿਆ ਤੂੰ ਇੰਨਾ ਫਿਕਰ ਕਿਉਂ ਕਰੀ ਜਾਂਦਾ? ਓਏ ਅੱਜ ਤਾਂ ਕਰਮਾ ਭਾਗਾਂ ਵਾਲਾ ਦਿਨ ਹੈ। ਹੈਂ ਬਾਈ, ਤੇਰੇ ਹੁੰਦਿਆਂ ਭਲਾ ਮੈਨੂੰ ਕਾਹਦਾ ਫਿਕਰ? ਇਹ ਤਾਂ ਚਿੱਤ ਕਿਤੇ ਉਈ ਕਾਉਮੋ ਜਿਹਾ ਕਰ ਜਾਂਦਾ। ਓਏ ਆਪਣਾ ਪਤਾ, ਉਹਨੂੰ ਸਲਾਹ ਦੇ ਰਿਹਾ। ਅੱਜ ਜਦੋਂ ਜੱਸਾ ਹੋਣਾ ਸੀ, ਤੁਰ ਤੁਰ ਕੇ ਸਾਰਾ ਵਿਹੜਾ ਪੋਲਾ ਕਰਤਾ, ਇਧਰੋਂ ਉਧਰ, ਉਧਰੋਂ ਇਧਰ। ਬਾਪੂ ਜੀ, ਸੱਚੀ ਗੱਲ ਦੱਸਾਂ, ਹਾਲ ਮੇਰਾ ਵੀ ਇਹੀ ਹੈ। ਬਾਈ ਕੋਲੇ ਤਾਂ ਕੋਈ ਪੁੱਛਣ ਦੱਸਣ ਨੂੰ ਨਹੀਂ ਸੀ। ਮੈਂ ਤਾਂ ਉਹ ਬਲੂੰਗੜੇ ਜੇ ਜੱਸੇ ਨੂੰ ਪੁੱਛੀ ਜਾਂਦਾ ਕਈ ਦਿਨਾਂ ਦਾ। ਮੈਂ ਹੋਵੇ ਚਾਚੇ ਦੇ ਕੋਠੇ ਤੇ ਚਿੜੀ ਕੇ ਕਾਂ, ਬੋਲਦਾ ਹੀ ਨਹੀਂ। ਓਏ ਉਹਨੂੰ ਪਤੰਦਰ ਨੂੰ ਤਾਂ ਪੁੱਛ ਪੁੱਛ ਕੇ ਹਾਰ ਗਏ, ਉਹ ਨਹੀਂ ਬੋਲਦਾ। ਸਰਦਾਰ ਜੀ, ਉਹ ਜੱਦੀ ਸਰਦਾਰਾਂ ਦਾ ਮੁੰਡਾ ਜੀ, ਇੰਨਾ ਸੌਖਾ ਥੋੜੀ ਮੰਨ ਜੂ। ਜਦੋਂ ਦਿਲ ਕਰੂ ਉਦੋਂ ਬੋਲੂ। ਉਹ ਕਮਲਿਓ, ਬੱਚਾ ਹਮੇਸ਼ਾ ਪਹਿਲਾ ਸ਼ਬਦ ਮਾਂ ਬੋਲਦਾ, ਕੋਈ ਚਿੜੀ ਕਾਂ ਨਹੀਂ, ਇਹ ਵੀ ਮਾਂ ਹੀ ਬੋਲੂ। ਲੈ ਬਾਪੂ ਜੀ, ਐਂ ਕਿਵੇਂ ਮਾਂ? ਸਾਰਾ ਦਿਨ ਤਾਂ ਮੇਰੇ ਮੋਢਿਆਂ ਤੇ ਬੈਠਾ ਰਹਿੰਦਾ। ਜੇ ਕਹੂ ਚਾਚਾ ਹੀ ਕਹੂ। ਸਰਦਾਰ ਜੀ, ਵਧਾਈ ਹੋਵੇ, ਮੁੰਡਾ ਹੋਇਆ। ਲਓ ਜੀ ਹੋ। ਵਾਹ ਪੁੱਤਰੋ, ਤੁਸੀਂ ਤਾਂ ਪੋਤਰਿਆਂ ਦਾ ਮੂੰਹ ਵਿਖਾ ਕੇ ਨਾ ਮੇਰੀ 100 ਸਾਲ ਉਮਰ ਵਧਾ ਦਿੱਤੀ। ਸਰਦਾਰ ਜੀ, ਇਹਦਾ ਮਤਲਬ ਐਤਕੀ ਵਾਰ ਲੋਹੜੀ ਤੇ ਲਾਗੇ ਤਾਗੇ ਪਿੰਡਾਂ 'ਚ ਪਤਾ ਲੱਗ ਜੂ। ਓਏ ਗੋਗੀ ਸਿਆ, ਹਾਂਜੀ, ਮੇਰੇ ਭਰਾ ਦੇ ਘਰ ਪੁੱਤਰ ਹੋਇਆ, ਕੋਈ ਛੋਟੀ ਜੀ ਗੱਲ? ਤੂੰ ਲਾਗੇ ਤਾਗੇ ਪਿੰਡਾਂ ਦੀ ਗੱਲ ਕਰਦਾ? ਮੈਂ ਸਾਰੇ ਪੰਜਾਬ 'ਚ ਰੌਲਾ ਪਵਾ ਦੂੰ। ਪੈਣਾ ਚਾਹੀਦਾ ਜੀ। ਲਾਡੂ ਪੁੱਤ, ਲੈ ਇਹ ਤਾਂ ਵੱਡੀ ਮਾਂ ਨੇ ਚੱਕ ਲਿਆ, ਹੁਣ ਵੱਡੀ ਮਾਂ ਤੇ ਹੋ ਗਿਆ। ਚਿਰਿਆ, ਤੇਰਾ ਮੁੰਡਾ ਤਾਂ ਜਮਾਂ ਤੇਰੇ ਤੇ ਨਹੀਂ ਗਿਆ ਯਾਰ, ਇਹ ਤਾਂ ਸੋਹਣਾ ਹੀ ਬਾਲਾ ਹੈ। ਐਵੇਂ ਨਾ ਮੇਰੇ ਦਿਓਰ ਨੂੰ ਤੁਸੀਂ ਚੰਗਾ ਮਾੜਾ ਆਖਿਆ ਕਰੋ, ਕਿਉਂ ਵੀ ਸ਼ੇਰੇ? ਬਿਲਕੁਲ 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 ਭਾਬੀ। ਲੈ ਫੜ ਆਪਣੇ ਪੁੱਤ ਨੂੰ, ਲਾ ਸੀਨੇ ਨਾਲ, ਦੇਖ ਨਾ ਲਈ, ਧਿਆਨ ਨਾਲ, ਧਿਆਨ ਨਾਲ। ਬਾਪੂ ਜੀ, ਬਾਕੀ ਗੱਲਾਂ ਦੀਆਂ ਗੱਲਾਂ, ਪਿਓ ਬਣਨ ਵਾਲਾ ਵੀ ਅਹਿਸਾਸ ਬਾਹਲਾ ਵੱਖਰਾ ਹੈ। ਹਾਂ ਬਈ, ਲੈ ਲੈ, ਇਹ ਤਾਂ ਗੱਲ ਸਹੀ ਹੈ। ਬੱਚਿਆਂ ਦੇ ਮੂੰਹ 'ਚ ਦੁੱਧ ਦੀਆਂ ਬੋਤਲਾਂ ਪਾਤੀਆਂ, ਇਹਨਾਂ ਦੇ ਮੁੱਕਣ ਤੋਂ ਪਹਿਲਾਂ ਪਹਿਲਾਂ ਮੈਨੂੰ ਆਪਣੀ ਪੈੜੀ ਸਾਫ਼ ਚਾਹੀਦੀ ਆ। ਆ ਗਈ ਸਮਝ? ਕਰਕੇ ਉਸਦਾ ਪਾਸਾ ਤਾਂ ਜ਼ਰੂਰ ਮਾਰਿਆ ਗਿਆ, ਪਰ ਸਾਡੇ ਵੱਲੋਂ ਹਰ ਮਹੀਨੇ ਉਸਦੇ ਘਰ ਪੈਸੇ ਜ਼ਰੂਰ ਪਹੁੰਚਿਆ ਕਰਨਗੇ।
तेरी बल्ले ओ बल्ले छा गया ओए किन्नी उच्ची मारी आ ओ गुरु वे दा कुछ भी नहीं जदों मैं मारी सी ना नाल दे पिंडो गुल्ली लेके आंदी सी थोड़ी कट रे कट चल फिर फिरनी तक ला ले यार ओ कट तो हो ही नहीं सकदा यार यार मना कर दे यार के जदो तेरा व्याह होया ना 100 फेर कढ़ने ए तां पटाके चला रहे ने ना पर आपा पटाके पाउणे आ आ पिंड वालियां नूं तां पता लगे कि जसे दे छोटे भरा दा व्याह है कोई छोटी मोटी गल आ गल सुन छोटे जद मेरे छोटे पुत्र दा व्याह होया ना रिबन कटाई दे दियां सालियां भावे 5100 मंगन ते भावे 2100 आपा 1000 ही देना है पता तो लगे जद्दी सरदारा दे मुंडे दा व्याह है क्यों भाई अपना नगर पिछले कई सालों तो ट्रैक्टरां दी दौड़ करवाउंदा आ रहा है ते अज इत्थे पहुंचे हुए सारे सज्जना दा मुख मेहमान जी ते सारे दौड़ विच हिस्सा लैण आए गभरुआं दा मैं तह दिल तो इत्थे आउण ते स्वागत करदा मैनूं लगदा थोड़ियां अखां नूं किसे खास बंदिआं दा इंतजार है ते लाओ ओ इंतजार भी खत्म होण जा रहा है ओ दो गभरू पहुंच चुके हैं दौड़ मैदान दे विच ए जद्दी सरदारा दे मुंडे पहुंच चुके हैं मैदान दे विच एक पासे जस्सा दूजे पासे जीता हुण कुंडियां दे सिंघ फसणगे अखे कुंडियां दे सिंघ फस के कोई नित्रू बड़े में खानी ट्रैक्टरां दे सलंसरां चो धुआं वरोले दे दे निकल रहा मुंडियां दे चेहरे अंगारा वांग तकदे पए ने बस दौड़ शुरू होण च थोड़ा जा समा बाकी है ते लाओ दौड़ दा इशारा हो गया चाचे ताए दे पुत्तां दा इन्ना प्यार देख के रूह खुश होगी मेरी दुआ है वे तुसी इवें ही इक ते 11 बन के रहो कदे दो ना हो ਹਾਂ
ਰਹਿ ਗਿਆ ਕੀ ਰੁਤਬਾ ਜੇ ਗੋਲੇਬਾਜ਼ੀਆਂ ਜੇ ਤੌਣ ਲੱਗ ਪਏ ਸਿੱਖ ਯਾਰੀ ਚ ਨਾ ਬਾਈ ਪਾਸ ਕਰਨਾ ਨਹੀਂ ਤਾਂ ਹੀ ਚਰਚੇ ਦੇ ਹੋਣ ਲੱਗ ਪਏ ਇੱਕ ਮੌਤ ਦੀ ਦੇ ਉੱਤੇ ਪੈਂਦਾ ਨੱਚਣਾ ਇੱਕ ਮੌਤ ਦੀ ਦੋਵੇਂ ਭੈਣਾਂ ਇਕੱਠੀਆਂ ਰੋਟੀ ਬਣੂ ਅੱਜ ਕੇ ਗੱਲਾਂ ਹੀ ਬਣ ਗਈਆਂ ਮੈਂ ਕੀ ਕਰਾਂ ਬਾਪੂ ਜੀ ਸੁਖੀ ਭੈਣ ਕੋਈ ਕੰਮ ਕਰਨ ਦੇਵੇ ਤਾਂ ਨਾ ਮੈਨੂੰ ਤਾਂ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਾਉਣ ਦਿੰਦੇ ਲੈ ਦੱਸ ਮੇਰੇ ਹੁੰਦੇ ਤੂੰ ਕਾਹਤੋਂ ਕੰਮ ਕਰਨਾ ਮੈਂ ਹੈਗੀ ਆ ਨਾ ਨਾਲੇ ਰੋਟੀ ਦੀ ਕਿਹੜੀ ਗੱਲ ਆ 10 ਮਿੰਟ ਚ ਤਾਂ ਮੈਂ ਰੋਟੀ ਬਣਾ ਲੈਣੀ ਆ ਅੱਜ ਆਪਾਂ ਨੂੰ ਰੋਟੀ ਨਹੀਂ ਖਵਾਉਂਦੀਆਂ ਬਾਪੂ ਜੀ ਅੱਜ ਤੇ ਆਪਣੇ ਪੁੱਤਰਾਂ ਦੇ ਪਸੰਦ ਦੀ ਕੋਈ ਚੀਜ਼ ਬਣ ਰਹੀ ਹੋਣੀ ਹੈ ਕੜਾਹ ਬਣ ਰਿਹਾ ਉਹ ਵੀ ਮੂੰਗੀ ਦਾ ਬਣੇ ਵੀ ਕਿਉਂ ਨਾ ਮੁੰਡੇ ਜਿੱਤ ਕੇ ਜੂ ਆ ਰਹੇ ਆ ਹਾਂਜੀ ਉਹ ਤਾਂ ਹੈ ਆ ਜਾ ਮਿੰਦ ਆਪਾਂ ਬਾਪੂ ਜੀ ਵਾਸਤੇ ਫੁਲਕੇ ਬਣਾ ਦੇ ਹਾਂਜੀ ਚਲੋ ਆ ਜਾ ਤੂੰ ਸਬਜ਼ੀ ਨੂੰ ਤੜਕਾ ਲਾ ਲਾ ਫਟਾਫਟ ਮੈਂ ਆਟਾ ਗੁੰਨ ਲੈਣੀ ਆ ਬਾਪੂ ਜੀ ਸਲਾਹ ਕਰਨੀ ਸੀ ਤੁਹਾਡੇ ਨਾਲ ਫੁਲਕੇ ਬਣ ਜਾਣਗੇ ਦੱਸੋ ਪਿੰਡ ਦੀ ਫਿਰਨੀ ਤੇ 10 ਕਿੱਲੇ ਜ਼ਮੀਨ ਮਿਲਦੀ ਸੀ ਵਿਕਾਓ ਅੱਛਾ ਤੇ 20 ਲੱਖ ਨੂੰ ਕਿੱਲਾ ਬੋਲਦੇ ਆ ਮੈਂ ਸੋਚਦਾ ਸੀ ਲੈਣਾ ਲਈਏ ਜ਼ਰੂਰ ਇਹ ਚ ਸੋਚਣ ਵਾਲੀ ਕਿਹੜੀ ਗੱਲ ਆ ਲੈ ਲੈਨੇ ਆ ਵੈਸੇ ਬਿਆਨਾ ਤਾਂ ਮੈਂ ਦੇ ਆਇਆ ਬਾਕੀ ਦੇ ਪੈਸੇ ਕੱਲ ਨੂੰ ਦੇ ਕੇ ਰਜਿਸਟਰੀ ਵੀ ਕਰਾ ਲੈਨੇ ਆ ਠੀਕ ਆ ਸਤਿ ਸ੍ਰੀ ਅਕਾਲ ਵੀਰੇ ਮੱਥਾ ਟੇਕਦਾ ਬਾਪੂ ਜੀ ਜਿਉਂਦਾਰ ਹੈ ਬਾਈ ਇੱਕ ਗੱਲ ਕਰਨੀ ਆ ਹਾਂ ਬੋਲ ਬਚਨ ਸਿਓ ਆਇਆ ਅੱਜ ਮੇਰੇ ਕੋਲੇ ਖੇਤ ਉਹ ਆਪਦੇ  6 ਕਿੱਲੇ ਵੇਚਦਾ ਤੂਤਾਂ ਵਾਲੇ 30 ਲੱਖ ਰੁਪਈਆ ਮੰਗਿਆ ਮੈਂ ਠੋਕ ਕੇ ਹਾਂ ਕਰਿਆ ਸਵੇਰ ਨੂੰ ਆਪਾਂ ਪੈਸੇ ਦੇ ਕੇ ਪੈੜੀ ਲੈ ਲੈਣੀ ਹੈ ਪਿੰਡ ਦੀ ਫਿਰਨੀ ਤੇ 10 ਕਿੱਲਿਆਂ ਦਾ ਟੱਕ ਮਿਲਦਾ ਉਹ ਵੀ 20 ਲੱਖ ਨੂੰ ਕਿੱਲਾ ਜੱਗਾ ਬਿਆਨਾ ਦੇ ਆਇਆ ਕੱਲ ਉਹ ਲਵਾਂਗੇ ਪਰ ਬਾਪੂ ਜੀ ਮੈਂ ਤਾਂ ਜ਼ੁਬਾਨ ਦੇ ਆਇਆ ਜਿਵੇਂ ਪੱਥਰ ਤੇ ਲਕੀਰ ਮਾਰ ਕੇ ਜੇ ਤੂੰ ਜ਼ੁਬਾਨ ਦੇ ਆਇਆ ਨਾ ਤੇ ਫਿਰ ਕੱਲ ਨੂੰ ਉਹੀਓ ਲਵਾਂਗੇ ਪਰ ਬਾਈ ਜੀ ਜਿਹੜਾ ਤੁਸੀਂ ਉਹ ਬਿਆਨੇ ਦੀ ਗੱਲ ਕਰਦੇ ਹੋ ਬਿਆਨਾ ਦੇ ਆਏ ਉਹ ਕਮਲਿਆ ਮੈਂ ਤਾਂ ਬਿਆਨਾ ਹੀ ਦਿੱਤਾ ਪਰ ਜਿਹੜੀ ਚੀਜ਼ ਤੂੰ ਦੇ ਆਇਆ ਨਾ ਉਹ ਪੈਸੇ ਨਾਲੋਂ ਕਿਤੇ ਵੱਧ ਹੈ ਮੇਰੇ ਲਈ ਮੇਰੇ ਭਰਾ ਦੀ ਜ਼ਬਾਨ ਨਾਲੋਂ ਵੱਡੀ ਕੋਈ ਚੀਜ਼ ਨਹੀਂ ਵਾਹਿਗੁਰੂ ਤੇਰਾ ਸ਼ੁਕਰ ਹੈ ਬਾਈ 100 ਲੱਗੇ ਮੈਂ ਜੇ 7 ਜਨਮ ਲਾਵਾਂ ਨਾ ਤੇ 7 ਜਨਮ ਤੂੰ ਮੇਰਾ ਭਰਾ ਹੋਵੇਂ ਤੇਰੇ ਵਰਗਾ ਭਰਾ ਨਹੀਂ ਲੱਭਣਾ ਮੈਨੂੰ ਤੈਨੂੰ ਕੀ ਹੋ ਗਿਆ ਭਰਾਵਾ ਅੱਗੀ ਬਹੁਤ ਲੇਟ ਆਏ ਯਾਰ ਹੋ ਜਾ ਸਟਾਰਟ ਉਹ ਬੰਦ ਕਰ ਇਹਨੂੰ ਆ ਲਓ ਜੀ ਹਾਂ ਬਈ ਕੀ ਹੋ ਗਿਆ ਦੇ ਗਿਆ ਜਵਾਬ ਉਹ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਔਖੇ ਵੇਲੇ ਜੱਟਾਂ ਦੇ ਟਰੈਟ ਕੰਮ ਆਉਂਦੇ ਆ ਇਹ ਬੰਬੂ ਕਾਰਡ ਥੋੜਾ ਆਉਣਗੇ ਹਾਂ ਉਹ ਬਾਈ ਇਹਨੂੰ ਮਾੜਾ ਟੇਡਾ ਕਰਕੇ ਸਟਾਰਟ ਕਰਨਾ ਸੀ ਉਹ ਟੇਡਾ ਕਰਨ ਨੂੰ ਇਹ ਲਮਰੇਟਾ ਸਕੂਟਰ ਆ ਤੇ ਫਿਰ ਲਮਰੇਟਾ ਲੈ ਲਓ ਘੱਟੋ ਘੱਟ ਸਟਾਰਟ ਤਾਂ ਹੁੰਦਾ ਨਾ ਟੇਡਾ ਕਰਕੇ ਇੱਕ ਦਿਨ ਬਾਈ ਟਰਾਟਰ ਬੰਦ ਹੋ ਗਿਆ ਮੈਂ ਐਦਾਂ ਟੇਡਾ ਕਰਕੇ ਸਿੱਧਾ ਕੀਤਾ ਸੈਲਫ ਮਾਰੀ ਸਟਾਰਟ ਓ ਮੇਰੇ ਸੱਚੇ ਪਾਤਸ਼ਾਹ ਉਹ ਇਹਨੂੰ ਝੂਠਾਂ ਦਾ ਪਾਪ ਨਹੀਂ ਲੱਗਦਾ ਓਏ ਕਹਾਵਤ ਸੁਣੀ ਆ ਤੂੰ ਕਿਹੜੀ ਕਹਿੰਦੇ ਬਿੱਠਲ ਪੁੱਤ ਨਾ ਜੰਮੇ ਧੀ ਅੰਨੀ ਚੰਗੀ ਇੱਦਾਂ ਲੱਗ ਗਈ ਸਾਲੇ ਇੱਕ ਤਾਂ ਯਾਰ ਤੁਸੀਂ ਯਕੀਨ ਨਹੀਂ ਕਰਦੇ
ਹਲਕਾ ਜਿਹਾ ਹਲਾਇਆ ਸੀ, ਮੈਂ ਖੋ ਗਿਆ ਸੀ ਸਟਾਰਟ। ਓ ਯਾਰ ਸਵੇਰੇ ਸਵੇਰੇ ਨਾ ਸ਼ੁਰੂ ਹੋ, ਮੈਂ ਅੱਗੇ ਹੀ ਲੇਟ ਆ, ਮੈਚ ਆ ਮੇਰਾ। ਵੱਡਾ ਬਾਜਾ ਖਾਨਾ, ਨਾ ਤੇਰੇ ਬਿਨਾ ਮੈਚ ਨਹੀਂ ਹੁੰਦੇ ਓਏ। ਚੱਲ ਆ ਛੱਡਦਾ ਮੈਂ ਤੈਨੂੰ ਟਰੈਕਟਰ ਤੇ। ਹੋਰ ਕੀ, ਉਹ ਟਰੈਟ ਬਣਾ ਜੱਟ ਕਾਹਦਾ। ਚਲੋ ਫਿਰ ਕਾਲਜ ਕੁੜੀਆਂ, ਲੈ ਚਾਬੀ ਦੇ ਦੀ ਇਹਦੀ। ਆ ਲਓ ਲਓ ਜੀ ਚਾਵਲ ਜੀ, ਅੰਦਰ ਲਾ ਦੀ ਇਹਨੂੰ। ਉਹ ਯਾਰ ਇੱਕ ਨਾ ਰੱਖ ਲਓ, ਜਾਂ ਚਵਲ ਰੱਖ ਲਓ, ਜਾਂ ਲੱਡੂ ਰੱਖ ਲਓ, ਸਾਡੀ ਜ਼ਿੰਦਗੀ 'ਚ ਕੁੜੀਆਂ ਹੈ ਹੀ ਨਹੀਂ ਆ। ਓਕੇ ਓਕੇ ਸਟਾਰਟ ਹੋ ਗਿਆ। ਚੱਲ ਫਿਰ ਗੇੜੀ ਸਹੀ। ਉਹ ਬਾਈ ਯਾਰ ਸਾਰੇ ਆਲੇ ਦੁਆਲੇ ਵਾਲੇ ਦੇਖੀ ਜਾਂਦੇ ਆ ਯਾਰ, ਟਰੈਕਟਰ ਤੇ ਬੁਰਾ ਜਿਹਾ ਤਾਂ ਨਹੀਂ ਲੱਗਦਾ ਮੈਂ? ਤੇ ਫਿਰ ਜੱਟਾਂ ਦੇ ਕਾਹਤੋਂ ਜੰਮਣਾ ਸੀ ਤੂੰ, ਹੋਰ ਥਾਂ ਦੇਖ ਲੈਂਦਾ। ਬਾਈ ਬਸ ਹੁਣ ਅੰਦਰ ਥੋੜ੍ਹੀ ਲੈ ਕੇ ਜਾਏਗਾ। ਆਹ ਜੱਟ ਦਾ ਜਹਾਜ਼ਾ ਛੋਟੇ, ਤੂੰ ਦੇਖੀ ਚੱਲ, ਅੰਦਰੇ ਜਾ ਕੇ ਲੈਂਡ ਕਰੂ ਪ੍ਰਿੰਸੀਪਲ ਦੇ ਕਮਰੇ ਮੂਹਰੇ। ਬਾਈ ਇਹਨਾਂ ਨੇ ਰੋਕ ਲੈਣਾ, ਉਹ ਹੱਦ ਆ ਬਾਈ ਯਾਰ, ਰੋਕਣ ਦੀ ਥਾਂ ਸਲੂਟ ਮਾਰ ਗਏ ਸਾਲੇ। ਸਾਰੀ ਦੇਸੀ ਇਹਨਾਂ ਨੂੰ ਵੀ ਆਈ ਆ ਪਿੰਡੋਂ ਲਿਆ ਲਿਆ ਕੇ। ਉਹ ਆ ਗਿਆ, ਆ ਗਿਆ ਯਾਰ, ਹੁਣ ਥੋੜੀ ਤਾਂ ਆ ਗਿਆ, ਤੁਸੀਂ ਰੈਡੀ ਰਹੋ। ਉਹ ਕਿਸੇ ਵੇਲੇ ਕੁੜੀਆਂ ਦਾ ਖੜਾ ਛੱਡ ਦਿਆ ਕਰ, 24 ਘੰਟੇ। ਉਹ ਹੈਲੋ, ਤੈਨੂੰ ਅਕਲ ਨਹੀਂ ਹੈਗੀ ਸਿੱਧਾ ਅਸਮਾਨ ਉੱਡ ਗਿਆ। ਕੁੜੀ ਸਾਡੀ ਦੀ ਜਾਨ ਕੱਢ ਕੇ ਰੱਖਤੀ ਸੀ, ਕਿੱਡਾ ਬਸ਼ਰਮ ਮੁੰਡਾ। ਚੱਲ ਰੂਹ ਪਾਪਾ ਚੱਲੀਏ। ਚਲੋ ਬਾਈ, ਕਲਾਸ ਕਲੂਸ ਵੀ ਲਾਉਣੀ ਆ ਜਾਨਾ। ਐਡੀ ਕੀ ਗੱਲ ਸੀ ਜਿਹੜੀ ਤੁਸੀਂ ਪੰਚਾਇਤ ਬੁਲਾ ਲਈ? ਮਸਲਾ ਬੈਠ ਕੇ ਵੀ ਤਾਂ ਨਿਬੇੜਿਆ ਜਾ ਸਕਦਾ ਸੀ ਨਾ, ਇੰਜ ਨਿਬੇੜਾ ਕਿਵੇਂ ਹੋਜੂ? ਇਹਨੇ ਸ਼ਰੇਆਮ ਗਾਲ ਕੱਢੀ ਆ, ਇਹਦਾ ਨਿਬੇੜਾ ਤਾਂ ਹੁਣ ਪੰਚਾਇਤ 'ਚ ਹੀ ਹੋਊ। ਗਾਲ ਹੀ ਕੱਢੀ ਹੈ, ਇਹਦਾ ਗਾਟਾ ਤਾਂ ਹੀ ਲਾਇਆ। ਓਏ ਪੰਚਾਇਤ ਹੈ, ਉੱਚੀ ਆਵਾਜ਼ 'ਚ ਗੱਲ ਕਰਨ ਦੀ ਇੱਥੇ ਕਿਸੇ ਨੂੰ ਇਜਾਜ਼ਤ ਨਹੀਂ। ਹਾਂਜੀ ਬਜ਼ੁਰਗੋ, ਦੱਸੋ ਕੀ ਗੱਲ ਸੀ? ਮੈਂ ਦੱਸਦਾ ਜੀ ਸਰਪੰਚ ਸਾਹਿਬ, ਕੱਲ੍ਹ ਰਾਤ ਬਾਹਰਲੇ ਅੱਡੇ 'ਤੇ ਸੁੱਖ ਅਤੇ ਬੰਤ ਨੇ ਪਿੰਦੀ ਨਾਲ ਬਹਿਸ ਕੀਤੀ। ਬਹਿਸ ਇੰਨੀ ਵੱਧ ਗਈ ਕਿ ਦੋਨਾਂ ਨੇ ਪਿੰਦੀ ਨੂੰ ਗਾਲਾਂ ਕੱਢਤੀਆਂ। ਹੁਣ ਪਿੰਦੀ ਇਸ ਗੱਲ ਦਾ ਇਨਸਾਫ ਮੰਗਦਾ ਕਿ ਇਹਨਾਂ ਨੇ ਮੈਨੂੰ ਲੋਕਾਂ 'ਚ ਗਾਲਾਂ ਕੱਢੀਆਂ। ਉਹ ਨਿੱਕਾ ਕਹਿ ਰਿਹਾ ਸੀ ਉਹਨੇ ਨਾ ਦਾਰੂ ਪੀਤੀ ਹੋਈ ਸੀ, ਨਹੀਂ ਪਤਾ ਲੱਗਿਆ ਉਹਨੂੰ। ਅਤੇ ਫਿਰ ਨਿੱਕੇ ਨੂੰ ਸਮਝਾ, ਉਨੀ ਪੀਆ ਕਰੇ ਜਿੰਨੀ ਪਚਾ ਲਏ, ਅਤੇ ਜੇ ਪੀ ਕੇ ਲੋਕਾਂ 'ਤੇ ਖਰੀ ਕੀਤੀ ਇਹ ਬਰਦਾਸ਼ਤ ਨਹੀਂ ਹੋਣੀ। ਉਹ ਇੰਨਾ ਗਾਲ ਗਲੋਚ ਤਾਂ ਸਾਡੀ ਬੋਲੀ 'ਚ ਹੀ ਹੈ, ਗਾਲ ਗੂਲ ਨਾਲ ਕੀ ਹੁੰਦਾ? ਉਹ ਨਾਲੇ ਜਿਹੜਾ ਗਾਲ ਨਾ ਕੱਢੇ ਉਹ ਜੱਟੀ ਕਾਹਦਾ ਹੈ? ਗਾਲਾਂ ਨੂੰ ਬੋਲੀ ਨਾਲ ਜੋੜ ਕੇ ਸਾਡੀ ਮਾਂ ਬੋਲੀ ਨੂੰ ਨਾ ਵਿਗਾੜੋ। ਨਾਲੇ ਜੱਟ ਕੰਮਾਂ ਕਾਰਾਂ ਨਾਲ ਬਣੀਦਾ, ਗਾਲਾਂ ਨਾਲ ਨਹੀਂ ਬਣੀਦਾ। ਜੇ ਖੂਨ 'ਚ ਇੰਨੀ ਗਰਮੀ ਹੈ ਤਾਂ ਖੇਤਾਂ 'ਚ ਜਾ ਕੇ ਆਪ ਕੰਮ ਕਰੋ, ਮਜ਼ਦੂਰਾਂ ਤੋਂ ਕਿਉਂ ਕਰਾਉਣੇ? ਪਹੁੰਚ ਭਰਤੀ ਹੋ ਜਾਓ। ਆਇਆ ਵੱਡਾ ਜੱਟ ਦੀ ਪਰਿਭਾਸ਼ਾ ਸਮਝਾਉਣ ਵਾਲਾ, ਸਰਪੰਚੀ ਦੇ ਨਾਲ ਨਾਲ ਮਾਸਟਰ ਵੀ ਬਣ ਗਿਆ ਇਹ। ਆਪਾਂ ਬਹੁਤੀਆਂ ਗੱਲਾਂ ਨਾ ਕਰੀਏ ਕੰਤਿਆ, ਤੂੰ ਨਿੱਕੇ ਅਤੇ ਸੁੱਖੇ ਨੂੰ ਕਹਿ ਪਿੰਦੀ ਤੋਂ ਮਾਫ਼ੀ ਮੰਗਣ ਅਤੇ ਅੱਗੇ ਤੋਂ ਐਸੀ ਹਰਕਤ ਨਾ ਕਰਨ। ਸਰਪੰਚ ਸਾਹਿਬ, ਜੇ ਮੈਂ ਕਹਾਂ ਮੇਰਾ ਭਰਾ ਮਾਫ਼ੀ ਨਹੀਂ ਮੰਗੂਗਾ ਫਿਰ?
ਤਾਂ ਇਹ ਸੋਚ ਲੈ ਪੰਚਾਇਤ ਹੈ, ਨਹੀਂ ਤਾਂ ਹੁਣ ਤੱਕ ਤੇਰਾ ਛੋਟਾ ਭਰਾ ਤੇ ਉਹਦੇ ਨਾਲ ਦਾ ਗੋੜਨੀਆਂ ਪਾਰ ਹੋ ਕੇ ਮਾਫ਼ੀ ਮੰਗ ਚੁੱਕੇ ਹੁੰਦੇ। ਇਹ ਤੂੰ ਚੰਗਾ ਸੀ ਇਹਦਾ ਘਾਟਾ ਲਾ ਦਿੰਦਾ। ਗਲਤੀ ਹੋ ਗਈ ਪਿੰਦੀ, ਮਾਫ਼ ਕਰ ਦੀ। ਗਲਤੀ ਹੋ ਗਈ ਪਿੰਦੀ, ਮਾਫ਼ ਕਰ ਦੇ। ਇੱਕ ਗੱਲ ਹੋਰ, ਤੇਰੇ ਪਰਿਵਾਰ ਨਾਲ ਸਾਡਾ ਪੁਰਾਣਾ ਸੰਬੰਧ ਹੈ, ਇਸ ਲਈ ਲਿਹਾਜ਼ ਕਰਦਾ, ਥੋੜ੍ਹਾ ਸੰਭਲ ਕੇ ਰਿਹਾ ਕਰ, ਸਮਝ ਗਏ? ਚੰਗਾ ਬਾਈ, ਚੱਲਦੇ ਹਾਂ, ਰਲ ਮਿਲ ਕੇ ਰਿਹਾ ਕਰੋ ਸਾਰੇ, ਹੈਂ? ਚੰਗਾ ਬਜ਼ੁਰਗੋ, ਸਤਿ ਸ਼੍ਰੀ ਅਕਾਲ। ਸਰਪੰਚ, ਆ ਤੂੰ ਭਾਜੀ ਪਾ ਚੱਲਿਆ, ਜਿਸ ਦਿਨ ਮੇਰੀ ਜੜ ਹੇਠਾਂ ਆਇਆ ਨਾ, ਮੋੜੂ ਮੈਂ ਵੀ ਪੱਕੀ। ਬੰਤਾ। ਹਾਂਜੀ ਬਾਈ। ਯਾ ਗਲਾਸ ਵੜ ਇੱਥੋਂ, ਨਾਲੇ ਪਾਣੀ ਲਿਆ। ਬਾਈ ਤੂੰ ਬਾਹਰੋਂ ਹੀ ਪੀ ਕੇ ਆਇਆ, ਬਸ ਕਰ ਹੁਣ, ਇੰਨਾ ਵੀ ਕਾਹਦਾ ਗੁੱਸਾ ਯਾਰ। ਬਾਲੀ ਜ਼ਬਾਨ ਨਾ ਚਲਾ, ਜਿੰਨਾ ਕਿਹਾ ਉਨਾ ਕਰ। ਕੀ ਗੱਲ ਵੇ, ਕਿਉਂ ਅੱਖਾਂ ਕੱਢ ਰਿਹਾ ਨਿੱਕੇ ਨੂੰ? ਹੈਂ, ਜਿੱਥੇ ਅੱਖਾਂ ਕੱਢਣੀਆਂ ਸੀ ਉੱਥੇ ਤਾਂ ਕੱਢ ਨਹੀਂ ਹੋਈਆਂ, ਉੱਥੇ ਤਾਂ ਨੀਵੀਂ ਪਾ ਕੇ ਆ ਗਿਆ। ਮਾਰਦਾ ਇੱਥੇ ਰੋਬ ਹੁਣ। ਓਏ ਮਾਂ, ਤੈਨੂੰ ਕਿ ਅੰਦਰ ਜਾਵੜੇ, ਐਵੇਂ ਮਗ ਚੱਟੀ ਜਾਂਦੀ ਆ। ਬੇਬੇ ਤੂੰ ਜਾ ਅੰਦਰ, ਮੈਂ ਕਰਦਾ ਬਾਈ ਦਾ ਮੂਡ ਸੈੱਟ। ਆਹੋ, ਹੁਣ ਕੋਈ ਸਵਾਹ ਕੇ ਖਾਓ ਫਿਰ ਹੋ ਜੂ ਸੈੱਟ। ਗਲਤੀ ਬਾਈ ਦੀ ਨੀ, ਮੇਰੀ ਸੀ, ਨਾ ਹੀ ਬਾਈ ਨੇ ਮਾਫ਼ੀ ਮੰਗੀ ਹੈ, ਉਹ ਤਾਂ ਜਗਤਾਰ ਸਿੰਘ ਕਰਕੇ ਮੰਗਣੀ ਪੈ ਗਈ। ਬੇ ਉਸ ਟੱਬਰ ਦੀਆਂ ਭਾਜੀਆਂ ਤਾਂ ਹੁਣ ਤੱਕ ਨੀ ਲਈਆਂ ਸਾਡੇ ਕੋਲੋਂ। ਸੋਚਿਆ ਸੀ ਦੋ ਪੁੱਤ ਨੇ, ਕੋਈ ਤਾਂ ਬਦਲਾ ਲਊ, ਬੇ ਤੁਹਾਡੇ ਨਾਲ ਤਾਂ ਦੋ ਕੁੜੀਆਂ ਹੀ ਜੰਮ ਲੈਂਦੀ। ਬੇਬੇ ਤੂੰ ਹੁਣ ਦੇਖੀ, ਜੇ ਜੱਗੇ ਹੋਰਾਂ ਦੇ ਸਾਰੇ ਟੱਬਰ ਨੂੰ ਅੱਗੇ ਨਾ ਲਾਇਆ ਤਾਂ। ਜਾ ਵੇ ਜਾ, ਟਰੈਕਟਰ ਦੌੜ ਚ ਤਾਂ ਅੱਗੇ ਲੰਘਿਆ ਨਹੀਂ ਗਿਆ, ਹੁਣ ਲਾਉਂਗੇ ਇਹਨਾਂ ਨੂੰ ਅੱਗੇ। ਚੁੱਪ ਕਰ ਜਾ, ਗੋਲੀ ਮਾਰ ਦੂੰ ਮੈਂ ਤੇਰੇ। ਬੇ ਤੂੰ ਗੋਲੀ ਮਾਰਨੀ ਤਾਂ ਉਹਨਾਂ ਤੇ ਮਾਰ, ਜਿਨ੍ਹਾਂ ਨੇ ਤੇਰੇ ਪਿਓ ਦੇ ਗੋਲੀ ਮਾਰ ਕੇ ਸਾਰੀ ਉਮਰ ਵੀ ਪਾਸਾ ਮਾਰਤਾ। ਮੰਜੇ ਤੇ ਪਿਆ ਇੰਨੇ ਸਾਲਾਂ ਤੋਂ, ਲਾਸ਼ ਵੜ ਕੇ ਜ਼ਿੰਦਗੀ ਕੱਟ ਰਿਹਾ, ਤੂੰ ਆ ਤੁਹਾਡੇ ਤੇ। ਬੇਬੇ ਬੇਬੇ, ਉਹਨਾਂ ਨੇ ਤਾਂ ਬਾਪੂ ਦੇ ਗੋਲੀ ਮਾਰ ਕੇ ਮੰਜੇ ਤੇ ਪਾਇਆ ਨਾ, ਮੈਂ ਗੋਲੀ ਮਾਰ ਕੇ ਸਿੱਧਾ ਫੱਟੇ ਤੇ ਪਾਊ। ਜੇ ਇਹਦੇ ਮੰਜੇ ਤੇ ਪਏ ਦੇ ਭੰਗੜੇ ਨਾ ਨਾ ਪਵਾਤੇ ਤਾਂ ਮੈਨੂੰ ਤੁਹਾਡਾ ਪੁੱਤ ਨਾ ਕੀ। ਓਏ ਉੱਠ, ਕਾਲਜ ਆ ਗਿਆ ਤੇਰਾ, ਚੱਲ ਜਾ ਜਾ ਕੇ ਪੜ੍ਹ ਲਾ। ਬਾਈ ਯਾਰ ਮੰਨਿਆ ਤੁਸੀਂ ਵੱਡੇ ਹੋ ਯਾਰ, ਇਹਦਾ ਮਤਲਬ ਇਹ ਥੋੜ੍ਹੀ ਆ ਕਿ ਧੱਕਾ ਕਰੋਗੇ। ਕਮਲਿਆ ਟਾਈਮ ਸਿਰ ਕਾਲਜ ਆਈਦਾ ਹੁੰਦਾ, ਤੇਰਾ ਆਪਦਾ ਨੁਕਸਾਨ ਹੋਊ ਜੇ ਲੇਟ ਆਏਗਾ। ਉਹ ਬਾਈ ਟਾਈਮ ਸਿਰ ਆਈਦਾ, ਟਾਈਮ ਤੋਂ ਪਹਿਲਾਂ ਨਹੀਂ ਆਈਦਾ, 9 ਵਜੇ ਲੱਗਦਾ ਕਾਲਜ, ਹਲੇ 8 ਵਜੇ ਆ। ਉਹ ਜਦੋਂ ਮੈਂ ਪਹਿਲਾਂ ਕਾਲਜ ਹੁੰਦਾ ਸੀ ਨਾ, ਅਸੀਂ 7 ਵਜੇ ਨੂੰ ਕਾਲਜ ਪਹੁੰਚ ਜਾਂਦੇ ਸੀ, ਪਹਿਲਾਂ ਆ ਕੇ ਪੜ੍ਹਾਈ ਦਾ ਮਾਹੌਲ ਬਣਾਉਂਦੇ ਸੀਗੇ, ਉਸ ਤੋਂ ਬਾਅਦ ਲੈਕਚਰ ਲਾਉਣ ਜਾਂਦੇ ਹੁੰਦੇ ਸੀ। ਤੈਨੂੰ ਕੀ ਪਤਾ ਇਹਦੇ ਬਾਰੇ? ਮਾਸਟਰ ਤਾਂ ਕਹਿੰਦੇ ਸੀ ਤੇਰੇ ਵੱਡੇ ਭਰਾ ਦੇ ਲੈਕਚਰ ਹਮੇਸ਼ਾ ਸ਼ਾਰਟ ਰਹੇ ਆ। ਉਹ ਤਾਂ ਉਹ ਕਹਿੰਦੇ ਜਿਨ੍ਹਾਂ ਨੂੰ ਦੇਸੀ ਦੀਆਂ ਬੋਤਲਾਂ ਨਹੀਂ ਮਿਲੀਆਂ, ਜਿਨ੍ਹਾਂ ਨੂੰ ਮਿਲੀਆਂ ਉਹਨਾਂ ਨੂੰ ਪੁੱਛ ਕੇ ਦੇਖ। ਚਲੋ ਫਿਰ ਨਿਕਲੋ, ਕਰੋ ਪੜ੍ਹਾਈ ਚੱਲ ਕੇ। ਮੈਂ ਤਾਂ ਪੜ੍ਹਾਈ ਕਰ ਲੂੰ, ਪਰ ਜੋ ਤੁਸੀਂ ਕਰਦੇ ਫਿਰਦੇ ਹੋ ਨਾ, ਸਭ ਪਤਾ ਮੈਨੂੰ। ਓ ਹੈਲੋ, ਪੜ੍ਹਾਈ ਕਰਨੀ ਕਾਹਦੇ ਨਾਲ? ਅੱਕ ਤਾਬਾਂ, ਟਾਈਮ ਸਿਰ ਘਰੇ ਆ ਜੀ ਸ਼ਾਮ ਨੂੰ। ਅਵਾਰਾ ਗਰਦੀਆਂ ਘੱਟ
ਹਾਏ ਰੱਬਾ, ਪਤਾ ਨਹੀਂ ਕਿੱਥੋਂ ਆ ਜਾਂਦੇ ਆ। ਇਹਨਾਂ ਦੇ ਘਰਦੇ ਨਹੀਂ ਇਹਨਾਂ ਨੂੰ ਕੁਛ ਕਹਿੰਦੇ? ਆਹੋ ਯਾਰ, ਉੱਤੋਂ ਕਹਿ ਦਿੰਦੇ ਹੋਣੇ ਆ ਕੁੜੀਆਂ ਨੂੰ ਦੇਖ ਕੇ ਮੁੱਛਾਂ ਨੂੰ ਵੱਟ ਦਿਓ, ਵੱਡੇ ਵੈਲੀ। ਉਹ ਬਗ ਜਾਓ ਹੁਣ, ਕਿ ਐਡਮਿਸ਼ਨ ਕਰਾਈਏ। ਚੱਲਿਆ ਹੁਣ, ਤੂੰ ਡੀਸੀ ਲੱਗਾ ਇੱਥੇ, ਵੱਡਾ ਪ੍ਰਧਾਨ ਘਰੇ ਆ ਪੁੱਤ, ਫੇਰ ਦੱਸਦਾ ਤੈਨੂੰ ਮੈਂ। ਇਹਨੂੰ ਕੀ ਹੋਇਆ? ਪਿੰਡ ਦੇ ਸਾਰੇ ਮੋਹਤਬਰਾਂ ਨੇ ਇਕੱਠਾ ਹੀ ਧਾਵਾ ਬੋਲਿਆ। ਅਸਲ 'ਚ ਗੱਲ ਇਹ ਹੈ ਜੀ, ਤੁਹਾਡੇ ਕਹਿਣ ਮੁਤਾਬਕ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਆਪਾਂ ਬਜ਼ੁਰਗਾਂ ਵਾਸਤੇ ਅਤੇ ਬੇਸਹਾਰਿਆਂ ਵਾਸਤੇ ਸਲਾਮ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ, ਉਹ ਅੱਧ ਨਾਲੋਂ ਜ਼ਿਆਦਾ ਕੰਮ ਮੁਕੰਮਲ ਹੋ ਚੁੱਕਿਆ ਜੀ। ਬਸ ਥੋੜ੍ਹਾ ਜਿਹਾ ਕੰਮ ਰਹਿੰਦਾ ਸੀ, ਪੈਸੇ ਖਤਮ ਹੋ ਗਏ ਜੀ। ਜੇ ਤੁਸੀਂ ਮੰਤਰੀ ਸਾਹਿਬ ਨੂੰ ਕਹਿ ਕੇ ਉਹ ਗ੍ਰਾਂਟ ਦੇ ਪੈਸੇ ਜਲਦੀ ਮੰਗਵਾ ਲਓ ਤਾਂ ਕੰਮ ਛੇਤੀ ਨਿਬੜ ਸਕਦਾ ਹੈ। ਤੁਸੀਂ ਤਾਂ ਜਾਣਦੇ ਹਾਂ ਸਾਡੇ ਪਿੰਡ ਦੇ ਕੰਮ ਨਾ ਤਾਂ ਅੱਜ ਤੱਕ ਸਰਕਾਰੀ ਗ੍ਰਾਂਟਾਂ ਕਰਕੇ ਅੜੇ ਆ ਅਤੇ ਨਾ ਅੜਨਗੇ। ਨਾਲੇ ਇਹ ਕੰਮ ਤਾਂ ਆਪਾਂ ਆਪ ਹੀ ਸ਼ੁਰੂ ਕੀਤਾ, ਇਹਨੂੰ ਪੂਰਾ ਵੀ ਤਾਂ ਆਪਾਂ ਆਪ ਹੀ ਕਰਨਾ। ਸਵਰਨ ਸਿਆਂ ਦੱਸ, ਖਰਚਾ ਕਿੰਨਾ ਆਊਗਾ? ਇਹੋ ਕੋਈ 4 ਕੁ ਲੱਖ ਰੁਪਈਆ। 4 ਕੁ ਲੱਖ? ਗੱਲ ਹੀ ਕੋਈ ਨਹੀਂ, 2 ਲੱਖ ਦੀ ਜ਼ਿੰਮੇਵਾਰੀ ਵੱਡੇ ਮੁੰਡੇ ਦੀ ਲਾ ਦਿੰਦੇ ਹਾਂ, ਠੀਕ ਹੈ ਜੀ, ਅਤੇ 2 ਦੀ ਨਿੱਕੇ ਦੀ, ਠੀਕ ਹੈ ਜੀ। ਬਸ ਹੋ ਗਿਆ ਕੰਮ? ਓਏ ਪਿਆਰਿਓ, ਇਹ ਗੁਰੂ ਘਰ ਦਾ ਕੰਮ ਆ, ਇਹ ਨਹੀਂ ਰੁਕਣਾ ਚਾਹੀਦਾ। ਨਾਲੇ ਤੁਹਾਨੂੰ ਤਾਂ ਪਤਾ ਹੀ ਆ ਜਿਹੋ ਜਿਹੇ ਹਾਲਾਤ ਚੱਲ ਰਹੇ ਆ ਨਾ, ਕੱਲ੍ਹ ਨੂੰ ਕਿਸੇ ਔਲਾਦ ਨੇ ਬਾਂਹ ਫੜਨੀ ਆ ਕਿ ਨਹੀਂ ਫੜਨੀ, ਇਹਨਾਂ ਸਰਾਵਾਂ ਨੇ ਕੰਮ ਆਉਣਾ ਵਾ। ਸਵਰਨ ਸਿਆਂ, ਤੂੰ ਵੀ ਪਾਲਾ ਗੁਰੂ ਘਰ 'ਚ ਸਾ। ਰੱਬ ਹੀ ਜਾਣਦਾ ਨਿਆਣੇ ਨੇ ਕੀ ਕਰਨਾ, ਬਾਕੀ FD ਕਰਾਈ ਆ, ਜਿਹੜਾ ਸੇਵਾ ਕਰੂ ਉਹ ਲੈ ਲਓ, ਬਾਕੀ 50,000 ਦੀ ਮੇਰੀ ਵੀ ਪਰਚੀ ਕੱਟ ਦਿਓ। ਠੀਕ ਆ। ਚਾਚਾ ਕਿਉਂ ਕੁੱਟੀ ਗਿਆ ਜਵਾਬ ਨੂੰ, ਕੀ ਹੋਇਆ, ਕੀ ਹੋਈ ਹੈ? ਓਏ ਮੈਨੂੰ ਨਾ ਪੁੱਛ, ਇਹਨੂੰ ਪੁੱਛ, ਇਹ ਦੱਸੂਗਾ। ਉਹ ਗੱਲ ਕੀ ਹੋਈ ਹੈ? ਜਿਹੜੀ ਆਹ ਡੱਬੀ ਲਈ ਫਿਰਦਾ ਨਾ ਲੁੱਚੀ ਜੀ, ਆ ਮੋਬਾਈਲ ਜਾ, ਉਹਦੇ ਚ ਸਾਰਾ ਗੰਦ ਪਿੱਲ ਪਾਈ ਫਿਰਦਾ ਇਹ, ਦੇਖ ਲਾ ਭਾਵੇਂ। ਯਾਰ ਮੈਂ ਨੀ ਰੱਖਿਆ, ਓਏ ਆਪਣੇ ਪਿੰਡ ਵਾਲੇ 11 ਦਾ ਗਰੁੱਪ ਨਹੀਂ ਆ, ਉਹਦੇ ਚ ਆਇਆ ਆਪਣੇ ਆਪ ਡਾਊਨਲੋਡ ਹੋ ਗਿਆ। ਓਏ ਜਿਹੜਾ ਕਿਹੜਾ ਗਰੁੱਪ ਓਏ, ਜਿਹਦੇ ਚ ਤੁਸੀਂ ਵੀ ਦੋਵੇਂ ਭਰਾ ਹੈਗੇ? ਚਾਚਾ ਝੂਠ ਮਾਰਦਾ, ਦੋਵੇਂ ਭਰਾ ਕਹਿੰਦੇ ਹੁੰਦੇ ਵੀ HD ਫੇਰ ਡਾਊਨਲੋਡ ਕਰਕੇ। ਅੱਛਾ ਅੱਛਾ, ਇਹਦੇ ਸਾਲੇ 2 ਹੋਰ ਮਾਰ, ਚੱਲ ਚੱਲ ਫੜ ਲੈ ਆ, ਚਾਲ ਨਾ ਦੇ ਇਹਨੂੰ। ਕੋਈ ਫਾਇਦਾ ਨਹੀਂ ਉਹ TV ਦੇਖਣ ਦਾ। ਜੱਸਾ ਸਿਆ, ਜਿੱਥੇ ਮਰਜ਼ੀ ਲਾ ਲਾ, ਇਹ ਸਾਊਥ ਵਾਲੇ ਗਾਹ ਪਾਈ ਆਉਂਦੇ ਆ। ਪਰ ਇੱਕ ਗੱਲ ਪੱਕੀ ਆ, ਇਹਨਾਂ ਦੀਆਂ ਹੀਰੋਇਨਾਂ ਬੜੀਆਂ ਸੋਹਣੀਆਂ ਹੁੰਦੀਆਂ ਵੇ। ਸੌਂ ਜਾ ਵੀ ਜੱਸਿਆ, ਸਵੇਰੇ ਜਾਣਾ ਵੀ ਆ। ਯਾਰ ਗਲਤ ਗੱਲ, ਜਦੋਂ ਮੈਂ ਅੱਖਾਂ ਖੋਲਦਾ ਤੂੰ ਚਲੀ ਜਾਂਦੀ ਆ, ਹੁਣ ਨਹੀਂ ਜੱਟ ਅੱਖਾਂ ਖੋਲਦਾ। ਸੂਹੇ ਬੁੱਲਾਂ ਵਾਲੀਏ, ਛੱਡਦਾ ਨੀ ਹੱਥ ਤੇਰਾ, ਤੇਰਾ ਸੀ ਤੇਰਾ ਹਾਂ ਤੇਰਾ, ਬਣ ਕੇ ਮੈਂ ਰਹੂੰਗਾ। ਸਰੀਰ ਦੀ ਵੀ ਤੂੰ ਹੀ ਹੱਕਦਾਰ ਹੈ, ਭੁੱਲ ਕੇ ਕਿਸੇ ਦਾ ਕਦੇ ਨਾਮ ਵੀ ਨਾ ਲਊਂਗਾ। ਭਾਈ ਕਿੰਨੇ ਦਾ ਗਲਾਸ? 10 ਕਾ ਜੀ। 10 ਦਾ? ਹਾਂ ਜੀ, ਸਾਡੇ ਪਿੰਡ ਤਾਂ 10 ਦੇ 2 ਗਲਾਸ ਆ ਜਾਂਦੇ ਆ। ਪੂਰਾ ਤਾਂ 10 ਕਾ ਹੀ ਲੱਗੇਗਾ ਜੀ, ਫਿਰ ਪਿੰਡ ਜਾ ਕੇ ਪੀ ਲਓ ਜੀ। ਵੈਸੇ ਜ਼ਿਆਦਾ ਨਹੀਂ ਹੋ ਗਿਆ, ਸਾਦਾ ਹੋ ਗਿਆ। ਹਾਂ, ਇੱਦਾਂ ਕਰੋ
एक ग्लास ना दो जगह कर दो। ठीक है जी। सूहे बुला वालिए छड़दा नहीं हाथ तेरा, तेरा सी तेरा हाँ तेरा बन के मैं रहूंगा। सूहे बुला वालिए हो तेरे बिना कीती ना किसे ना गल बात मैं, हो रहा वांगू रातां नू ना कीती मुलाकात मैं। मेरी कार दी सीट खाली रखी तेरे लई होई मैं, तैनू ड्राइव ते लेके जावा तैनू अपनी बनावा डाउन टाउन सरा कमावा बाहां विच पाके बाहां। ओना विचों जट ना जो बैंदे बाजी हार के मंजूर नहीं जे प्यार हथियार चक लूंगा। सूहे बुला वालिए छड़दा नहीं हाथ तेरा, तेरा सी तेरा हाँ तेरा बन के मैं रहूंगा। सूहे बुला वालिए आता तेरे पीछे रोज ही आने लग गया रूप, तू का तो देख दिया, तू भी अपना आलो रहन दो जी। की नहीं चल वधिया, इसे बहाने ना फ्री का ग्लास सा पीने मिल जाता। चल रूप अपनी पीड़ा मिलनी तो पी लैन दी यार। भाई बात बनी है के कार से भैया? वही पूछू था। आओ भाई जी आओ, आज ओ पानो पानी लियाओ करा नाले चाह तरो भाई वास्ते। ले जी आजा बह जा भाई। पुत कुगी अंदरो पानी फड़ा दे अपने बापू नु। बिस्कुट भी लियाओ नाले पुत। और सुना की समाचार है? बस सब सुख शांति। सत श्री अकाल वीरे। सत श्री अकाल जी। देख भाई गोगी से कुड़ी नु तगले निगाह मार गए सी। आलो ਉਹਨਾਂ ਨੂੰ ਕੁੜੀ ਪਸੰਦ ਵੀ ਹੈ, ਉਹਨਾਂ ਵੱਲੋਂ ਤੇ ਰਿਸ਼ਤਾ ਪੱਕਾ ਸਮਝੋ। ਸ਼ੁਕਰ ਹੈ ਵਾਹਿਗੁਰੂ ਦਾ। ਪਰ ਇੱਕ ਗੱਲ ਹੈ, ਦੇਖ ਯਾਰ ਜਿੰਨੇ ਜੋਗਾ ਮੈਂ ਹੈਗਾ ਨਾ ਉਹਨਾਂ ਤਾਂ ਮੈਂ ਲੈਣ ਦੇਣ ਕਰੂੰਗਾ ਯਾਰ, ਆਪਦੀਆਂ ਧੀਆਂ ਕੋਲੋਂ ਲੁਕੋ ਕੇ ਕੌਣ ਰੱਖਦਾ ਦੱਸ। ਬਾਕੀ ਜੇ ਉਹਨਾਂ ਦੀ ਭਾਈ ਕੋਈ ਮੰਗ ਹੈ ਤਾਂ ਉਹ ਦੱਸ ਦੇ ਮੈਨੂੰ। ਉਹ ਨਹੀਂ ਨਹੀਂ ਗੋਗੀ ਸਿਆ, ਮੈਂ ਲੈਣ ਦੇਣ ਦੀ ਗੱਲ ਨਹੀਂ ਕਰ ਰਿਹਾ, ਨਾਲੇ ਧੀਆਂ ਦਾ ਲੈ ਕੇ ਜਾਣਾ ਕਿੱਥੇ ਆ, ਉਹ ਅਸੀਂ ਤਾਂ ਆਪ ਲੈਣ ਦੇਣ ਦੇ ਖਿਲਾਫ ਹਾਂ। ਮੈਂ ਤਾਂ ਇਹ ਗੱਲ ਕਰ ਰਿਹਾ ਕਿ ਮੁੰਡੇ ਵਾਲੇ ਵਿਆਹ ਛੇਤੀ ਤੋਂ ਛੇਤੀ ਮੰਗ ਰਹੇ ਨੇ। ਓ ਯਾਰ ਪਰ ਮੈਂ ਏਡੀ ਛੇਤੀ ਪ੍ਰਬੰਧ ਕਿੱਥੋਂ ਕਰੂੰਗਾ, ਕਿਵੇਂ ਕਰੂੰਗਾ? ਮੈਂ ਕਿਹਾ ਵੀਰ ਜੀ ਪਹਿਲਾਂ ਤੁਸੀਂ ਉਧਰੋਂ ਹਾਂ ਕਰਾਓ, ਸਾਡੀ ਤਾਂ ਹਾਂ। ਚੱਲ ਠੀਕ ਹੈ, ਚੰਗਾ ਵੀ ਗੋਗੀ ਸਿਆ, ਮੈਂ ਚੱਲਦਾ। ਚੰਗਾ ਭੈਣ ਜੀ, ਸਤਿ ਸ਼੍ਰੀ ਅਕਾਲ। ਵੀਰ ਜੀ ਸਤਿ ਸ਼੍ਰੀ ਅਕਾਲ। ਨਾ ਤੂੰ ਦੱਸ ਉਹਨੂੰ ਐਵੇਂ ਹਾਂ ਕਰਤੀ? ਮੈਂ ਕਿਹਾ ਜੀ ਤੁਸੀਂ ਕਿਉਂ ਘਬਰਾਈ ਜਾਂਦੇ ਹੋ, ਤੁਸੀਂ ਐਂ ਕਰੋ ਸਰਦਾਰ ਸਾਹਿਬ ਨਾਲ ਪਹਿਲਾਂ ਗੱਲ ਕਰਕੇ ਆਓ, ਆਪਣੇ ਆਪ ਹੀ ਕੋਈ ਹੀਲਾ ਹੋ ਜਾਓ। ਆਹੋ ਸਰਦਾਰ ਸਾਹਿਬ। ਹਾਂ ਤੁਸੀਂ ਜਾਓ। ਠੀਕ ਹੈ ਕਰਕੇ ਆਉਣਾ ਮੈਂ ਗੱਲ। ਸਰਦਾਰ ਜੀ ਮੈਂ ਆਪਦੀ ਧੀ ਦਾ ਵਿਆਹ ਪੱਕਾ ਕਰ ਦਿੱਤਾ ਜੀ। ਇਹ ਤਾਂ ਬਹੁਤ ਵਧੀਆ ਗੱਲ ਆ। ਹਾਂਜੀ ਵਧਾਈਆਂ ਹੁਣ ਤੈਨੂੰ ਗੋਗੀ। ਸਵਾ ਵਧਾਈਆਂ ਜੀ ਤੁਹਾਨੂੰ, ਬਸ ਤੁਸੀਂ ਹੁਣ ਮੇਰੇ ਸਿਰ 'ਤੇ ਹੱਥ ਰੱਖਣਾ ਜੀ, ਮੇਰੀ ਮਦਦ ਕਰਨੀ ਹੈ ਜੀ। ਅਸੀਂ ਤੇਰੀ ਮਦਦ ਨਹੀਂ ਕਰ ਸਕਦੇ। ਸਰਦਾਰ ਜੀ ਇੱਦਾਂ ਨਾ ਕਹੋ ਜੀ, ਮੈਂ ਸਾਰੀ ਉਮਰ ਤੁਹਾਡੀ ਸੇਵਾ ਕੀਤੀ ਹੈ ਜੀ, ਤੁਹਾਡਾ ਹੀ ਦਿੱਤਾ ਤਾਂ ਖਾਧਾ ਜੀ। ਧੀ ਕੀ ਦੀ ਹੋਵੇ ਗੋਗੀ? ਧੀ ਮੇਰੀ ਹੈ ਸਰਦਾਰ ਜੀ। ਅਤੇ ਵਿਆਹ ਵੀ ਆਪ ਹੀ ਕਰ ਤੂੰ ਉਹਦਾ? ਹਾਂਜੀ। ਪਰ ਸਰਦਾਰ ਜੀ ਤੇਰੀ ਕੁੜੀ ਰੱਖੜੀ ਕਿਹਨੂੰ ਬੰਨਦੀ ਹੈ ਇਹ ਦੱਸ ਪਹਿਲਾਂ। ਮੇਰੇ ਮੁੰਡੇ ਨੂੰ ਅਤੇ ਨਾਲੇ ਦੋਵੇਂ ਛੋਟੇ ਸਰਦਾਰਾਂ ਨੂੰ ਜੀ। ਫਿਰ ਤੇਰੀ ਧੀ ਕਿਸ ਤਰ੍ਹਾਂ ਹੋਈ? ਉਹ ਤਾਂ ਸਾਡੀ ਧੀ ਹੋਈ ਫਿਰ। ਗੋਗੀ ਸਿਆ ਤੂੰ ਐਂ ਦੱਸ, ਤੂੰ ਸਾਡੀ ਧੀ ਦੇ ਵਿਆਹ 'ਚ ਕੀ ਮਦਦ ਦੇਵੇਂਗਾ? ਮੈਂ ਸਰਦਾਰ ਜੀ ਕੀ ਕਰ ਸਕਦਾ, ਮੇਰੇ ਕੋਲੇ ਤਾਂ ਜੋ ਕੁਛ ਵੀ ਹੈ ਉਹ ਤੁਹਾਡਾ ਹੀ ਦਿੱਤਾ ਜੀ, ਉਹੀ ਜੋੜਿਆ ਉਹੀ ਦੇਣਾ ਜੀ। ਉਹ ਆਪਣੇ ਬੜਾਪੇ ਲਈ ਰੱਖ, ਸਾਡੀ ਧੀ ਹੈ,
ਉਹਦਾ ਵਿਆਹ ਸਾਡੇ ਘਰ 'ਚ ਹੀ ਹੋਏਗਾ, ਨਾਲੇ ਇਸ ਬਹਾਨੇ ਸਾਰੇ ਸਾਕ ਸੰਬੰਧੀ ਇਕੱਠੇ ਹੋ ਜਾਣਗੇ, ਬਾਈ ਜਸ਼ਨ ਵੀ ਮਨਾਏ ਜਾਣਗੇ। ਤੁਸੀਂ ਕਿੰਨੇ ਚੰਗੇ ਹੋ ਸਰਦਾਰ ਜੀ। ਆਉਂਦੇ ਮੁੰਡਿਆ ਜਾਂਦੇ ਮੁੰਡਿਆ ਸੁਣਦੇ ਮੁੰਡਿਆ, ਆਉਂਦੇ ਮੁੰਡਿਆ ਜਾਂਦੇ ਮੁੰਡਿਆ ਸੁਣਦੇ ਮੁੰਡਿਆ, ਗੁਟਕੂ ਗੁਟਕੂ ਕਰਦਾ ਫਿਰਦਾ ਜਿਵੇਂ ਕਬੂਤਰ ਚੀਨਾ ਗਿੱਧਾ ਪਤਲੋ ਦਾ, ਖੜਕੇ ਵੇਖ ਸ਼ਕੀਨਾ ਗਿੱਧਾ ਪਤਲੋ ਦਾ, ਖੜਕੇ ਵੇਖ ਸ਼ਕੀਨਾ ਗਿੱਧਾ ਪਤਲੋ ਦਾ। ਰੋਟੀ ਨਹੀਂ ਖਾਧੀ, ਪਤਾ ਨਹੀਂ ਕੀ ਗੱਲ ਆ, ਨਾ ਕੁਛ ਬੋਲਦਾ ਇਹ। ਤਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਲੱਡੂ, ਕੀ ਹਾਲ ਆ? ਠੀਕ ਹੈ। ਤਾਈ ਬਾਈ ਕਿੱਥੇ ਆ? ਉੱਪਰ ਆਪਣੇ ਕਮਰੇ 'ਚ, ਦੋ ਦਿਨ ਹੋ ਗਏ ਰੋਟੀ ਵੀ ਨਹੀਂ ਖਾਧੀ ਉਹਨੇ ਚੱਜ ਨਾਲ, ਪਤਾ ਨਹੀਂ ਹੋਇਆ ਕੀ ਉਹਨੂੰ। ਰੋਜ਼ ਤਾਂ ਤਾਈ ਤੁਸੀਂ ਗੋਭੀ ਬਣਾ ਲੈਂਦੇ ਹੋ, ਬਾਈ ਵਿਚਾਰਾ ਵੀ ਕੀ ਕਰੇ। ਤੂੰ ਉੱਤੇ ਚੱਲਿਆ? ਹਾਂਜੀ ਤਾਈ। ਰੁਕ ਜਾ ਇੱਕ ਮਿੰਟ, ਮੈਂ ਤੈਨੂੰ ਦੁੱਧ ਦਿੰਦੀ ਹਾਂ, ਦੁੱਧ ਲੈ ਕੇ ਜਾ ਉਹਦੇ ਵਾਸਤੇ। ਠੀਕ ਹੈ। ਆ ਲੈ ਲਿਆ ਤਾਈ, ਤੂੰ ਕੋਲੇ ਬਹਿ ਕੇ ਪਿਆ ਕੇ ਆਈ। ਚੰਗਾ, ਕੋਈ ਨਾ ਪੀਊਗਾ ਤੇ ਮੈਂ ਆਪ ਪੀ ਲੂੰਗਾ। ਮੈਂ ਪਾ ਕੇ ਦੇਣਾ ਇਹਨੂੰ ਬਾਰਨ ਪੀਟਾ, ਕਿੱਦਾਂ ਨੀ ਪੀਂਦਾ। ਉਹ ਕੀ ਗੱਲ ਬਾਈ, ਚਮਕੀਲਾ ਛੁੱਟੀ 'ਤੇ ਗਿਆ ਜਿਹੜਾ ਇਹਨੂੰ ਲਾਇਆ ਬਾਈ ਨੂੰ। ਕਾਲਜ ਵਿੱਚ ਮਾਰਾਂ ਗੇੜਾ, ਵੇਖਣ ਨੂੰ ਮੁੱਖੜਾ ਤੇਰਾ, ਕਿੱਥੇ ਜਾ ਬਹਿ ਗਈ ਨੀ, ਸੁਪਨਾ ਹੋ ਗਈ ਪਾਲੀਏ, ਮਿਲਨੋ ਵੀ ਰਹਿ ਗਈ ਨੀ। ਤੇ ਤੂੰ ਬਾਈ ਰੋਟੀ ਨਹੀਂ ਖਾਧੀ ਤੇ ਤਾਈ ਥੱਲੇ ਮੈਨੂੰ ਪੈ ਗਈ ਸੀ। ਆ ਫੜ ਦੁੱਧ ਪੀ। ਗੋਲੀ ਮਾਰ ਯਾਰ ਦੁੱਧ ਨੂੰ। ਓਏ ਲੱਡੂ, ਉਹ ਜੇ ਕਿਤੇ ਤੂੰ ਮੈਨੂੰ ਨਾ ਉੱਲੂ ਦਾ ਪੰਜਾ ਤੇ ਬਿੱਲੀ ਦੀ ਜੇਰ ਲਿਆ ਦੇ ਯਾਰ, ਸੌਂ ਲੱਗੇ ਵੀਰੇ ਮੇਰਾ ਕੰਮ ਬਣ ਗਿਆ। ਮੈਂ ਨਾ ਹੁਣੇ ਮੀਆਂ ਚਿਪਕੜ ਦੀ ਕਿਤਾਬ ਪੜ੍ਹ ਕੇ ਹਟਿਆ। ਹੱਥ ਛੱਡ ਭਰਾਵਾ, ਮੈਨੂੰ ਲੱਗਦਾ ਤੂੰ ਮੇਰੇ ਚਿਪਕੜ ਨੂੰ ਫਿਰਦਾ, ਕਿਹੜੇ ਚੱਕਰਾਂ 'ਚ ਪੈ ਗਿਆ ਤੂੰ ਯਾਰ? ਤੈਨੂੰ ਕਦੇ ਐਂ ਹੋਇਆ ਹੋਏ ਵੀ ਤੈਨੂੰ ਹਰੇਕ ਪਾਸੇ ਇੱਕੋ ਚਿਹਰਾ ਦਿੰਦਾ ਹੋਵੇ, ਨਹਾਉਂਦੇ ਨੂੰ, ਸੌਂਦੇ ਨੂੰ, ਖਾਂਦੇ ਨੂੰ,
है ओए वैसे तो भाई हुंदा ही रहिंदा आपां नूं आपां पिछले एक हफ्ते ज्यादा हो गया लंबड़दारां दी नूं नवी नवी व्याही आई मैं भाई गोहा सुटदी देख ली बस भाई जिधर भी देखा उही जिधर भी झाका उही लिखाई च पढ़ाई च रजाई च हर जगह भाई उही दिखी जावे बस यार सेम ही हो रहा मेरे नाल भी तू भी भाई लंबड़दारे दी नूं ते ओ दफा हो चवल किसे थां दी दस्ता मैं ताई नूं जाके अच्छा कर दफा हो इत्थों साला बांदर जिहा मूंह नहीं मत्था जिन भाड़ो दत्था ताई नूं दसदा तेरे भूत कढ़दा वेखी किवें हाँ जित्ते पुत्त की लभदा तू ओ ताई जी कीनू लभना कीनू आ मेरा भरा गवाचिया पिया पता नहीं किथे रहिंदा मैं फोन करी जाना फोन भी नहीं चकदा मैनू लगदा सुत्ता पिया होना कानू पुत्त ओ ता तड़के दे मोटर ते गया होया नाले तीन चार दिन होके बड़ा उदास जिहा रहिंदा है रोटी भी नहीं खांदा ढंग नाल ना किसे ना बोले ना चले गुग सुग जिहा बणिया रहिंदा मैनू ता ओहदी कोई समझ नहीं आउंदी की अच्छा जी गल इत्थे तक पहुंची पई है गल इत्थे तक पहुंची पई है ए की कमली इंजे घुटी जाना तू साफ साफ दस गल की है ताई जी मुंडा हो गया जवान अगला व्याह करवाना चाहुंदा जदों आ गई ना चूड़े वाली फिर देखियो भाई किवें ठीक हुंदा पर कोई कुड़ी तो पसंद आवे इहनू इहदे तो कोई नक ते नहीं चढ़दी प्यो वर्गे दे पसंद आवे ओह पसंद तां आई होई है हैं सच्ची भला कौन है अपने घरे कुगी दे व्याह ते आई सी ओ रूप अच्छा हाँ भाई कुड़ी तो सोहनी है नाले घरेलू भी लगती है ना बस बस उही ओ नाले ताई जी है मम्मी दे रिश्तेदारां चों ਇਹ ਤਾਂ ਹੋਰ ਵੀ ਵਧੀਆ ਗੱਲ ਆ ਮੈਂ ਹੁਣੇ ਜਾ ਕੇ ਮੁੰਡੇ ਨਾਲ ਗੱਲ ਕਰਦੀ ਤੂੰ ਬੈਠ ਇੱਥੇ ਲੈ ਵੀ ਜੱਟਾ ਤੇਰੀ ਸ਼ਾਂਪ ਤਾਂ ਪੱਕੀ ਹੈ ਲਾਈਏ ਬਾਈ ਨੂੰ ਫੋਨ ਇਹਦੋਂ ਵੱਧ ਵਧੀਆ ਗੱਲ ਭਲਾ ਹੋਰ ਕੀ ਹੋਣੀ ਆ ਉਹਦਾ ਕੁੜੀ ਦਾ ਵਿਚਾਰੀ ਦਾ ਨਾ ਪਿਓ ਹੈ ਨਹੀਂ ਸਿਰ ਤੇ ਸਾਰੀ ਜ਼ਿੰਮੇਵਾਰੀ ਮੇਰੇ ਭਰਾ ਝੋਕੇ ਦੇ ਸਿਰ ਤੇ ਹੀ ਆ ਉਹਦੀ ਨਹੀਂ ਮੋੜਦੇ ਅਗਲੇ ਇਕੱਲਾ ਕਰਾ ਜਵਾਈ ਆ ਉਹਨਾਂ ਦਾ ਮੈਂ ਆਪੇ ਕਰ ਲੂ ਗੱਲ ਤੁਸੀਂ ਫਿਕਰ ਨਾ ਕਰੋ ਮਤਲਬ ਮੈਂ ਹਾਂ ਹੀ ਸਮਝਾਂ ਫਿਰ ਪਰ ਇੱਕ ਗੱਲ ਆ ਭੈਣ ਜੀ ਕੀ ਮੇਰੇ ਸੂਟ ਨੂੰ ਕੱਪੜਾ ਜ਼ਿਆਦਾ ਲੱਗਦਾ ਭੈਣ ਜੀ ਲੈ ਦੱਸ ਤੂੰ ਤਾਂ ਡਰਾਈ ਦਿੱਤਾ ਸੀ ਮੈਨੂੰ ਤੋਂ ਬਲਕਿ ਤੂੰ ਸਾਰਿਆਂ ਨੂੰ ਬਣਾ ਕੇ ਦੇ ਉਹ ਤੇਰਾ ਪੁੱਤ ਨਹੀਂ ਸਾਰਿਆਂ ਨੂੰ ਤਾਂ ਬਣਾ ਕੇ ਦਊਂਗੀ ਪਰ ਮੈਨੂੰ ਤੁਸੀਂ ਬਣਾ ਕੇ ਦੇਣਾ ਇੱਕ ਦੇ ਵੀ ਦੋ ਬਣਾ ਕੇ ਦਊਂਗੀ ਤੈਨੂੰ ਤੁਸੀਂ ਬੈਠੋ ਮੈਂ ਤੁਹਾਡਾ ਮੂੰਹ ਮਿੱਠਾ ਕਰਾਉਣੀ ਆ ਹਾਂ ਹਾਂ ਬਾਕੀ ਸਾਰੀ ਗੱਲ ਮੈਂ ਤੈਨੂੰ ਦੱਸਦੀ ਹਾਂ ਅਗਲਿਆਂ ਨੇ ਮੰਗ ਕੇ ਰਿਸ਼ਤਾ ਲਿਆ ਲਾਗੇ ਚਾਗੇ ਪਿੰਡਾਂ ਵਿੱਚ ਪੂਰੀ ਸਰਦਾਰੀ ਹੈ ਉਹਨਾਂ ਦੀ ਮੈਂ ਬਹੁਤੀ ਗੱਲ ਕਰਦਾ ਵੀ ਚੰਗਾ ਨਹੀਂ ਲੱਗਦਾ ਅੱਗੇ ਤੇਰਾ ਫੈਸਲਾ ਪੈਣੇ ਇਹ ਤਾਂ ਬਹੁਤ ਵਧੀਆ ਗੱਲ ਹੈ ਵੀਰ ਜੀ ਵੈਸੇ ਵੀ ਰੂਪ ਅਤੇ ਬਾਪੂ ਦੇ ਜਾਣ ਮਗਰੋਂ ਤੁਸੀਂ ਤਾਂ ਭੈਣ ਜੀ ਨੇ ਸਾਡੀ ਬਾਂਹ ਫੜੀਏ ਨਾਲੇ ਤੁਸੀਂ ਰੂਪ ਬਾਰੇ ਗਲਤ ਥੋੜ੍ਹਾ ਸੋਚੋਗੇ ਗਲਤ ਗੱਲ ਤਾਂ ਦੂਰ ਦੀ ਹੈ ਮੇਰੀ ਭੈਣ ਉੱਥੇ ਹੈ ਉੱਤੋਂ ਸਰਦਾਰਾਂ ਦਾ ਘਰ ਆਪਣੀ ਧੀ ਰਾਜ ਕਰੋਗੇ ਤੂੰ ਬਸ ਮੂੰਹ ਮਿੱਠਾ ਕਰ ਹਾਂਜੀ ਹਾਂਜੀ ਜ਼ਰੂਰ ਲਓ ਖਾਓ ਨਹੀਂ ਉਹ ਬਸ ਥੋੜਾ ਜਿਹਾ ਨਾ ਖਾ ਲਓ ਲੈ ਲਓ ਪੂਰਾ ਪੂਰਾ ਲਓ ਤੁਸੀਂ ਮੁਬਾਰਕਾਂ ਹੋਣ ਤੁਹਾਨੂੰ ਵੀ ਦੇ ਜੀ Thank you.
ਬਾਈ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਆਪਣੇ ਕੋਲ ਸੀਰੀ ਵੀ ਹੈਗੇ ਆ, ਆਪਾਂ ਬਈਏ ਵੀ ਰੱਖੇ ਹੋਏ ਆ, ਪਰ ਤੂੰ ਟਰੈਕਟਰ ਬਾਈ ਹਰ ਵਾਰੀ ਆਪ ਹੀ ਚਲਾਉਣ ਲੱਗ ਪੈਂਦਾ। ਉਹ ਜਿਹੜਾ ਸਵਾ ਜੱਟ ਨੂੰ ਟਰੈਕਟਰ ਚਲਾ ਕੇ ਆਉਂਦਾ ਨਾ, ਉਹ ਲਗਜ਼ਰੀ ਗੱਡੀਆਂ ਚਲਾ ਕੇ ਨਹੀਂ ਆਉਂਦਾ। ਅੱਛਾ ਬਾਈ, ਇੱਕ ਗੱਲ ਹੋਰ ਅੜਕਦੀ ਸੀ ਮੇਰੇ ਦਿਮਾਗ 'ਚ ਬਾਈ, ਹੁਣ ਜਿੱਦਾਂ ਤੇਰੀ ਪੱਕ ਠੱਕ ਹੋ ਗਈ, ਠਾਕਾ ਲੱਗ ਗਿਆ, ਕੱਲ ਨੂੰ ਤੇਰਾ ਵਿਆਹ ਹੋ ਜਾਣਾ ਬਾਈ, ਤੇਰੀਆਂ ਪਹਿਲੀਆਂ ਨਾਲ ਦੀਆਂ ਦਾ ਤਾਂ ਬੜਾ ਹੀ ਔਖਾ ਹੋ ਜਾਣਾ ਯਾਰ। ਮੈਂ ਤਾਂ ਊਂ ਗੱਲ ਕੀਤੀ ਬਾਈ, ਜੇ ਤੇਰੇ ਵਰਗੇ ਯਾਰ ਹੋਣ ਨਾ ਤਾਂ ਕਿਸ਼ਤੀ ਤਾਂ ਸਾਲੀ ਡੁੱਬੀ ਪਈ ਆ। ਉਹ ਗੱਲ ਸੁਣ ਸਨੀ ਲਿਓਨ ਦੇ ਡਾਈ ਹਾਰਡ ਫੈਨ, ਹੱਥ ਬੰਨੇ ਤੇਰੇ ਮੂਹਰੇ, ਮਿਹਨਤ ਵਾਲੀ ਗੱਲ ਆ, ਕਿਤੇ ਵਿਆਹ ਤੋਂ ਪਹਿਲਾਂ ਮੇਰਾ ਤਲਾਕ ਨਾ ਕਰਵਾ ਦੀ। ਯਾਰ ਕਿਸ਼ਤੀ ਨਹੀਂ ਡੁੱਬਣ ਦਿੰਦੇ ਬਾਈ ਆਪਾਂ, ਤੂੰ ਨਾ ਸਾਰੀਆਂ ਦੇ ਨੰਬਰ ਮੈਨੂੰ ਦੇ ਦੇ, ਮੈਂ ਪਾਇਆ 399 ਵਾਲਾ ਪੈਕ, ਮੈਂ ਤਾਂ ਭਾਵੇਂ ਦਿਰਾਂ ਤੇ ਕਰਾਂ, ਮੈਂ ਕਿਸੇ ਨੂੰ ਵੀ ਦੁਖੀ ਨਹੀਂ ਹੋਣ ਦਿੰਦਾ। ਉਹ ਯਾਰ ਸਾਰੀ ਜ਼ਮੀਨ ਨਾ ਬੀਜ ਕੇ ਘਰੇ ਜਾਣਾ, ਜੇ ਨਾ ਬੀਜੀ ਗਈ ਨਾ ਤੇ ਬਾਪੂ ਦੀ ਡਾਂਗ ਤਿਆਰ ਪਈ ਆ ਘਰੇ, ਪਤਾ ਤੈਨੂੰ। ਲੈ ਆ ਤਾਂ ਬਾਈ ਝੁੰਗੇ 'ਚ 5 ਕਿੱਲੇ ਆ, ਇੱਕ ਵਾਰੀ ਮੈਂ ਇੱਕ ਦਿਨ 'ਚ 50 ਕਿੱਲੇ ਵਾਧੇ ਸੀ। ਓਹੋ, ਅੱਛਾ ਤੇ ਟਰੈਕਟਰ ਕਿਹੜਾ ਸੀ ਉਦੋਂ? ਟਰੈਕਟਰ ਆਪਣੇ ਕੋਲ ਉਦੋਂ ਮੈਸੀ ਨਹੀਂ ਸੀ ਹੁੰਦਾ ਉਹਦੇ ਨਾਲ? ਉਹ ਗੱਪੀਆਂ ਦੇ ਸਰਦਾਰ ਸਾਹਿਬ, ਜਾਂ ਤਾਂ ਥੋੜ੍ਹਾ ਜਿਹਾ ਟਰੈਕਟਰ ਵੱਡਾ ਕਰ ਲਾ ਅਤੇ ਜਾਂ ਜ਼ਮੀਨ ਘੱਟ ਕਰ ਲਾ। ਬਾਈ ਨਾ ਜ਼ਮੀਨ ਘੱਟ ਹੋਣੀ ਹੋ ਨਾ ਟਰੈਕਟਰ ਵੱਡਾ ਹੋਣਾ, ਬਾਕੀ ਤੇਰੀ ਮਰਜ਼ੀ। ਲਾ ਦੱਸ, ਮਰਜ਼ੀ ਆ ਵੀ ਤੇਰੀ ਮਿੱਤਰਾ, ਵੈਸੇ ਤੂੰ ਗੱਪ ਬਹੁਤ ਵੱਡੇ ਵੱਡੇ ਮਾਰਦਾ। ਮੈਂ ਨਹੀਂ ਬੋਲਦਾ ਯਾਰ। ਕਿਵੇਂ ਹੋ ਬਾਈ, ਖਿੱਚੀ ਜਾਂਦੇ ਹੋ ਕੰਮ? ਹਾਂ ਹਾਂ, ਕਿਵੇਂ ਆ? ਆ ਜਾਓ ਫਿਰ, ਆ ਗਏ ਆ ਜਾਓ, ਚੱਲ ਚਵਲੇ। ਬਾਈ ਟਰੈਕਟਰ ਵਾਲੀ ਗੱਲ ਫਿਰ ਤੂੰ ਮੇਰੀ ਮੰਨ ਲਈ ਨਾ? ਮੰਨ ਲਈ, ਆ ਜਾ। ਹਾਂ ਬਈ, ਅੱਜ ਬੜੀ ਛੇਤੀ ਛੇਤੀ ਮੁੜਿਆ ਕਾਲਜ ਤੋਂ। ਉਹ ਮੈਂ ਤਾਂ ਮੁੜਿਆ ਆ, ਤੁਸੀਂ ਕੰਮ ਦੀ ਬੜੀ ਨਹੀਂ ਰੀਲੀ ਆਉਂਦੀ ਆ ਬਾਈ। ਇਹ ਤਾਏ ਨੇ ਕਿਹਾ ਕਿ ਭਾਬੀ ਦੀ ਲੋਰ 'ਚ ਹੋ ਰਿਹਾ। ਕਾਹਦੀ ਲੋਰ ਯਾਰ, ਸਾਡੀ ਕਿਹੜਾ ਗੱਲ ਹੋਈ ਉਦੋਂ ਦੀ? ਰਿਸ਼ਤਾ ਕਾਹਦਾ ਪੱਕਾ ਹੋ ਗਿਆ, ਯਾਬੀ ਪੈ ਗਿਆ। ਕਿਉਂ? ਹੁਣ ਤਾਂ ਪਿੱਛੇ ਜਾਣ ਜੋਗੇ ਵੀ ਨਹੀਂ ਰਹੇ। ਉਹ ਜੇ ਬੰਦੇ ਕੋਲ ਨੰਬਰ ਹੋਵੇ ਤਾਂ 2 ਘੜੀ ਦੁੱਖ ਸੁੱਖ ਤਾਂ ਸਾਂਝਾ ਕਰ ਲੈਂਦਾ ਨਾ ਯਾਰ। ਵੈਸੇ ਮੈਂ ਥੋੜ੍ਹਾ ਇੱਕ ਕੰਮ ਨਿਬੇੜਿਆ ਆ। ਕਿਹੜਾ ਕੰਮ? ਭਾਬੀ ਦਾ ਨੰਬਰ ਮਿਲ ਗਿਆ। ਸੌਂਖਾ ਓਏ, ਸੱਚੀ? ਲਾ, ਇਹ ਕਿਹੜੀ ਵੱਡੀ ਗੱਲ ਆ ਬਾਈ, ਮੇਰੇ ਤੋਂ ਪੁੱਛ ਲੈਂਦਾ ਵੀ ਭਾਬੀਆਂ ਦੇ ਨੰਬਰ ਆ ਮੇਰੇ ਕੋਲ। ਉਹ ਚਵਲਾ, ਮੈਂ ਰੂਪ ਭਾਬੀ ਦੀ ਗੱਲ ਕਰਦਾ। ਯਾਰ ਭਰਾ ਹੋਵੇ ਨਾ ਤੇਰੇ ਵਰਗਾ ਹੋਵੇ, ਆਹ ਤਾਂ ਸਾਲੀ ਮੈਨੂੰ ਚਵਲੀ ਚੁੰਬੜੀ ਹੋਈ ਆ, ਜਿਹੜੀ ਪਿੱਛੋਂ ਨਹੀਂ ਲੈਂਦੀ ਕਿਸੇ ਵੇਲੇ। ਚੱਲ ਤੂੰ ਨੰਬਰ ਦੇ, ਕਰੋ ਚੈੱਕ ਵਟਸਐਪ। ਇੱਥੇ ਕਰ ਲਾ ਬਾਈ, ਆਪਣੇ ਵਾਰੀ ਤੇ ਮੇਰਾ ਸਪੀਕਰ ਵੀ ਆਨ ਕਰਾਉਂਦੇ ਹੁੰਦੇ ਹੋ। ਅੱਜ ਦੇ 2 ਜੈਮਰ ਬੈਠੇ ਫੋਨ ਲੱਗ ਜੂ ਇੱਥੇ। ਇੱਥੇ ਬਹਿ ਕੇ ਕਰ ਲਾ ਸਾਲਾ ਬਾਂਦਰ ਜਿਹਾ। ਉਹ ਤਾਂ ਹਟਣਾ ਕਿ ਨਹੀਂ? ਚਾਵਲ ਕਿਸੇ ਥਾਂ ਦੀ ਮਿਲ ਜਾਂਦੀ। ਉਹ ਚੱਕ ਚੱਕ ਚੱਕ। ਹੈਲੋ ਹੈਲੋ, ਹਾਂਜੀ ਕੌਣ? ਮੈਂ ਬੋਲਦਾ। ਮੈਂ ਕੌਣ? ਮੈਂ ਜੱਸਾ ਬੋਲਦਾ। ਹਾਏ ਰੱਬਾ, ਕੀ ਹੋਇਆ ਪੁੱਤ? ਆ ਤੁਸੀਂ ਗੱਲ ਕਰੋ। ਲਿਆ ਫੜਾ। ਕੌਣ ਭਾਈ? ਮੈਂ ਓਕੇ ਜੀ। ਹਾਂਜੀ, ਕੱਟਤਾ? ਹਾਂ, ਸਾਲੀ ਚਵਲ ਮੱਥੇ ਲੱਗੀ, ਗੱਲ ਸਵਾਹ ਹੋਣੀ ਆ ਨੈਸ਼ ਕਿਸੇ ਥਾਂ। ਕੀ ਬਣਿਆ? ਉਹ ਕਿਹੋ ਜਿਹੀ ਕੁੜੀ ਆ ਯਾਰ, ਚੱਕ ਕੇ ਬੁੜੀ ਨੂੰ ਫੋਨ ਫੜਾਤਾ। ਕੀ ਮੰਮੀ ਨੂੰ? ਉਹ ਗੱਲ ਸਵਾਹ ਕਰੇ ਅਗਲੀ, ਡਰਾ ਕੇ ਰੱਖਤਾ। ਆਖੇ ਜੀ ਮੈਂ ਜੱਸਾ ਬੋਲਦਾ, ਧਮਕੀ ਥੋੜ੍ਹੀ ਦੇਣੀ ਆ ਕਿਸੇ ਨੂੰ। ਹੋਰ ਉਹ ਯਾਰ ਬਾਈ ਛੱਡ ਤੂੰ ਉਹਦੀਆਂ ਗੱਲਾਂ ਨੂੰ, ਫੋਨ ਦੇ ਮੈਂ ਲਾਉਣਾ। ਸੱਤਾਂ ਮਿੰਟਾਂ 'ਚ ਸਰਦਾਰਨੀ ਵੀ ਫੀਡ ਹੋ ਗਿਆ, ਬਣਦਾ ਹੈ ਬਾਈ। ਉਹ ਤੂੰ ਫੋਨ ਕਰ ਹੁਣ।
हेलो भाई, कौन बोलता? सत श्री अकाल मासी जी, मैं जीता बोलदा जी, जसजीत दा छोटा भरा। सत श्री अकाल पुत, जिंदा रहे, जवानियां मान। की गल हो गई पुत, फोन किता? ओ अरूपा भी, ए अरूपन नाल गल करा दूंगे जी, भाई ने गल करनी सी। हां ते पुत ओ कॉल कर लंदा? ओ भाई थोड़ा संगदा जी, करा दोगे जी गल? चंगा चंगा, ले पुत गल कर। नहीं अम्मी, मैं नहीं करनी। पुत जिवे तेरा भाई मेरे तो संगदा ना, ओवे भी संगदी। अच्छा जी, चंगा मासी फिर, सत श्री अकाल। चंगा पुत, चंगा, जिंदा रहे। कमली की कहंदी? कहंदी सुभा जोग नू जोगे टक्कर गया। भाई ये ता कुछ नहीं, मैं ता पेरी हूँ मेरे साला। मम्मी तुसी सो गए? नहीं पुत, खेता च तुरी जानी, सो जाना चुप करके। हाँ जी, चलिया फिर जट डेट ते। ओ मसा मनाई है भरावा, डरदी बहुत ज्यादा, ना नू पुछन वाला होवे, मैं भला नू खा जाऊं यार कोई। हुण जे मुछा नू वट दई जाएगा, डरना ही अगली ने। चल बालियां गल्लां ना मार, शाम नू मिलदे आपां। चल काम कर, मैनू भी छड़ दी फिर। ओ हैलो, किधर एवी वारा कर दिया, शाम नू मिलदे आ, चलो बार। चंगा भरा, चलो चलो चलो। भरा नू भुल गया हुण तू, फोन देण चले आ। ओके मिलदे आ। ਹੁਣ ਲੱਗੂ ਗਲਾਸ, ਆਓ ਜੀ। ਹੋ ਗਈਆਂ ਡੇਟਾ। ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ। ਕਾਕਾ ਜੀ ਕਿੱਧਰ? ਇੰਨੀ ਤਿਆਰੀ ਕਰਕੇ ਖਾਦ ਨਹੀਂ ਪਾਈ ਜਾਣੀ? ਖਾਦ? ਓਏ ਆਹੋ ਖਾਦ ਦੱਸਿਆ ਨਹੀਂ ਸੀ ਕੱਲ, ਜਿਹੜੇ ਆਲੂ ਲਾਏ ਆ ਉਹਨਾਂ 'ਚ ਖਾਦ ਪਾਉਣੀ ਹੈ। ਚੱਲ ਛੇਤੀ ਚੱਲੀਏ। ਉਹ ਤਾਇਆ ਜੀ, ਇੰਨੇ ਤਾਂ ਬੰਦੇ ਆਪਣੇ ਖੇਤਾਂ 'ਚ, ਉਹ ਪਾ ਦੇਣਗੇ ਖਾਦ, ਜ਼ਰੂਰੀ ਥੋੜ੍ਹੀ ਹੈ ਬਾਈ ਨਹੀਂ ਪਾਉਣੀ ਆ, ਕਿਉਂ ਬਾਈ? ਉਹ ਬੰਦੇ ਭਾਵੇਂ 100 ਹੋਣ ਪੁੱਤਰ ਕੰਮ ਕਰਨ ਵਾਲੇ, ਪਰ ਜਿਹੜਾ ਨਜ਼ਾਰਾ ਹੱਥੀਂ ਕੰਮ ਕਰਨ ਦਾ ਆਉਂਦਾ ਹੈ ਨਾ, ਉਹ ਨਹੀਂ ਆਉਂਦਾ ਬੰਦੇ ਨਾਲ। ਚੱਲ ਛੇਤੀ ਚੱਲ, ਨਾਲੇ ਇਹਨੂੰ ਲੈ ਜੀ ਨਾਲ। ਪਰ ਬਾਪੂ ਜੀ, ਮੈਂ ਤਾਂ ਕਾਲਜ ਜਾਣਾ ਸੀ। ਮੈਂ ਤਾਂ ਕਾਲਜ? ਤੇਰੀ ਪੜ੍ਹਾਈ ਪੂਰੀ ਹੋਈ ਨੂੰ ਤਾਂ ਸਾਲ ਹੋ ਗਿਆ, ਹੁਣ ਤੂੰ ਉੱਥੇ ਕੀ ਲੈਣ ਜਾਣਾ? ਉਹ ਅੱਜ ਇਹਨਾਂ ਦਾ ਕਨਵੋਕੇਸ਼ਨ ਡੇ ਹੈ, ਡਿਗਰੀ ਮਿਲਣੀ ਹੈ ਇਹਨਾਂ ਨੂੰ। ਹਾਂਜੀ ਹਾਂਜੀ ਬਾਪੂ ਜੀ, ਉਹੀ ਉਹ ਡਿਗਰੀ ਮਿਲਣੀ, ਜਿਹੜੇ ਉਹ ਕਾਲੇ ਜੇ ਕੋਟ ਪਾ ਕੇ ਨਹੀਂ ਦਿੰਦੇ ਹੁੰਦੇ, ਉਹ ਉਹ ਗੁਰੂਆ, ਉਹ ਜਿਹ 'ਚ ਟੋਪੀਆਂ ਤਾਂ ਨੂੰ ਸੁੱਟਦੇ ਹੁੰਦੇ ਆ। ਹਾਂ, ਮੈਂ ਤਾਂ ਕਹਿੰਦਾ ਤਾਇਆ ਜੀ, ਮੈਨੂੰ ਵੀ ਜਾ ਲੈਂਦਾ ਬਾਈ ਨਾਲ, ਜਦੋਂ ਬਾਈ ਨੇ ਟੋਪੀ ਤਾਂ ਨੂੰ ਸੁੱਟੀ ਨਾ, ਤੇ ਫੋਟੋ ਖਿੱਚਣ ਵਾਲਾ ਤਾਂ ਬੰਦਾ ਹੋਣਾ ਚਾਹੀਦਾ ਨਾ ਕੋਈ, ਤੇ ਜੇ ਫੋਟੋ ਹੀ ਨਾ ਖਿੱਚੀ ਫਿਰ ਡਿਗਰੀ ਲੈਣ ਦਾ ਕੀ ਫਾਇਦਾ?
ਮੈਂ ਕਹਿੰਦਾ ਤੁਸੀਂ ਮੈਨੂੰ ਜਾ ਹੀ ਲੈਣ ਦਿਓ। ਉਹ ਚੁੱਪ ਕਰ ਓਏ, ਤੇਰਾ ਕੀ ਕੰਮ ਉੱਥੇ ਕਾਲਜ ਦਾ ਮਾਮਲਾ? ਚਵਲਾ ਨੇ ਕੀ ਕਰਨਾ ਉੱਥੇ? ਯਾਰ ਲੈ ਜਾਓ, ਵੇਖ ਲਾ ਮੈਨੂੰ, ਇਹਨੂੰ ਕਹਿ, ਕੀ ਪਤਾ ਮੈਨੂੰ ਉੱਥੇ ਕਿਸੇ ਨੇ ਗਿਸੀ ਹੋ ਜੇ। ਓਏ ਮੈਨੂੰ ਕੀ ਪਾ ਤੁਹਾਡੀ ਟੋਪੀਆਂ ਵਾਲੀ ਫੋਟੋ ਨਾਲ? ਬਜਾਲਾ ਰੱਬ, ਹੁਣ ਇੱਕ ਗੱਲ ਦੱਸ, ਖਾਦ ਤੁਹਾਡਾ ਪਿਓ ਪਾਊਗਾ? ਹੈ ਉਹ ਨਹੀਂ ਤਾਂ ਜੀ, ਤੁਸੀਂ ਕਿਉਂ ਪਾਓਗੇ? ਮੈਂ ਤੇ ਲੱਡੂ ਮਿਲ ਕੇ ਪਾਵਾਂਗੇ। ਕਿਉਂ ਲੱਡੂ? ਤੂੰ ਤੇ ਲੱਡੂ ਪਾਓਗੇ? ਹਾਂ, ਭੀੜੀ ਜੀ ਪਤਲੂਨ ਤਾਂ ਤੂੰ ਵੀ ਪਾਈ ਫਿਰਦਾ, ਤੁਸੀਂ ਕਿਵੇਂ ਪਾਓਗੇ? ਓ ਮੈਂ ਆਇਆ ਜੀ ਇੱਕ ਮਿੰਟ 'ਚ, ਬਸ ਕੁੜਤਾ ਪਜਾਮਾ ਪਾ ਕੇ। ਚੱਲ ਚੰਗਾ, ਇਹਨੂੰ ਨਾਲ ਲੈ ਜੀ ਲੱਡੂ ਨੂੰ। ਓਏ ਜੱਸਿਆ। ਜੀ ਬਾਪੂ ਜੀ। ਛੇਤੀ ਮੁੰਡੇ ਕਰੇ। ਠੀਕ ਹੈ ਬਾਪੂ ਜੀ। ਮਿਲਦੇ ਸ਼ਾਮ ਨੂੰ। ਤੂੰ ਚੱਲ ਮੇਰੇ ਨਾਲ, ਪੁੱਤ ਤੇਰੀ ਆਖਸ਼ੀ ਨਾ ਮੈਂ ਕਢਾਉਣਾ ਜਿਹੜੀ ਤੇਰੇ ਅੱਗ ਲੱਗੀ। ਚੱਲ ਚੱਲ ਤੁਰ ਪਾ ਹੁਣ। ਸੋਰੀ ਯਾਰ, ਉਹ ਲੇਟ ਹੋ ਗਿਆ, ਉਹ ਬਾਪੂ ਜੀ ਹੁਣਾਂ ਨੇ ਰੋਕ ਲਿਆ ਸੀਗਾ, ਮਸਾਂ ਨਿਕਲ ਕੇ ਆਇਆ। ਤੁਸੀਂ ਬੱਸ 'ਤੇ ਆਏ ਹੋ? ਕੀ? ਨਹੀਂ, ਗੱਡੀ 'ਤੇ ਆਇਆ। ਕਿਉਂ? ਨਹੀਂ, ਮੈਨੂੰ ਲੱਗਾ ਤੁਸੀਂ ਕਹਿ ਰਹੇ ਸੀ ਨਾ ਕਿ ਮੈਂ ਮੁਸ਼ਕਿਲ ਨਾਲ ਆਇਆ, ਮੈਨੂੰ ਲੱਗਾ ਬੱਸ 'ਚ ਖੜ ਕੇ ਆਏ ਹੋਵੋਗੇ, ਮੇਰਾ ਇੱਧਰ ਫਾਸ ਨਹੀਂ ਨਾ ਚੱਲਦਾ ਇਸ ਲਈ। ਅਤੇ ਹੋਰ ਘਰੇ ਸਭ ਠੀਕ ਠਾਕ ਆ? ਹਾਂਜੀ, ਸਭ ਠੀਕ ਨੇ, ਮੰਮੀ ਵੀ ਠੀਕ ਆ, ਨਾਮੋ ਵੀ ਠੀਕ ਆ, ਅਤੇ ਲਾਚੀ ਥੋੜ੍ਹੀ ਜਿਹੀ ਢਿੱਲੀ ਸੀ ਪਰ ਹੁਣ ਠੀਕ ਆ। ਇਹ ਨਿੰਮੋ ਅਤੇ ਲਾਚੀ ਤੁਹਾਡੀਆਂ ਫਰੈਂਡਸ ਨੇ? ਨਹੀਂ, ਉਹ ਨਿੰਮੋ ਸਾਡੀ ਮਾਝਾ ਅਤੇ ਲਾਚੀ ਉਹਦੀ ਧੀ ਆ। ਓ ਸਰ, ਕੀ ਲਉਂਗੇ? ਮੇਰੇ ਲਈ ਇੱਕ ਕੈਪੇਚਿਨੋ। ਜੀ ਸਰ। ਅਤੇ ਤੁਸੀਂ? ਮੈਨੂੰ ਇੱਕ ਵੋਡਕਾ। ਨਹੀਂ, ਦੋ ਵੋਡਕਾ। ਇੱਕ ਮਿੰਟ 'ਚ ਆਇਆ। ਮੈਡਮ ਗੁੱਸਾ ਨਾ ਕਰਿਓ, ਦੇਖਣ ਨੂੰ ਤੁਸੀਂ ਲੱਗਦੇ ਨਹੀਂ ਤੁਸੀਂ ਵੋਡਕਾ ਪੀਂਦੇ ਹੋਵੋਗੇ। ਮੈਂ ਤਾਂ ਰੋਜ਼ ਪੀਂਦੀ ਹਾਂ, ਸਾਡੇ ਘਰੇ ਤਾਂ ਬੱਚਾ ਬੱਚਾ ਪੀਂਦਾ, ਨਾਲੇ ਮੇਰੀ ਮੰਮਾ ਤੇ ਮੈਨੂੰ ਸਵੇਰੇ ਉੱਠਦੇ ਪਿਆ ਦਿੰਦੇ ਆ। ਓਏ ਜੀ, ਤੇ ਪੱਟੇ ਕੇ ਸਾਰਿਆ, ਦਾਰੂ ਕੱਢ ਕੇ ਪੀਂਦੀ ਤੇਰੀ ਭਾਬੀ। ਮੈਡਮ ਤੁਹਾਨੂੰ ਪਤਾ ਵੀ ਹੈ ਵੋਡਕਾ ਹੁੰਦੀ ਕੀ ਹੈ? ਹਾਂ, ਕੌਫੀ ਹੁੰਦੀ ਹੈ। ਹੈ? ਜੋ ਵੱਡੇ ਘਰਾਂ ਦੇ ਲੋਕ ਪੀਂਦੇ ਆ। ਨਹੀਂ ਮੈਡਮ ਜੀ, ਵੋਡਕਾ ਤਾਂ ਸ਼ਰਾਬ ਹੁੰਦੀ ਹੈ। ਕੀ? ਹਾਂ। ਹਾਏ ਰੱਬਾ, ਪੌਂਦਰੀ ਜੀ, ਇਹਦਾ ਬੇੜਾ ਬਹਿ ਜੇ, ਹੁਣ ਤਾਂ ਮੈਂ ਦੱਸਦੀ ਹਾਂ ਪਤਾ। ਹਾਏ, ਕੀ ਸੋਚ ਰਹੇ ਹੋ ਨੇ ਮੇਰੇ ਬਾਰੇ, ਹੁਣ ਮੈਂ ਕੀ ਕਰਾਂ? ਤੁਸੀਂ ਪਹਿਲਾਂ ਨਹੀਂ ਸੀ ਦੱਸ ਸਕਦੇ। ਬਾਕੀ ਤੈਨੂੰ ਆ ਕੇ ਦੱਸਦਾ ਮੈਂ। ਤੂੰ ਕੁਛ ਕਿਹਾ ਵੇ? ਨਹੀਂ ਜੀ ਨਹੀਂ, ਮੈਂ ਨਹੀਂ ਕੁਛ ਕਿਹਾ। ਜਦੋਂ ਕੱਪ ਕੌਫੀ ਲੈ ਕੇ ਭੱਜ। ਠੀਕ ਹੈ ਜੀ। ਤੁਸੀਂ ਹੁਣ ਕੌਫੀ ਨਾਲ ਸਾਰ ਲਉਂਗੇ? ਉਹਨਾਂ ਮੈਨੂੰ ਇੱਥੋਂ ਦਾ ਨਾਮ ਨਹੀਂ ਸੀ ਪਤਾ, ਤੇ ਮੇਰੀ ਉਸ ਸਹੇਲੀ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਵੋਡਕਾ ਕਹਿੰਦੀ, ਤੇ ਮੈਨੂੰ ਪਤਾ ਨਹੀਂ ਸੀਗਾ ਕਿ ਉਹ ਦਾਰੂ ਹੁੰਦੀ ਆ। ਸਰ ਬਿੱਲ ਲਿਆ ਬਈ। ਕਿੰਨੇ ਪੈਸੇ ਹੋਏ? ਕਿਉਂ, ਤੂੰ ਦੇਣੇ ਆ?
नहीं जिन्ने बने ओदे अद्धे मैं दूंगी। ओ हैलो, मैं तेरे होने वाला घर वाला होने वाले हो होए नहीं। किन्ने पैसे होए? 430 रुपये जी। मेरे को आही आ, बाकी मैं कल दे दूंगी। क्यों, कल आप फिर मिल रहे हैं? ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ। ਉਹ ਪ੍ਰਜਣਾਣਾ, ਉਹ ਪਾਸੇ ਕਰੋ ਇਹਨੂੰ। ਉਹ ਕਰਦਾ ਕਰਦਾ ਰੇਲ ਗੱਡੀ ਲੰਘਾਉਣੀ ਆ। ਤੂੰ ਬੋਲਦਾ ਕਿਵੇਂ ਓਏ? ਬਾਲਾ ਕਾਲ ਚ ਲੱਗਦਾ ਜਿਵੇਂ ਕੰਨ ਤੇ ਮਾਰਿਆ ਨਾ ਲੱਪੜ ਤੇਰੇ। ਦੋਨੇ ਕੰਨ ਇੱਕ ਪਾਸੇ ਕਰ ਦੂੰ। ਉਹ ਮੈਂ ਜਾਣਦਾ ਤੈਨੂੰ ਵੱਡੇ ਸਰਦਾਰ ਨੂੰ। ਉਹ ਆਪਣੇ ਚ ਵੀ ਸਰਦਾਰ ਬੋਲਦੇ ਆ। ਖੜਾ ਤੇਰੀ ਪਾਪ। ਉਹ ਸਰਦਾਰ ਬਾ ਬਾਬਰੀਆ ਜਿਹਾ ਰੱਖ ਕੇ ਸੜਿਆ ਹੀਰੋ ਬਣ ਗਿਆ। ਉਹ ਤੂੰ ਮੈਨੂੰ ਜਾਣਦਾ ਨਹੀਂ। ਉਹ ਤੇਰੀ ਮਾਂ। ਉਹ ਤੂੰ ਹੱਥ ਨਾ ਲਾ ਲੈ ਤੈਨੂੰ ਮੈਂ ਕਹਿਣਾ। ਉਹ ਤੂੰ ਮੈਂ ਦੱਸ ਦੋ ਮੈਨੂੰ ਛੱਡ ਦੇ ਕਮਾਰੀ। ਉਹ ਤੂੰ ਮੈਨੂੰ ਸੁਣ ਗੁੱਸਾ ਆ ਗੱਲ ਸੁਣ ਇੱਧਰ। ਜਿਹੜੇ ਤੇਰੇ ਚ ਬੋਲਦੇ ਨੇ ਨਾ ਸ਼ੇਰਾ ਜੱਟ ਜੁੱਤੀ ਤੇ ਰੱਖਦਾ ਜੁੱਤੀ ਤੇ। ਆਪਣੀ ਮਾਂ ਨੂੰ ਕਹਿ ਇੱਕ ਪੁੱਤ ਹੋਰ ਜੰਮ ਲੈ ਜੇ ਸ਼ੇਰੇ ਜੱਟ ਦਾ ਰਾਹ ਰੋਕਣਾ। ਕੀ ਗੱਲ ਅੱਜ ਸਵੇਰੇ ਸਵੇਰੇ? ਮੈਨੂੰ ਦੱਸ ਦਿੰਦੇ ਮੈਂ ਆ ਜਾਂਦਾ। ਕੋਈ ਗੱਲ ਨਹੀਂ ਸਰਪੰਚ ਸਾਹਿਬ, ਅਸੀਂ ਸੋਚਿਆ ਕਿਉਂ ਸਰਪੰਚ ਸਾਹਿਬ ਨੂੰ ਤਕਲੀਫ ਦੇਣੀ ਹੈ, ਖੁਦ ਹੀ ਚਲੇ ਜਾਂਦੇ ਹਾਂ। ਦੱਸੋ ਕੀ ਗੱਲ ਹੈ ਸਰਪੰਚ ਸਾਹਿਬ? ਮੇਰਾ ਸੀਰੀ ਹੀਰਾ ਰਾਤ ਰੇੜੇ ਤੇ ਪੱਠੇ ਲੈ ਕੇ ਆ ਰਿਹਾ ਸੀ ਤੇ ਰਾਹ 'ਚ ਉਹਦਾ ਰੇੜਾ ਕਿਤੇ ਫਸ ਗਿਆ ਤੇ ਆਪਣੇ ਪਿੰਡ ਦੇ ਕਿਸੇ ਜ਼ਿੰਮੇਵਾਰ ਬੰਦੇ ਨੇ ਉਹਦੇ ਨਾਲ ਮਾੜੀ ਕੀਤੀ। ਸਰਪੰਚ ਸਾਹਿਬ, ਉਹ ਤਾਂ ਵਿਚਾਰਾ ਰੇੜਾ ਪਾਸੇ ਕਰ ਰਿਹਾ ਸੀ ਪਰ ਭਾਰ ਜ਼ਿਆਦਾ ਹੋਣ ਕਰਕੇ ਰੇੜਾ ਪਾਸੇ ਹੋ ਨਹੀਂ ਸੀ ਰਿਹਾ। ਸਹੀ ਗੱਲ, ਬਿਲਕੁਲ। ਹੋਰ ਵਿਚਾਰਾ ਕਰਦਾ ਵੀ ਕੀ? ਬਸ ਇਸੇ ਗੱਲ ਤੇ ਸਰਪੰਚ ਸਾਹਿਬ, ਉਸ ਜ਼ਿੰਮੇਵਾਰ ਸ਼ਰਾਬੀ ਬੰਦੇ ਨੇ ਨਾਲੇ ਤੁਹਾਨੂੰ ਗਾਲਾਂ ਕੱਢੀਆਂ ਨਾਲੇ ਤੇ ਦੋ ਜੜਤੀਆਂ। ਉਹ ਤਾਂ ਜੀ ਦਿਲ ਤੇ ਲੈ ਗਿਆ ਗੱਲ ਨੂੰ, ਕਹਿੰਦਾ ਮੈਂ ਮਰ ਜਾਣਾ। ਹੁਣ ਤਾਂ ਮਸਾਂ ਰੁਕਿਆ ਜੀ, ਬਈ ਸਰਪੰਚ ਸਾਹਿਬ ਆਪੀ ਫੈਸਲਾ ਕਰਨਗੇ। ਮਾਤੜ ਬੰਦੇ ਦੀ ਤਾਂ ਗਾਲ ਕੱਢੀ ਵੀ ਬਰਦਾਸ਼ਤ ਨਹੀਂ ਕਰਦੇ ਤੁਸੀਂ ਸਰਪੰਚ ਸਾਹਿਬ, ਇੱਥੇ ਤਾਂ ਅਗਲਿਆਂ ਨੇ ਮਾਰ ਕਟਾਈ ਵੀ ਕੀਤੀ ਹੈ। ਹੁਣ ਦੱਸੋ ਕੀ ਕੀਤਾ ਜਾਵੇ? ਕਾਨੂੰਨ ਸਾਰਿਆਂ ਵਾਸਤੇ ਇੱਕ ਹੀ ਹੁੰਦਾ, ਸਾਡੇ ਹੁੰਦਿਆਂ ਕਿਸੇ ਵੀ ਗਰੀਬ ਤੇ ਧੱਕਾ ਨਹੀਂ ਹੋ ਸਕਦਾ। ਦੱਸੋ ਕੌਣ ਆ ਉਹ? ਆਪਾਂ ਹੁਣੇ ਬੁਲਾ ਲੈਂਦੇ। ਬਾਈ ਪੁੱਛ ਲੈ, ਨਾਮ ਸੁਣਦਾ ਜਿਗਰਾ ਵੀ ਹੈਗਾ ਸਰਪੰਚ ਦਾ। ਕੰਤਿਆ, ਆਪਣੇ ਨਿੱਕੇ ਨੂੰ ਬੋਲਣ ਦਾ ਚੱਜ ਦੱਸ ਕੇ ਲਿਆ ਕਰ। ਉਹ ਨਹੀਂ ਬਾਪੂ ਜੀ, ਉਹ ਨਿੱਕਾ ਤਾਂ ਇਹ ਕਹਿ ਰਿਹਾ ਸੀ ਵੀ ਕਿਤੇ ਬੰਦੇ ਦਾ ਨਾਂ ਸੁਣ ਕੇ ਫੈਸਲੇ ਬਦਲ ਨਾ ਜਾਣ, ਕਾਨੂੰਨ ਤੇ ਅਸੂਲ ਟੁੱਟ ਨਾ ਜਾਣ। ਤੁਸੀਂ ਜਾਣਦੇ ਹੋ ਸਾਡੇ ਖਾਨਦਾਨ ਨੇ ਕਦੇ ਵੀ ਆਪਣੀ ਗੱਲ ਤੋਂ ਪੈਰ ਪਿਛਾਂਹ ਨਹੀਂ ਕੀਤਾ ਤੇ ਨਾ ਹੀ ਆਪਣੇ ਬਣਾਏ ਹੋਏ ਅਸੂਲ ਤੇ ਕਾਨੂੰਨ ਕਿਸੇ ਵਾਸਤੇ ਬਦਲੇ ਹੈ। ਤਾਂ ਫਿਰ ਸੁਣੋ ਸਰਪੰਚ ਸਾਹਿਬ, ਉਹ ਜ਼ਿੰਮੇਵਾਰ ਬੰਦਾ ਤੁਹਾਡਾ ਛੋਟਾ ਭਰਾ ਸ਼ਮਸ਼ੇਰ ਸਿੰਘ। ਸ਼ੇਰੇ ਨੂੰ ਬੁਲਾ ਕੇ ਹੁਣੇ ਮਾਫ਼ੀ ਮੰਗਾ ਦਿੰਦੇ ਹਾਂ। ਸਰਪੰਚਾ, ਮਾਫ਼ੀ ਤਾਂ ਪੰਚਾਇਤ ਵਿੱਚ ਹੀ ਹੋਊਗੀ, ਇੱਥੇ ਘਰ ਵਿੱਚ ਫੈਸਲੇ ਥੋੜ੍ਹੀ ਹੁੰਦੇ ਹੁੰਦੇ ਆ, ਨਾਲੇ ਪੰਚਾਇਤ ਦੇ ਮਸਲੇ ਤਾਂ ਪੰਚਾਇਤ 'ਚ ਹੀ ਨਿਬੜਦੇ ਹੁੰਦੇ ਆ। ਜਗਤਾਰ ਸਿੰਘ ਕਿਸੇ ਵਾਸਤੇ ਆਪਣਾ ਕਾਨੂੰਨ ਨਹੀਂ ਬਦਲਦਾ, ਬੇਸ਼ੱਕ ਉਹ ਮੇਰਾ ਆਪਣਾ ਭਰਾ ਹੀ ਕਿਉਂ ਨਾ ਹੋਵੇ। ਕਾਨੂੰਨ ਤੇਰੇ ਭਰਾ ਲਈ ਵੀ ਉਹੀ ਹੋਈ ਸੀ ਤੇ ਅੱਜ ਮੇਰੇ ਭਰਾ ਲਈ ਵੀ ਉਹੀ ਹੋਏਗਾ। ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ, ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ? ਮੇਰੀ ਗਲਤੀ ਵੀ ਕੋਈ ਨਹੀਂ, ਮੈਂ ਤਾਂ ਰੋਜ਼ ਵਾਂਗੂ ਆਪਦੇ ਰਾਹ ਤੇ ਆਉਂਦਾ ਸੀ, ਨਾਲੇ ਰਾਹ ਸਰਕਾਰੀ ਹੈ, ਗੱਡਾ ਇਹਦਾ ਵਿਚਾਲੇ ਖੜਾ ਸੀਗਾ, ਇਹਨੂੰ ਪਿਆਰ ਨਾਲ ਕਿਹਾ ਗੱਡਾ ਪਾਸੇ ਕਰ ਲਾ, ਮੁੜ ਕੇ ਪੁੱਠਾ ਜਵਾਬ ਦਿੱਤਾ ਇਹਨੇ ਮੈਨੂੰ। ਤੇ ਪੁੱਠਾ ਜਵਾਬ ਤਾਂ ਮੈਂ ਵੱਡਿਆਂ ਵੱਡਿਆਂ ਦਾ ਨਹੀਂ ਸਹਿੰਦਾ, ਇਹ ਤਾਂ ਚੀਜ਼ ਹੀ ਕੀ ਹੈ। ਅੱਛਾ, ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ
ਵੀ ਬੰਦੇ 'ਚ ਨਹੀਂ ਆਉਂਦੇ। ਇਹ ਸਾਡਾ ਸਾਰਿਆਂ ਦਾ ਸਾਂਝਾ ਪਿੰਡ ਆ, ਇੱਥੇ ਸਭ ਬਰਾਬਰ ਨੇ, ਚਾਹੇ ਕੋਈ ਚੰਗਾ ਭਲਾ ਹੋਵੇ ਚਾਹੇ ਕੋਈ ਮਹਾਤੜ, ਸਭ ਇੱਕੋ ਜਿਹੇ ਨੇ। ਤੁਸੀਂ ਦੱਸੋ ਸਰਪੰਚ ਸਾਹਿਬ, ਕੀ ਫੈਸਲਾ ਹੋਣਾ ਚਾਹੀਦਾ? ਤੁਸੀਂ ਸਾਰੇ ਜਾਣਦੇ ਹੀ ਹੋ, ਇੱਥੇ ਜੇ ਕੋਈ ਗਾਲ ਵੀ ਕੱਢਦੇ ਤਾਂ ਸਰਪੰਚ ਸਾਹਿਬ ਨੂੰ ਬਿਲਕੁਲ ਪਸੰਦ ਨਹੀਂ। ਇੱਥੇ ਗਾਲਾਂ ਤਾਂ ਕੱਢੀਆਂ ਹੀ ਨੇ, ਨਾਲ ਥੱਪੜ ਵੀ ਮਾਰੇ ਨੇ। ਹੁਣ ਦੇਖਦੇ ਹਾਂ ਸਰਪੰਚ ਸਾਹਿਬ ਕੀ ਫੈਸਲਾ ਕਰਦੇ ਆ। ਹੀਰਿਆ, ਤੂੰ ਦੱਸ ਤੈਨੂੰ ਕੀ ਚਾਹੀਦਾ? ਹੀਰੇ ਨੂੰ ਕੀ ਚਾਹੀਦਾ ਜੀ? ਹੀਰਾ ਤਾਂ ਚਾਹੁੰਦਾ ਕਿ ਇਹਤੋਂ ਮਾਫ਼ੀ ਮੰਗਾਈ ਜਾਵੇ, ਤਾਂ ਕਿ ਇਹਦੀ ਮਾੜੀ ਮੋਟੀ ਬੱਚੀ ਕੁਛ ਇੱਜ਼ਤ ਤਾਂ ਬੱਝੇ। ਡਰਨਾ ਹੀਰਿਆ, ਤੇਰੇ ਨਾਲ ਪੂਰਾ ਇਨਸਾਫ਼ ਹੋਏਗਾ। ਦੱਸ ਤੂੰ ਕੀ ਚਾਹੁੰਦਾ? ਉਹ ਮੈਂ ਤਾਂ ਪੰਚਾਇਤ ਦੇ ਚੱਕਰਾਂ 'ਚ ਪੈਣਾ ਹੀ ਨਹੀਂ ਚਾਹੁੰਦਾ ਸੀ, ਇਹ ਤਾਂ ਬਜ਼ੁਰਗਾਂ ਨੇ ਕਿਹਾ ਤਾਂ ਆ ਗਿਆ, ਨਹੀਂ ਤਾਂ ਹੁਣ ਤੱਕ ਫੈਸਲਾ ਹੋ ਗਿਆ ਹੁੰਦਾ। ਹੀਰਿਆ, ਤੂੰ ਦੱਸ ਤੈਨੂੰ ਕੀ ਇਨਸਾਫ਼ ਚਾਹੀਦਾ? ਮਾਫ਼ੀ ਬਾਈ, ਮੈਂ ਨਹੀਂ ਮੰਗਦਾ ਮਾਫ਼ੀ ਮੂਫ਼ੀ। ਇਹਨੇ ਗਲਤੀ ਕੀਤੀ ਸੀ, ਇਹਦੇ ਗਿੱਚੀ ਮੁੱਢ ਪਈਆਂ ਨੇ, ਹੁਣ ਪੁੱਠਾ ਬੋਲੂ ਹੁਣ ਵੀ ਵੱਢੂ। ਮਾਫ਼ੀ ਤਾਂ ਸ਼ੇਰਾ ਤੈਨੂੰ ਮੰਗਣੀ ਪੈਣੀ ਹੈ। ਆਪਣੀ ਗਲਤੀ ਮੰਨਣਾ ਬਹੁਤ ਵੱਡੀ ਗੱਲ ਹੁੰਦੀ ਹੈ, ਨਾਲੇ ਮਾਫ਼ੀ ਮੰਗਣ ਵਾਲਾ ਕਦੇ ਛੋਟਾ ਨਹੀਂ ਹੋ ਜਾਂਦਾ। ਇਸ ਲਈ ਹੀਰੇ ਤੋਂ ਮਾਫ਼ੀ ਮੰਗ ਲਾ। ਮੈਨੂੰ ਮਾਫ ਕਰ ਦਿਓ ਬਾਈ। ਕੀ ਕਹੇ ਨੇ? ਸੁਣਿਆ ਨੀ ਮੈਨੂੰ। ਸੁਣਿਆ ਨੀ? ਪੰਚਾਇਤ ਚ ਮਾਫ਼ੀ ਉੱਚੀ ਮੰਗਣੀ ਚਾਹੀਦੀ ਹੈ, ਦਿਲ ਸਾਫ ਰੱਖ ਕੇ। ਸਰਪੰਚ ਸਾਹਿਬ ਸਮਝਾਓ ਇਹਨੂੰ। ਮੈਨੂੰ ਮਾਫ ਕਰ ਦਿਓ। ਕਿਵੇਂ ਖੁਸ਼ ਆ ਹੀਰਿਆ? ਹੈਂ, ਤੈਨੂੰ ਕਿਹਾ ਸੀ ਨਾ ਆਪਣੇ ਸਰਪੰਚ ਸਾਹਿਬ ਕਾਨੂੰਨ ਨਹੀਂ ਤੋੜਦੇ, ਚਾਹੇ ਸਾਹਮਣੇ ਉਹਨਾਂ ਦਾ ਆਪਦਾ ਭਰਾਈ ਕਿਉਂ ਨਾ ਹੋਵੇ। ਚੱਲ ਚੱਲੀਏ, ਕੋਈ ਕੰਮ ਕਾਰ ਕਰੀਏ। ਗਲਤੀ ਮੇਰੀ ਗਲਤੀ, ਸ਼ੇਰੇ ਜੱਟ ਦੀ ਗਲਤੀ ਹੈ। ਥੇਕੜੂ ਬੰਦਿਆਂ ਮੂਹਰੇ ਖੜ ਕੇ ਆਖੇ ਮਾਫ਼ੀ ਮੰਗ। ਮੇਰੀ ਗਲਤੀ ਹੈ ਹੀ ਨਹੀਂ ਸੀ। ਆਖਰ ਸ਼ਰੀਕ ਨੇ ਸ਼ਰੀਕੇਬਾਜ਼ੀ ਕਰਨੀ ਸੀ ਨਾ। ਮੈਂ ਚੰਗੀ ਤਰ੍ਹਾਂ ਜਾਣਦਾ ਆਪਦੇ ਸ਼ਰੀਕੇ ਨੂੰ, ਪਤਾ ਬੋਲਣ ਦੀ ਲੋੜ ਨਹੀਂ, ਜ਼ੁਬਾਨ ਬੰਦ ਰੱਖਿਆ ਕਰ। ਮੇਰੀ ਜ਼ੁਬਾਨ ਤੇ ਬੰਦ ਹੀ ਆ ਜਦੋਂ ਦੀ ਮੈਂ ਇਸ ਘਰ ਚ ਆਈ ਹਾਂ, ਪਰ ਲੋਕਾਂ ਦਾ ਕੀ ਕਰੋਗੇ ਜਿਹੜੇ ਬੋਲਦੇ ਨੇ? ਕਿਹਦੀ ਕਦੀ ਜ਼ੁਬਾਨ ਬੰਦ ਕਰਾਓਗੇ? ਤੈਨੂੰ ਸੁਣਿਆ ਮੈਂ ਕੀ ਕਿਹਾ? ਆਪਦੀ ਜ਼ੁਬਾਨ ਬੰਦ ਰੱਖ ਤੇ ਆਪਦਾ ਕੰਮ ਕਰ। ਆਪਣਾ ਕੰਮ ਹੀ ਕਰਦੀ ਪਈ ਹੈ, ਪਰ ਤੁਸੀਂ ਕਦੀ ਆਪਣਾ ਕੰਮ ਨਹੀਂ ਕੀਤਾ, ਸਾਰੀ ਉਮਰ ਸ਼ਰੀਕਾਂ ਦਾ ਕੰਮ ਕਰਦੇ ਮਰ ਗਏ ਸੀ। ਦਿਖਾਤਾ ਨਾ ਉਹਨਾਂ ਨੇ ਆਪਣਾ ਅਸਲੀ ਰੰਗ, ਬੜਾ ਭਰਾ ਭਰਾ ਕਰਦਾ ਸੀ, ਏਡਾ ਹੀ ਭਰਾ ਸੀ ਤੇ ਨਾ ਮੰਗਾਉਂਦਾ ਮਾਫ਼ੀ, ਸਰਪੰਚ ਸੀ, ਸਾਰਾ ਕੁਝ ਉਹਦੇ ਹੱਥ ਵਿੱਚ ਸੀ। ਮਿੰਦਰ ਕੌਰ, ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੇਰੇ ਸਾਹਮਣੇ ਬਕਵਾਸ ਨਾ ਕਰਿਆ ਕਰ। ਕਿਸੇ ਦਾ ਕੋਈ ਮਾੜਾ ਮੋਟਾ ਪੰਚ ਹੋਵੇ ਨਾ, ਅਗਲਾ ਤਾਂ ਮਾਣ ਨਹੀਂ ਹੁੰਦਾ, ਇਹ ਤਾਂ ਸਰਪੰਚ ਹੈ, ਕਹਿ ਨਹੀਂ ਸੀ ਸਕਦਾ ਉਹਨਾਂ ਨੂੰ ਵੀ ਮੇਰਾ ਛੋਟਾ ਭਰਾ ਆ। ਫਿਰ ਕੀ ਹੋ ਗਿਆ ਜੇ ਗਲਤੀ ਹੋ ਗਈ ਤੇ? ਗਲਤੀਆਂ ਵੀ ਤਾਂ ਬੰਦਿਆਂ ਕੋਲ ਹੀ ਹੁੰਦੀਆਂ ਨੇ, ਪਰ ਨਾ ਪਰੀ ਪੰਚਾਇਤ ਚ ਸ਼ਰਮਿੰਦਾ ਕਰਕੇ ਛੱਡਿਆ। ਘਰ ਬੈਠ ਕੇ ਵੀ ਤਾਂ ਫੈਸਲਾ ਕਰਵਾ ਸਕਦਾ ਸੀ ਨਾ, ਘੱਟੋ ਘੱਟ ਲੋਕਾਂ ਚ ਤੇ ਬਣੀ ਰਹਿੰਦੀ, ਪਰ ਨਾ ਹਰ ਵੇਲੇ ਸਰਪੰਚੀ ਸਿਰ ਨੂੰ ਚੜੀ ਰਹਿੰਦੀ ਆ, ਵੱਡਾ ਰੇਸ ਚੰਦਰ ਬਣਿਆ ਫਿਰਦਾ, ਹੁਣ ਕੀ ਸੋਚੀ ਜਾਂਦੇ ਜੇ? ਜੀਤਾ ਕਿੱਥੇ ਹੈ? ਕਰਦਾ ਹੋ ਸ਼ਰੀਕਾਂ ਦੀ ਚੱਕਰੀ, ਤੁਸੀਂ ਆਪਣੇ ਭਰਾ ਦੀ ਕਰੀ ਜਾਂਦੇ ਹੋ, ਉਹਦੇ ਪੁੱਤ ਦੀ ਕਰਦਾ ਹੋਊ? ਲੱਡੂ, ਜਿੰਨੀ ਵਾਰ ਤੂੰ ਭਾਬੀ ਬਣ ਲਿਆ ਨਾ ਓਏ,
ਸਾਰੇ ਛੜਿਆਂ ਦਾ ਸਰਜੂ। ਇਹ ਕੱਲਾ ਬੰਤ ਛੜੇ ਦਾ ਸਾਰ ਦੇ ਨਾ ਉਹੀ ਬਹੁਤ ਆ। ਬਚੋ ਹੌਲਾ ਹੌਲਾ ਸੈਟ ਪੱਤਾ ਲੱਡੂ। ਆਹਾ ਮੇਰੇ ਨਾਲ ਦੀਆਂ ਤੇਰੀ ਨਿਗਾਹ ਤੇ ਮੇਰੇ ਪੱਤਿਆਂ ਦੇ ਚੱਲ ਲੱਡੂ ਸਿਆਂ ਰਾਣੀ ਤੇਰੀ ਕਢਾ ਕੇ ਹਟਾਂਗੇ ਆਪਾਂ ਲਾਲਾ ਜਿੰਨੇ ਜ਼ੋਰ ਲੱਗਦਾ। ਉਹ ਬਈ ਤੈ ਤਾਂ ਹੁਣ ਵਿਆਹ ਜਾਣਾ ਤਾਂ ਇਹਦੀ ਰਾਣੀ ਕਢਾ ਕੇ ਕਿੱਥੇ ਨੂੰ ਜਾਣਾ, ਲਾ ਲੈਣ ਤੈਨੂੰ ਚਾਰ ਰਾਣੀ ਰੱਖ ਕੇ। ਆ ਜਾ ਬਈ ਓਦਾਂ ਦਾ ਕੁਛ ਬਣਦਾ ਨੀ, ਘੱਟੋ ਘੱਟ ਇੱਦਾਂ ਹੀ ਰਹਿ ਲੈਂਦੋ ਰਾਣੀ ਯਾਰ। ਚੱਲ ਬਾਜੀ ਦਾ ਚੱਲ ਇਹ ਚੱਲ ਥੱਲੇ ਆ ਤੂੰ ਖੇਡ ਤਾਂ ਸਹੀ ਇੱਥੇ ਆ ਕੇ। ਲੈ ਚਾਚਾ ਆ ਗਿਆ ਲੈ ਚਲੋ ਚਾਚੇ ਦੀ ਵੀ ਬੰਦ ਪੱਤੇ ਤੈਨੂੰ ਇਸ ਕਰਕੇ ਸ਼ਹਿਰ ਪੜਾਉਣਾ ਵੀ ਤੂੰ ਇੱਥੇ ਬੈਠ ਕੇ ਤਾਸ਼ਾ ਖੇਡੇ ਵੇ ਕੀ ਗੱਲ ਹੋ ਗਈ ਬਾਪੂ ਜੀ ਤੈਨੂੰ ਕੀ ਤੇਰੇ ਭਾਣੇ ਜੋ ਮਰਜ਼ੀ ਹੁੰਦਾ ਰਹੇ ਬਸ ਤੇਰੀਆਂ ਆਵਾਰਾ ਕਰਦੀਆਂ ਕਾਇਮ ਰ
ਕੀਤਾ ਕੀ ਆ? ਦੱਸਾਂ ਤੈਨੂੰ ਤੇਰੀ ਗੱਲ, ਚੁੱਪ ਛੋਟੇ, ਦੱਸਾਂ ਮੈਂ ਤੈਨੂੰ ਤੇਰੀ ਗੱਲ। ਓ ਚਾਚਾ, ਬਾਪੂ ਜੀ ਤੁਸੀਂ ਬਾਈ ਦੇ ਥੱਪੜ ਮਾਰਤਾ? ਓ ਕੋਈ ਨੀ ਕੋਈ ਨੀ ਯਾਰ, ਫਿਰ ਕੀ ਹੋ ਗਿਆ? ਚਾਚਾ ਖਾ ਖਾ ਕੇ ਤਾਂ ਵੱਡੇ ਹੋਏ ਆਪਾਂ, ਤੂੰ ਚਾਚੇ ਨੂੰ ਘਰ ਲੈ ਕੇ ਜਾ ਤੂੰ। ਪਰ ਬਾਈ ਯਾਰ, ਬਾਪੂ ਨੇ ਥੱਪੜ ਕਿਵੇਂ ਮਾਰਿਆ? ਪੀਤੀ ਹੋਈ ਆ ਚਾਚੇ ਦੀ, ਕੋਈ ਨੀ ਜਾ ਤੂੰ। ਮੈਂ ਨਾ ਸੀਤੋ, ਤੂੰ ਕੁਛ ਕਹਿਣਾ ਚਾਹੁੰਦੀ ਆ ਪਰ ਕਹਿ ਨਹੀਂ ਰਹੀ, ਕੀ ਗੱਲ ਆ ਦੱਸ? ਭੈਣੇ ਮੈਂ ਤਾਂ ਆਪ ਇਹੀ ਸੋਚਦੀ ਸੀ ਵੀ ਜਿਹੜਾ ਕੁਛ ਮੈਂ ਅੱਖੀਂ ਦੇਖਿਆ ਉਹ ਦੱਸਾਂ ਕਿ ਨਾ ਦੱਸਾਂ। ਦੇਖ ਭੈਣੇ, ਇਹ ਥੋੜਾ ਘਰ ਦਾ ਮਸਲਾ, ਆਪੇ ਹੀ ਨਜਿੱਠ ਲਿਓ। ਹੋ ਆ ਘਰ ਦਾ ਮਸਲਾ ਘਰੇ ਨਿਬੇੜੋ, ਤੂੰ ਸਾਫ਼ ਸਾਫ਼ ਦੱਸ ਕਹਿਣਾ ਕੀ ਚਾਹੁੰਦੀ ਤੂੰ? ਕੀ ਦੱਸਾਂ ਭੈਣੇ, ਭਰੇ ਬਾਜ਼ਾਰ 'ਚ ਤੇਰੇ ਮੁੰਡੇ ਦੇ ਥੱਪੜ ਮਾਰਿਆ ਤੇਰੇ ਦਿਓਰ ਨੇ, ਹੁਣ ਗੁੱਸਾ ਤਾਂ ਹੋਣਾ ਉਹਨੂੰ ਪੰਚਾਇਤ ਵਾਲੀ ਗੱਲ ਦਾ? ਹੈਂ, ਜੱਗੇ ਨੂੰ ਤਾਂ ਕਹਿ ਨਹੀਂ ਸਕਿਆ, ਵੱਡਾ ਭਰਾ ਜੋ ਹੋਇਆ ਹੁਣ ਜਵਾਕਾਂ 'ਤੇ ਗੁੱਸਾ ਨਿਕਲਦਾ ਹੁੰਦਾ। ਸ਼ੇਰੇ ਨੇ ਮੇਰੇ ਪੁੱਤ ਦੇ ਥੱਪੜ ਮਾਰਿਆ, ਉਹ ਵੀ ਭਰੇ ਬਾਜ਼ਾਰ 'ਚ। ਹੋਰ ਕੀ, ਨਿਆਣੇ ਦਾ ਤਾਂ ਮੂੰਹ ਉੱਤਰ ਗਿਆ, ਕੰਨ ਲਾਲ ਕਰਦਾ ਢਹਿ ਜਾਣੇ ਨੇ। ਚੰਗਾ ਭੈਣੇ, ਕੰਨ ਤਾਂ ਮੈਨੂੰ ਤਾਂ ਉਡੀਕਦੇ ਹੋਣੇ, ਭੁੱਖੇ ਹੋਣੇ ਆ ਨਾ, ਮੈਂ ਚੱਲਦੀ ਹਾਂ। ਚੰਗਾ ਫਿਰ ਮਾਰੂੰ ਗੇੜਾ, ਚੱਲਾਂ ਮੈਂ। ਕੀ ਗੱਲ ਹੈ ਸਰਦਾਰਨੀ, ਬੜੀ ਗੁੱਸੇ 'ਚ ਬੈਠੀ ਹੈ, ਨਾ ਕੋਈ ਸਤਿ ਸ਼੍ਰੀ ਅਕਾਲ ਨਾ ਕੁਝ ਹੋਰ। ਗੁੱਸੇ 'ਚ ਨਾ ਹੋਵਾਂ ਤੇ ਹੋਰ ਕੀ ਹੋਵਾਂ, ਜੇ ਤੁਹਾਡੇ ਭਰਾ ਨੇ ਗਲਤੀ ਕੀਤੀ ਸੀ ਤਾਂ ਹੀ ਤੁਸੀਂ ਭਰੀ ਪੰਚਾਇਤ 'ਚ ਉਹਦੇ ਕੋਲ ਮਾਫ਼ੀ ਮੰਗਵਾਈ ਸੀ, ਪਰ ਇਹਦਾ ਮਤਲਬ ਇਹ ਨਹੀਂ ਉਹ ਸਭ ਦੇ ਸਾਹਮਣੇ ਮੇਰੇ ਮੁੰਡੇ 'ਤੇ ਥੱਪੜ ਮਾਰਦਾ ਫਿਰੇ। ਫਿਰ ਕੀ ਹੋਇਆ, ਚਾਚਾ ਹੈ ਉਹਦਾ, ਉਹ ਮਾਰ ਵੀ ਸਕਦਾ। ਦੇਖੋ ਜੀ, ਮੈਨੂੰ ਮੇਰੇ ਮੁੰਡੇ ਤੋਂ ਵੱਧ ਕੇ ਕੁਛ ਨਹੀਂ, ਜੇ ਬਦਲੇ 'ਚ ਉਹਨੂੰ ਕੁਛ ਕਹਿਣ ਤਾਂ ਫਿਰ ਨਾ ਜਾਣੇ ਉਹ ਆਪਣੇ ਆਪ ਨੂੰ ਹੀ ਕੁਛ ਕਰ ਲੈਂਦਾ, ਤਾਂ ਫਿਰ ਅਸੀਂ ਕਾਹਦੇ ਜੋਗੇ ਸੀ? ਤੁਸੀਂ ਸਮਝਾ ਦਿਓ ਆਪਣੇ ਭਰਾ ਨੂੰ, ਨਹੀਂ ਤਾਂ। ਮੇਰੀਆਂ ਅੱਖਾਂ ਅੱਗੋਂ ਤੇ ਉਹ ਸੀਨ ਬਾਰ ਬਾਰ ਘੁੰਮਣੋਂ ਨਹੀਂ ਹਟਦਾ। ਹਾਏ ਹਾਏ, ਕਿਵੇਂ ਜੀ ਕੀਤਾ ਹੋਊਗਾ ਛੋਟੇ ਭਰਾ ਦੀ ਸਾਰੇ ਪਿੰਡ ਦੇ ਸਾਹਮਣੇ ਬੇਇੱਜ਼ਤੀ ਕਰਨ ਨੂੰ, ਵੱਡਾ ਹਰੀਸ਼ ਚੰਦਰ ਬਣ ਬਣ ਪੈਂਦਾ। ਸੁਣਦੇ ਜੇ, ਮੂੰਹ ਤਾਂ ਇੱਧਰ ਕਰੋ। ਤੁਹਾਨੂੰ ਤੇ ਅੱਜ ਇੰਜ ਹੋਣ ਲੱਗਾ, ਮੈਨੂੰ ਤੇ ਕਈ ਸਾਲ ਹੋ ਗਏ ਇੰਜ ਚਿੱਤ ਘਾਉ ਮਾਉ ਕਰਦੇ ਨੂੰ, ਪਰ ਕਦੇ ਕੁਝ ਬੋਲਿਆ ਹੀ ਨਹੀਂ। ਇਹੋ ਸੋਚ ਸੋਚ ਕੇ ਅੰਦਰ ਅੰਦਰ ਚੁੱਪ ਰਹੀ ਵੀ ਚੱਲ ਹੋ ਜਾਣਾ, ਵੱਡਾ ਭਰਾ ਆ, ਪਰ ਕਦੇ ਸੋਚ ਕੇ ਤੇ ਵੇਖੋ ਆਪਣੇ ਕੋ ਕੀ ਆ। ਸਾਰਾ ਕੁਝ ਹੀ ਉੱਧਰ ਆ, ਵੱਡਾ ਟਰੈਕਟਰ ਹੈ ਉੱਧਰ, ਗੱਡੀਆਂ ਜੀਪਾਂ ਹੈ ਉੱਧਰ, ਹਾੜੀ ਸੁਣੀ ਦਾ ਹਿਸਾਬ ਵੀ ਉੱਧਰ। ਸਾਨੂੰ ਤੇ ਜੋ ਕੁਝ ਬਚ ਬੁਚ ਜਾਂਦਾ ਉਹ ਦੇ ਦਿੰਦੇ ਨੇ ਖਰਚ ਖਰਚਾ ਲਈ। ਕਿੱਦਾਂ ਲੰਮੀਆਂ ਤਾਣ ਕੇ ਸੁੱਤੇ ਆ, ਮੇਰੀ ਤਾਂ ਰਾਤਾਂ ਦੀ ਨੀਂਦ ਹਰਾਮ ਹੋ ਗਈ। ਉਹ ਭਾਗਵਾਨੇ, ਅੱਧੀ ਰਾਤ ਹੋ ਗਈ, ਸੌਂ ਜਾ, ਕਿਉਂ ਬੁੜ 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 ਬੋਲੀ ਜਾਂਦੀ ਹੈ? ਮੈਨੂੰ ਉੱਠ ਕੇ ਸਵੇਰੇ 100 ਕੰਮ ਹੁੰਦੇ ਨੇ।
ਸਾਡੇ ਨਾਲੋਂ ਤੇ ਗੋਗੀ ਹੋਣੇ ਚੰਗੇ ਆ। ਅਗਲਿਆਂ ਨੂੰ ਕਿਸੇ ਦੇ ਅੱਗੇ ਹੱਥ ਤੇ ਨਹੀਂ ਨਾ ਅੱਡਣੇ ਪੈਂਦੇ। ਅਸੀਂ ਤੇ ਜਦ ਤੱਕ ਹੱਥ ਨਾ ਅੱਡੀਏ ਮਿਲਦਾ ਹੀ ਕੁਛ ਨਹੀਂ। ਚਰੀਕੇ ਬਰਾਦਰੀ 'ਚ ਕਿਤੇ ਮੂੰਹ ਵਿਖਾਉਣ ਚੁੱਕਾ ਨਹੀਂ ਛੱਡਿਆ ਇਹਨਾਂ ਨੇ। ਜੀ ਕੀਤਾ ਹੋਊਗਾ ਛੋਟੇ ਭਰਾ ਦੀ ਸਾਰੇ ਪਿੰਡ ਦੇ ਸਾਹਮਣੇ ਬੇਇੱਜ਼ਤੀ ਕਰਨਾ। ਸਾਡੇ ਨਾਲ ਤਾਂ ਗੋਗੀ ਹੋਣੀ ਚੰਗੇ ਆ। ਅਗਲੇ ਨੂੰ ਕਿਸੇ ਦੇ ਅੱਗੇ ਹੱਥ ਤੇ ਨਹੀਂ ਨਾ ਅੱਡਣੇ ਪੈਂਦੇ। ਹਾਏ ਕਿਵੇਂ ਜੀ ਕੀਤਾ ਹੋਊਗਾ। ਸਾਡੇ ਨਾਲ ਤਾਂ ਗੋਗੀ ਹੋਣੀ ਚੰਗੇ ਆ ਛੋਟੇ ਭਰਾ ਦੀ ਸਾਰੇ ਪਿੰਡ ਦੇ ਸਾਹਮਣੇ ਬੇਇੱਜ਼ਤੀ ਕਰਨ ਨੂੰ। ਅਗਲੇ ਨੂੰ ਕਿਸੇ ਦੇ ਅੱਗੇ ਹੱਥ ਤੇ ਨਹੀਂ ਨਾ ਅੱਡਣੇ ਪੈਂਦੇ। ਬਾਪੂ ਜੀ ਕੀ ਹੈ ਇਹ? ਕੱਲ੍ਹ ਵੀ ਤੁਸੀਂ ਇੰਨੇ ਗੁੱਸੇ 'ਚ ਸੀਗੇ ਅਤੇ ਆ ਸਵੇਰੇ ਫੇਰ ਪੀਣ ਲੱਗ ਗਏ। ਉਹ ਜੇ ਕੋਈ ਗੱਲ ਆ ਮੈਨੂੰ ਦੱਸੋ ਤਾਂ ਸਹੀ। ਕੀ ਗੱਲ ਹੋਣੀ ਸੀ? ਕੋਈ ਗੱਲ ਨਹੀਂ, ਕੋਈ ਗੁੱਸਾ ਨਹੀਂ ਕਿਸੇ ਨਾਲ ਆਪਣਾ। ਪਤਾ ਗੁੱਸਾ ਆਉਣਾ ਸੀ? ਜੇ ਕੋਈ ਹੁੰਦਾ ਮੈਂ ਤੈਨੂੰ ਹੀ ਦੱਸਦਾ। ਕੋਈ ਗੱਲ ਨਹੀਂ, ਮੇਰਾ ਖੇਤ ਜਾਣਾ ਜ਼ਰੂਰੀ ਹੈ। ਰੋਟੀ ਲੈ ਕੇ ਆ ਜੀ ਆਪਣੀ ਮਾਂ ਨੂੰ ਕਹਿ ਕੇ। ਸ਼ਰੀਕਾਂ ਦਾ ਗੋਲਪਣਾ ਕਰਨ ਤੁਸੀਂ ਕੰਮ ਕਰਨੋਂ ਨਹੀਂ ਹਟਣਾ, ਅਗਲਿਆਂ ਨੇ ਬੁੱਲੇ ਲੁੱਟਣੋਂ ਨਹੀਂ ਹਟਣਾ, ਆਪ ਵੀ ਗੋਲਪਣਾ ਕਰਨਾ, ਸਾਥੋਂ ਵੀ ਗੋਲਪਣਾ ਕਰਾਉਣਾ, ਬਸ ਇਸੇ ਕੰਮ ਨੂੰ ਲੱਗਾ ਰਹਿੰਦਾ ਸਾਰਾ ਟੱਬਰ। ਭੋਗ ਬਣਾ ਚਿੱਤ ਲਾ ਕੇ ਗੋਗੀ। ਹਾਂਜੀ। ਕਣਕ ਨੂੰ ਛੱਡ, ਪੱਠਿਆਂ ਨੂੰ ਪਾਣੀ ਲਾਓ। ਹਾਂ ਠੀਕ ਹੈ ਜੀ, ਆਪਾਂ ਪੱਠਿਆਂ ਨੂੰ ਲਾ ਦਿੰਦੇ ਹਾਂ। ਕੋਈ ਲੋੜ ਨਹੀਂ ਪੱਠਿਆਂ ਨੂੰ, ਕਣਕ ਨੂੰ ਬੁਲਾ ਤੂੰ। ਮੈਂ ਚੱਲਿਆ ਜੀ। ਜਦ ਮੈਂ ਕਹਤਾ ਨਹੀਂ, ਪਾਣੀ ਬੁਲਾਉਣਾ ਕਣਕ ਨੂੰ। ਕੰਮ ਕਰ ਲੈਂਦੇ ਐਵੇਂ ਸ਼ੈਤਾਨੀਆਂ ਨਾ ਕਰ ਜੋ ਕਾਣੀ। ਸ਼ੈਤਾਨੀਆਂ ਮੈਂ ਕਰਦਾ? ਸ਼ੈਤਾਨੀਆਂ ਦਾ ਤੈਂ ਕੀਤੀਆਂ ਨੇ ਬਾਈ। ਕੀ ਮਤਲਬ? ਹੁਣ ਜੇ ਤੂੰ ਚਾਹੁੰਦਾ ਟਾਲ ਸਕਦਾ ਸੀ ਇਸ ਗੱਲ ਨੂੰ। ਤੂੰ ਗਲਤੀ ਕੀਤੀ ਸੀ ਤਾਂ ਤੈਨੂੰ ਮਾਫ਼ੀ ਮੰਗਣੀ ਪਈ। ਜੇ ਗਲਤੀਆਂ ਕਰੀਏ ਤਾਂ ਇੰਨਾ ਤਾਂ ਭੁਗਤਣਾ ਹੀ ਪੈਂਦਾ ਹੈ ਨਾ। ਉਹ ਮੈਂ ਕੁੱਤੇ ਵਾਂਗੂ ਭੌਂਕੀ ਜਾਂਦਾ। ਕੱਲ੍ਹ ਦਾ ਸੱਚ ਵੀ ਬੋਲਿਆ ਸੀ, ਮੈਂ ਗਲਤੀ ਨਹੀਂ ਕੀਤੀ। ਪਰ ਤੈਂ ਸ਼ਰੀਕਾ ਪਗਾਤਾ, ਤੈਂ ਸ਼ਰੀਕਾ ਪਗਾਤਾ ਸ਼ਰੀਕਾ। ਓਏ ਤੂੰ ਕਹਿਣਾ ਕੀ ਚਾਹੁੰਦਾ? ਉਹ ਕਹਿਣ ਨੂੰ ਛੱਡਿਆ ਕੀ ਆ ਤੈਂ? ਵੱਡਾ ਭਾਈ ਨਾ ਨਾ ਹੁੰਦਾ, ਮੈਂ ਦੱਸ ਦਿੰਦਾ ਹੁਣ ਤੈਨੂੰ ਵੀ ਗਲਤੀਆਂ ਕੀ ਹੁੰਦੀਆਂ ਨੇ ਤੇ ਮਾਫ਼ੀਆਂ ਕੀ ਹੁੰਦੀਆਂ ਨੇ। ਆਪਣੀ ਜ਼ਬਾਨ ਦੀ ਲਗਾਮ ਖਿੱਚ ਛੁੱਟਿਆ, ਨਹੀਂ ਮੈਨੂੰ ਖਿੱਚਣੀ ਪੈਣੀ। ਤੂੰ ਮੇਰੀ 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 ਲਗਾਮ ਖਿੱਚਿਆ? ਮੇਰੀ ਜ਼ਬਾਨ ਦੀ ਹੈ, ਤੂੰ ਖਿੱਚਿਆ ਜਵਾਬ? ਸ਼ਾਬਾਸ਼।
ਜੇਠ ਨਾ ਤੇਰੇ ਘਰ ਆਏ ਤੇ ਖੇਤਾਂ 'ਚ ਗੱਲ ਪੈ ਗਿਆ। ਮੈਨੂੰ ਤਾਂ ਪੰਤ ਦਾ ਫੋਨ ਆਇਆ, ਮੈਨੂੰ ਕਹਿੰਦਾ ਦੋਵੇਂ ਪਿਓ ਪੁੱਤਾਂ ਨੇ ਸ਼ੇਰਾ ਕਰ ਲਿਆ। ਮਰ ਗਏ ਤੇ ਹੋਰ ਵੇਖਿਆ, ਮੈਂ ਕਹਿੰਦੀ ਸਾਂ ਚੱਲ ਮੈਨੂੰ ਭਾ ਪਿੱਛੇ। ਮੰਮੀ ਮੈਂ ਦੇਖਦਾ, ਤੁਸੀਂ ਰਹੋ ਰਹੀ ਤੁਸੀਂ ਦੇਖਦਾ। ਭਾਈ ਵੇ ਲੋਕਾਂ ਸਾਡੇ ਨਾਲ ਕੀ ਹੋ ਗਿਆ ਵੇ, ਮੈਂ ਤੇ ਇਹਨਾਂ ਨੂੰ ਸਮਝਾਉਣੀ ਆ ਤਾਂ ਪੱਲੇ ਨਹੀਂ ਪੈਂਦਾ ਕੁਝ ਵੀ। ਜਿੱਥੋਂ ਤੱਕ ਘਰ ਦਾ ਸਵਾਲ ਆ, ਮੈਂ ਪਹਿਲਾਂ ਹੀ ਦੋਨਾਂ ਨੂੰ ਅਲੱਗ ਅਲੱਗ ਬਣਾ ਕੇ ਦੇ ਦਿੱਤੇ ਆ। ਡੰਗਰ ਵੱਛਾ, ਟਰੈਕਟਰ ਅਤੇ ਖੇਤੀਬਾੜੀ ਦੀ ਹੋਰ ਮਸ਼ੀਨਰੀ ਵੀ ਦੋਨਾਂ ਦੀ ਅਲੱਗ ਅਲੱਗ ਆ, ਪਰ ਪੈਲੀ ਮੈਂ ਨਹੀਂ ਵੰਡੀ। ਜੇ ਪੈਲੀ ਵੰਡਦੇ ਤਾਂ ਲੋਕਾਂ ਨੂੰ ਇਕੱਠੇ ਰਹਿਣ ਦਾ ਕਿਵੇਂ ਸਮਝਾਉਂਦੇ? ਭਾਈ ਜੇ ਹੁਣ ਹਾਲਾਤ ਹੀ ਇਹੋ ਜਿਹੇ ਬਣ ਗਏ ਆ ਕਿ ਪੈਲੀ ਵੰਡਣੀ ਵੰਡਣੀ ਆ, ਅਤੇ ਸਰਪੰਚ ਤੁਹਾਡੇ ਘਰ ਦਾ, ਕਰੋ ਇਕੱਠੀ ਪੰਚਾਇਤ ਤੇ ਵੰਡ ਲਓ। ਸਰਪੰਚ ਹੋਊ ਆਪਣੇ ਘਰ ਹੋਊ, ਸਾਡੇ ਤੇ ਕਾਹਦਾ ਰੋਬ। ਓਏ ਇਹ ਤਾਂ ਦੱਸ ਦੋ ਮੈਨੂੰ ਰੋਟੀ ਕਿੰਨੇ ਦੇਣੀ ਆ, ਨਹੀਂ ਤਾਂ ਮੈਂ ਰੋਟੀ ਅਸੀਂ ਦੇਵਾਂਗੇ ਬਾਪੂ ਜੀ ਤੁਹਾਨੂੰ, ਇੰਨੇ ਕੁ ਦਾਣੇ ਹੈਗੇ ਸਾਡੇ ਕੋਲ, ਬਥੇਰੇ ਇਕੱਠੇ ਕੀਤੇ ਆ, ਜਾਣਦੀ ਆ ਮੈਂ ਤੈਨੂੰ। ਮੈਂ ਵੀ ਜਾਣਦੀ ਆ ਤੈਨੂੰ, ਉਹ ਵੀ ਬੜੀ ਚੰਗੀ ਤਰ੍ਹਾਂ। ਗੱਲ ਸੁਣੋ ਜੀ, ਪਿੰਡ ਦੇ ਚਾਰ ਸਿਆਣੇ ਬੰਦੇ ਇਕੱਠੇ ਕਰਕੇ ਫੇਰ ਪੈਲੀ ਵੰਡਿਓ, ਸਰਪੰਚ ਸਾਹਿਬ ਦਾ ਕੀ ਪਤਾ, ਘੱਟ ਵੱਧ ਕਰ ਦੇਣ। ਜਿੱਥੇ ਜਨਾਨੀਆਂ ਬੋਲਣ ਲੱਗ ਜਾਣ ਉੱਥੇ ਬੰਦਿਆਂ ਦਾ ਕੋਈ ਕੰਮ ਨਹੀਂ। ਜੋ ਤੁਹਾਡਾ ਫੈਸਲਾ ਹੋਵੇ ਭਾਈ ਮੈਨੂੰ ਦੱਸ ਦੇਣਾ। ਸ਼ਾਇਦ ਵਾਹਿਗੁਰੂ ਨੇ ਸਰਾਂ ਵਾਲਾ ਕੰਮ ਇਸੇ ਦਿਨ ਲਈ ਕਰਾਇਆ ਸੀ, ਕੀ ਪਤਾ ਅਸੀਂ ਖੁਦ ਹੀ ਉੱਥੇ ਜਾਣਾ ਪੈਣਾ। ਲੈ ਬਈ ਖਾਤ ਨਾਲੇ ਸਵਾਦ ਦੱਸ, ਉਹ ਮੈਂ ਸੋਚਿਆ ਵਿੱਚ ਸਾਰੇ ਲੰਬੇ ਲਾ ਦੇਣੇ। ਆ ਤਿੰਨ ਕਿਉਂ ਨੀ? ਉਹ ਬਈ ਮੈਂ ਸੋਚਿਆ ਤਿੰਨੋਂ ਭਰਾ ਇਕੱਠੇ ਬਹਿ ਕੇ ਖਾਣੇ ਪੀਣੇ ਆ। ਮੈਂ ਜਵਾਕ ਨਹੀਂ ਹੈਗਾ ਬਾਈ ਯਾਰ, ਏਡਾ ਵੀ ਕਿਹੜਾ ਗੁੱਸਾ ਹੋਇਆ, ਅਣਜਾਣ ਨਾ ਬਣ ਲੱਡੂ, ਜਿਹੀ ਸਭ ਗੋਗੀ ਚਾਚੇ ਨਾਲ ਹੁੰਦਾ ਫਿਰ। ਤੈਨੂੰ ਲੱਗਦਾ ਬਾਈ ਇੱਦਾਂ ਹੋ ਸਕਦਾ? ਨਾਲੇ ਜੱਸਾ ਬਾਈ ਤੈਨੂੰ ਤੇ ਸ਼ੇਰੇ ਚਾਚੇ ਨੂੰ ਕਿੰਨਾ ਪਿਆਰ ਕਰਦਾ। ਉਹ ਤੂੰ ਬੜਾ ਹਮਾਇਤੀ ਨਾ ਬਣ ਕੇ ਇਸਦਾ। ਓਏ ਉਹ ਹਮਾਇਤੀ ਨਹੀਂ ਬਣ ਰਿਹਾ, ਸਹੀ ਗੱਲ ਕਹਿ ਰਿਹਾ। ਤੂੰ ਸਮਝਿਆ ਕਰ ਛੋਟੇ। ਓ ਹਾਂ, ਇੱਥੇ ਤਾਂ ਸਾਰੇ ਹੀ ਸਹੀ ਕਹਿੰਦੇ ਆ, ਗਲਤ ਤਾਂ ਸਿਰਫ ਮੈਂ ਆ ਤੇ ਯਾ ਮੇਰਾ ਬਾਪੂ। ਉਹਦੀਆਂ ਗੱਲਾਂ ਵੱਲ ਧਿਆਨ ਨਾ ਦੇ, ਤੈਨੂੰ ਪਤਾ ਉਹ ਵੀ ਕਿਹੜਾ ਤੇਰੇ ਬਿਨਾਂ ਰਹਿ ਸਕਦਾ। ਫਿਕਰ ਨਾ ਕਰ, ਸਭ ਠੀਕ ਹੋ ਜੂਗਾ। ਪਤਾ ਨਹੀਂ ਯਾਰ, ਹੁਣ ਇਹ ਸਾਰਾ ਕੁਝ ਠੀਕ ਹੋ ਗਿਆ ਜਾਂ ਹੋਰ ਜ਼ਿਆਦਾ ਖਰਾਬ। ਕੋਈ ਗੱਲ ਨਹੀਂ, ਮਿਲਦੇ ਬਾਈ। ਆਪਾਂ ਦੋ ਘੜੀ ਬਹਿੰਦੇ ਯਾਰ।
ਸੂਟਾਂ ਨਾਲ ਦੀ ਰੀਲਾ ਲੈ ਕੇ ਆਈ, ਠੀਕ ਹੈ? ਹੈਲੋ, ਹਾਂ ਭਾਬੀ, ਸਤਿ ਸ਼੍ਰੀ ਅਕਾਲ। ਕੀ ਹੋਇਆ ਤੈਨੂੰ? ਕੁਛ ਨਹੀਂ ਹੋਇਆ। ਫਿਰ ਤੇਰੀ ਆਵਾਜ਼ ਤੋਂ ਕਿੱਦਾਂ ਲੱਗ ਰਿਹਾ? ਕਿਸੇ ਨੇ ਕੁਛ ਕਿਹਾ ਮੇਰੇ ਦਿਓਰ ਨੂੰ? ਨਾ ਭਾਬੀ, ਮੈਨੂੰ ਕਿਹਨੇ ਕੀ ਕਹਿਣਾ। ਹਾਂ, ਨਾਲੇ ਤੇਰੇ ਬਾਈ ਦੇ ਹੁੰਦੇ ਕਿਸੇ ਦੀ ਮਜਾਲ ਆ ਤੈਨੂੰ ਕੋਈ ਕੁਛ ਕਹਿ ਜੇ? ਅੱਛਾ, ਗੱਲ ਸੁਣ, ਕਿਤੇ ਤੇਰੇ ਬਾਈ ਨੇ ਤਾਂ ਨਹੀਂ ਤੈਨੂੰ ਕੁਛ ਕਿਹਾ? ਦੱਸ ਦੇ। ਚੱਲ, ਭਾਬੀ ਦੇ ਨਾਤੇ ਨਹੀਂ ਦੱਸ ਸਕਦਾ, ਤੇ ਭੈਣ ਦੇ ਨਾਤੇ ਤੇ ਦੱਸ ਹੀ ਸਕਦਾ ਨਾ। ਛੋਟਾ ਭਰਾ ਆ ਨਾ ਤੂੰ ਮੇਰਾ। ਦੇਖੀ ਫਿਰ ਤੇਰੀ ਭੈਣ ਕਿਵੇਂ ਸਹੀ ਕਰਦੀ ਤੇਰੇ ਬਾਈ ਨੂੰ। ਕੋਈ ਗੱਲ ਨਹੀਂ ਹੈਗੀ ਭਾਬੀ, ਤੁਸੀਂ ਦੱਸੋ, ਫੋਨ ਕੀਤਾ ਸੀ, ਕੋਈ ਕੰਮ ਸੀ? ਹਾਂ, ਮੈਂ ਤੇਰੇ ਬਾਈ ਨੂੰ ਫੋਨ ਲਾਇਆ ਸੀ, ਉਹਨਾਂ ਨੇ ਚੱਕਿਆ ਨਹੀਂ, ਤੇ ਮੈਂ ਸੋਚਿਆ ਤੂੰ ਨਾਲ ਹੀ ਹੋਣਾ, ਤਾਂ ਕਰਕੇ ਤੈਨੂੰ ਲਾ ਲਿਆ। ਭਾਬੀ, ਮੈਂ ਲਾਉਣਾ ਥੋੜ੍ਹਾ ਸੁਨੇਹਾ। ਉਹ ਬੇਬੇ ਆਵਾਜ਼ਾਂ ਮਾਰਦੀ, ਆਪਾਂ ਕਰਦੇ ਹਾਂ ਗੱਲ। ਚੱਲ ਠੀਕ ਆ, ਬਾਏ। ਕੱਟਤਾ ਉਹ ਲੱਡੂ? ਪਤਾ ਮੈਨੂੰ ਯਾਰ ਸਾਰਾ ਕੁਛ, ਨਾਲੇ ਹੁਣ ਕੀ ਦੱਸਾਂ ਮੈਂ ਰੂਪ ਨੂੰ ਕਿ ਕਿਉਂ ਨਹੀਂ ਗੱਲ ਕਰ ਰਿਹਾ। ਮੇਰਾ ਹਾਲੇ ਮੂਡ ਨਹੀਂ ਕਿਸੇ ਨਾਲ, ਤੈਨੂੰ ਮੈਂ ਰੁੱਕ ਕੇ ਫੋਨ ਕਰਦਾ। ਬਾਪੂ ਜੀ, ਇੰਨਾ ਕਾਹਦਾ ਸੋਚਣਾ, ਨਿਸ਼ਾਨਦੇਹੀ ਜ਼ਮੀਨ ਦੀ ਹੋਈ ਆ, ਦਿਲ 'ਤੇ ਥੋੜ੍ਹਾ ਨਿਸ਼ਾਨ ਲੱਗਿਆ, ਤੁਸੀਂ ਐਵੇਂ ਟੈਨਸ਼ਨ ਲਈ ਬੈਠੇ ਹੋ। ਨਾਲੇ ਮੈਂ ਵੀ ਹੁਣ ਬਾਪੂ ਜੀ ਤੁਹਾਡੇ ਵਰਗਾ ਬਣਨਾ, ਜਦੋਂ ਕੋਈ ਰੌਲਾ ਰੂਲਾ ਹੋਇਆ ਕਰੂ ਨਾ ਪੰਚਾਇਤ 'ਚ, ਮੈਂ ਵੀ ਤੁਹਾਡੇ ਨਾਲ ਜਾਇਆ ਕਰਨਾ, ਰਾਜ਼ੀਨਾਮੇ ਕਰਾਇਆ ਕਰਾਂਗੇ ਆਪਾਂ ਦੋਨੋਂ ਜਾਣੇ। ਜੇ ਕਿਤੇ ਦਾਦੂ ਲੱਗਾ ਤਾਂ ਮੈਨੂੰ ਵੀ ਸਰਪੰਚ ਸਰਪੰਚ ਬਣਾ ਦਿਓ। ਜੱਸੇ, ਸਵੇਰੇ ਖੇਤਾਂ 'ਚ ਜਲਦੀ ਆ ਜੀ, ਤੇਰੇ ਚਾਚੇ ਨੇ ਨਹੀਂ ਆਉਣਾ ਹੁਣ। ਨਾਲੇ ਤੂੰ ਚੰਗਾ ਕੀਤਾ ਜੋ ਮਾਫ਼ੀ ਮੰਗ ਲਈ, ਮਾਫ਼ੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਉਹ ਰਾਹ ਦਿਓ ਸਰਦਾਰ ਜੀ ਨੂੰ। ਕਿਉਂ ਆਇਆ ਸਵਾਦ? ਫੁੱਲ ਬਾਈ, ਫੁੱਲ ਸਵਾਦ ਆਇਆ ਧਰਮ ਨਾਲ ਬਾਈ, ਰੂਹ ਖੁਸ਼ ਹੋ। ਰੂਹ ਨਹੀਂ ਖੁਸ਼ ਹੋਈ ਹਲੇ, ਰੂਹ ਤਾਂ ਉੱਦੇ ਖੁਸ਼ ਹੋਊ ਜਿੱਦਾਂ ਇਹਨਾਂ ਦੇ ਜਵਾਕ ਵੀ ਆਪਸ 'ਚ ਪਾ ਕੇ ਹਲੇ ਤਾਰ ਜੁੜਦੀ ਆ ਕਿਤੇ ਨਾ ਕਿਤੇ। ਕੋਈ ਨਹੀਂ, ਚਲੋ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਨਗਰ ਦੇ ਵਿੱਚ ਦੁਬਾਰਾ ਫਿਰ ਟਰੈਕਟਰਾਂ ਦੀ ਰੇਸ ਹੋਣ ਜਾ ਰਹੀ ਹੈ। ਇਸ ਇਲਾਕੇ ਦੇ ਵਿੱਚੋਂ ਤੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਗੱਭਰੂ ਆਪਣੇ ਟਰੈਕਟਰ ਲੈ ਕੇ ਮੈਦਾਨ ਦੇ ਵਿੱਚ ਪਹੁੰਚ ਚੁੱਕੇ ਨੇ, ਤੇ ਇਸ ਰੇਸ ਦੇ ਪੁਰਾਣੇ ਜੇਤੂ ਜੱਸਾ ਤੇ ਜੀਤਾ ਉਹ ਵੀ ਆਪਣੇ ਟਰੈਕਟਰਾਂ ਦੇ ਨਾਲ ਇੱਥੇ ਪਹੁੰਚ ਚੁੱਕੇ ਨੇ। ਸੋ ਆਓ ਫਿਰ ਦੇਖਦੇ ਹਾਂ ਇਹ ਜੱਦੀ ਸਰਦਾਰਾਂ ਦੀ ਜੋੜੀ ਅੱਜ ਫਿਰ ਆਪਣਾ ਉਹ ਇਤਿਹਾਸ ਦੁਹਰਾਏਗੀ ਜਾਂ ਫਿਰ ਨਹੀਂ।
लो जी मुकाबले की झंडी लहरा दी गई है, दौड़ शुरू हो चुकी है। एक तो एक ग्यारह तो आप पिछलियां दौड़ा ही देखा सी, एक तो एक दो होंगे अज देख लिया, कला तो रुख भी नहीं खड़ा रह सकता, यह तो फिर भी दो बुत तो एक जान है। सत श्रीकाल भैन जी। हाँ जी दसो। काफ़ी समा हो गया, मैं सोचा आप विआह की तरीक ही पक्की कर लीए। कहे विआह की तरीक? भैन जी क्यों मजाक करते हो, जसजीत ते अपने रूप के विआह की तरीक? एक मिनट इत्थे रुको जी। तेल लैन गए होने ना, तेल चोणगे लंघाउणगे, शगना की गल जो हुई। आ चुको अपनी पग ते अपनी मुंदरी, साडा थोड़े ना कोई रिश्ता नहीं। पर आ की भैन जी, जे कोई गल हो गई है तो आप बह के कर लें। मैं थोड़े ना कोई गल नहीं करनी, तुसी जेड़ी गल करनी है ना और नाल थोड़ी भैन का घर उत्थे जाके गल करो, समझे ना तुसी? पर भैन जी मैं बाद च करदी हां। सत श्री अकाल जी। आया नु मेरा भरा आया नी भाना, पानी लैके आ, नी पानी रहन दे, लस्सी लैके आ मेरे वीर ली। लस्सी भी पीवांगे, रोटी भी खावांगे। तू पहला ये दस, जे थोड़े दोनों परिवारों विच कोई गल हुई सी, तेरा फर्ज नहीं सी बनता अपने भरा नु दसना? अगलिया ने मुंह ते मारी पग ते मुंदरी। अगले ने तो साढ़े नाल जम्मण मरन ही खत्म करता, ना असी उन्हां ते जाइए ना अगले साढ़े आउण। तेरा ते जम्मण मरन मुक गया, मेरा ते मरन हो गया ना, मैं सहुरियां नूं की जवाब दूंगा? खास करके उस रब रूपी जनानी नूं जिहदी कुड़ी दा रिश्ता लिया सी मैं ठोके, ओह वी सिर्फ तेरे इक बोल ते। की दस दे तैनूं वीरे, अगले ने दसण जोगा छड्डिया ही नहीं, जमा पराया ही करता सानूं। देख भैणे, मैनूं कुछ नहीं पता, जे रिश्ता टुट गया ना तां लोकां ने सिर्फ कुड़ी विच ही नुक्स कढ़णा, मैनूं तां सिर्फ जवाब चाहीदा, ओह वी ठोस। मैं हुण की करां, अगलिया ने इदां कीता ते। तू कुछ ना कर, तू बस इन्ना कर, इस बार रखड़ी उत्ते भुल जा कि तेरा कोई भरा भी है। सुखी संदी कानू इदां कहना वीरे, तू अंदर आ लस्सी पी। पहला जवाब। जवाब भी दे देनी तेनू, दस दी हां, अंदर ते आ लस्सी ते पी। पहला जवाब। वीरे अंदर आ लस्सी ते पी। जवाब। चल ठीक है, कर दिया कुछ। पानो लस्सी फड़ा। विची पहला जवाब। तू अंदर आ लस्सी तो पी। जवाब। चल फिर सुन, तू रिश्ता ही करना है ना,
ਅਗਲਿਆਂ ਦੇ ਮੁੰਡੇ ਨੂੰ ਛੱਡ, ਸਾਡੇ ਮੁੰਡੇ ਨਾਲ ਕਰ ਦੇ। ਪਰ ਵਿਆਹ ਸਾਨੂੰ 10 ਦਿਨਾਂ 'ਚ ਚਾਹੀਦਾ। ਮਨਜ਼ੂਰ ਹੈ? ਚੱਲ ਵੀਰ, ਹੁਣ ਤੇ ਅੰਦਰ ਆ ਜਾ। ਪਾਨੋ ਰੱਖ ਸਾਰਾ ਅੰਦਰ ਫਰੂਟ ਹੈ। ਬੀਬੇ ਡੱਬੇ ਵੀ ਚੁੱਕ। ਹਾਂਜੀ ਹਾਂ। ਮਾਮਾ ਆਇਆ ਸੀ? ਆ ਗਿਆ ਮੇਰਾ ਸ਼ੇਰਪੁੱਤ। ਤੂੰ ਮੂੰਹ ਮਿੱਠਾ ਕਰ ਪਹਿਲਾਂ, ਲੈ। ਉਹ ਤਾਂ ਠੀਕ ਆ, ਪਰ ਅਸਮਾਨ ਕਦਾਂ? ਨਾਲੇ ਮਾਮਾ ਕਿੱਧਰ ਆਇਆ ਸੀ? ਤੇਰਾ ਰਿਸ਼ਤਾ ਪੱਕਾ ਕਰਨ ਆਇਆ ਸੀ। ਕਰਤਾ ਮੈਂ ਰਿਸ਼ਤਾ ਪੱਕਾ? ਕਰਤਾ ਮੈਨੂੰ ਬਿਨਾਂ ਪੁੱਛੇ? ਲੈ, ਇਹੋ ਜਿਹੇ ਕੰਮਾਂ 'ਚ ਨਿਆਣਿਆਂ ਨੂੰ ਪੁੱਛੀਦਾ ਥੋੜ੍ਹਾ ਵਾ। ਮਾਂ ਪਿਓ ਦਾ ਕੰਮ ਜੇ ਪੜ੍ਹਾਈ ਲਿਖਾਈ ਕਰਾਉਣਾ, ਤੇ ਇਹ ਕੰਮ ਵੀ ਤਾਂ ਮਾਂ ਪਿਓ ਨੇ ਹੀ ਕਰਨੇ ਆ। ਮੇਰਾ ਉਹ ਮਤਲਬ ਨਹੀਂ ਸੀ ਮੰਮੀ, ਪਰ ਘੱਟੋ ਘੱਟ ਮੈਨੂੰ ਦੱਸ ਦੇ ਤਾਂ ਸੀ ਨਾ ਕਿ ਕੁੜੀ ਹੈ ਕੌਣ। ਕੁੜੀ ਨੂੰ ਤੂੰ ਜਾਣਦਾ, ਤੈਨੂੰ ਪਸੰਦ ਵੀ ਆਊਗੀ। ਪਰ ਹੈ ਕੌਣ? ਰੂਪ। ਮੰਮੀ ਤੁਹਾਡਾ ਦਿਮਾਗ ਠੀਕ ਹੈ? ਉਹ ਬਾਈ ਦੀ ਮੰਗ ਹੈ, ਉਹ ਬਾਈ ਨੂੰ ਪਿਆਰ ਕਰਦੀ ਹੈ ਤੇ ਬਾਈ ਉਹਨੂੰ ਪਿਆਰ ਕਰਦਾ। ਤੁਸੀਂ ਆਪ ਤਾਂ ਕਹਿ ਕੇ ਰਿਸ਼ਤਾ ਕਰਵਾਇਆ ਸੀ। ਮੰਨਿਆ ਕਿ ਆਪਾਂ ਉਹਨਾਂ ਨਾਲ ਨਹੀਂ ਬੋਲਦੇ ਹੈਗੇ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਰਿਸ਼ਤੇ ਮਿਲਾਵਟੀ ਕਰ ਲਵਾਂ। ਹੁਣ ਰੂਪ ਮੈਨੂੰ ਛੋਟਾ ਭਰਾ ਤੇ ਦਿਓਰ ਕਹਿੰਦੀ ਹੈ ਤੇ ਮੈਂ ਉਹਨੂੰ ਭਾਬੀ, ਤੇ ਹੁਣ ਤੁਸੀਂ ਕਹਿੰਦੇ ਹੋ ਮੈਂ ਉਹਨੂੰ ਰਿਸ਼ਤੇ ਨੂੰ ਹਾਂ ਕਰ ਦਵਾਂ? ਮੰਗ ਨੂੰ ਜਵਾਬ ਉਹਨਾਂ ਨੇ ਦਿੱਤਾ ਸੀ ਤਾਂ ਮੈਂ ਆਪਣੇ ਭਰਾ ਦੀ ਪਿੱਠ ਨਹੀਂ ਲਵਾ ਸਕਦੀ। ਪਰ ਇਹ ਗਲਤ ਹੈ। ਗਲਤ ਤੇ ਸਹੀ ਤਾਂ ਮੈਨੂੰ ਨਹੀਂ ਪਤਾ, ਪਰ ਮੈਂ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਹੈ ਤਾਂ ਤੈਨੂੰ ਵੀ ਇਸ ਰਿਸ਼ਤੇ ਲਈ ਹਾਂ ਕਰਨੀ ਪੈਣੀ ਆ, ਆਪਣੀ ਮਾਂ ਲਈ। ਮੰਮੀ ਜੇ ਤੁਹਾਡੀ ਆਹੀ ਅੜੀ ਹੈ ਨਾ ਤਾਂ ਮੈਂ ਵੀ ਤੁਹਾਡਾ ਹੀ ਮੁੰਡਾ। ਇਸ ਰਿਸ਼ਤੇ ਲਈ ਨਾ ਮੈਂ ਹਾਂ ਕਰਾਂ ਅੱਜ ਤੇ ਨਾ ਮੈਂ ਕਰਾਂ ਕੱਲ੍ਹ। ਨਾ ਹੋਵੇ ਮੈਂ ਇੱਥੇ ਸ਼ਹੀਦ ਹੋ ਜਾਂ ਤੇ ਘਰਦਿਆਂ ਨੂੰ ਪਤਾ ਹੀ ਨਾ ਲੱਗੇ। ਪਰਤੇ ਪਰੇ ਕਰਦੇ ਕਰ ਰਹੇ ਹੋ? ਗੱਲ ਕੀ ਹੋਈ ਹੈ, ਗੱਲ ਤਾਂ ਦੱਸੋ। ਮੈਂ ਕਰੂੰਗੀ ਆਪਣੀ ਮਰਜ਼ੀ, ਅੱਜ ਜੀਣ ਦਾ ਕੀ ਫਾਇਦਾ ਜਦੋਂ ਮੇਰੀ ਲਾਤ ਹੀ ਮੇਰੇ ਕਹਿਣੇ 'ਚ ਨਹੀਂ ਆ। ਉਹ ਚਾਹੁੰਦੇ ਕੀ ਹੋ ਤੁਸੀਂ? ਰਿਸ਼ਤੇ ਨੂੰ ਹਾਂ ਕਰਦੇ।
ਤੁਸੀਂ ਅੱਖੀ ਦੇਖਿਆ ਜ਼ਹਿਰ ਖਾਣ ਨੂੰ ਕਹਿ ਰਹੇ ਹੋ ਮੈਨੂੰ? ਨਹੀਂ, ਮੈਂ ਤਾਂ ਚਾਹੁੰਦੀ ਹਾਂ ਤੂੰ ਇਸ ਰਿਸ਼ਤੇ ਨੂੰ ਹਾਂ ਕਰਕੇ ਵਿਆਹ ਕਰਾ ਤੇ ਸਾਨੂੰ ਲੱਡੂ ਖਾਣ ਜੋਗੇ ਕਰ ਦੇ। ਜੇ ਗੱਲ ਤੁਹਾਡੀ ਜ਼ਿੰਦਗੀ ਦੀ ਆ ਨਾ ਤਾਂ ਕਰਾ ਦੋ ਵਿਆਹ, ਮਨਜ਼ੂਰ ਆ ਮੈਨੂੰ। ਪਰ ਕਦੇ ਨਾ ਪੁੱਛਿਓ ਕਿ ਮੈਂ ਹੱਸਦਾ ਕਿਉਂ ਨਹੀਂ ਹੈਗਾ। ਜਿਉਂਦਾ ਰਹਿ ਮੇਰਾ ਪੁੱਤ, ਕੁੜੇਪਾਨਾ ਮੂੰਹ ਮਿੱਠਾ ਕਰਾ, ਕਰ ਤਿਆਰੀ, ਦਸ ਦਿਨਾਂ 'ਚ ਵਿਆਹ ਕਰ ਦੇਣਾ ਤੇਰਾ। ਫੁੱਫੜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੱਲ ਤਾਂ ਬੜੀ ਅਜੀਬ ਹੈ ਪਰ ਮੈਂ ਨਹੀਂ ਸੀ ਚਾਹੁੰਦਾ ਕਿ ਆਪਣੀ ਧੀ ਰਾਣੀ ਉੱਤੇ ਰਿਸ਼ਤਾ ਟੁੱਟਣ ਦਾ ਇਲਜ਼ਾਮ ਲੱਗੇ। ਆਪਣੀ ਰੂਪ ਸਿਆਣੀ ਹੈ, ਮੈਨੂੰ ਭਰੋਸਾ ਹੈ ਕਿ ਉਹ ਸਾਰੀ ਗੱਲ ਸਮਝ ਜਾਏਗੀ। ਚੰਗਾ ਮੈਂ ਚੱਲਦਾ, ਤੁਸੀਂ ਵਿਆਹ ਦੀ ਤਿਆਰੀ ਕਰੋ, ਅਗਲਿਆਂ ਨੇ ਵੀ 10 ਦਿਨਾਂ ਵਿੱਚ ਵਿਆਹ ਮੰਗਿਆ। ਵਾਹਿਗੁਰੂ। ਮੰਮੀ ਕੀ ਕਹਿੰਦੇ ਸੀ ਫੁੱਫੜ ਜੀ? ਮਾਫ ਕਰਿਓ ਪਰ ਮੈਨੂੰ ਇੰਨਾ ਕੁ ਸੁਣਿਆ ਕਿ ਉਹ 10 ਦਿਨਾਂ ਨੂੰ ਵਿਆਹ ਮੰਗ ਰਿਹਾ। ਕੀ ਹੋਇਆ ਇਹਨੂੰ ਦੱਸ ਕਿਉਂ? ਫਿਕਰ ਨਾ ਕਰੋ, ਤੁਹਾਡਾ ਖਰਚਾ ਨਹੀਂ ਹੋਣ ਦਿੰਦੀ। ਕੱਪੜੇ ਮੈਂ ਖੁਦ ਸੀ ਲੈਣੇ ਆ ਤੇ ਕੋਟੀਆਂ ਸਵੈਟਰ ਅਸੀਂ ਮਾਵਾਂ ਧੀਆਂ ਬੁਣ ਲਾਂਗੀਆਂ। ਮੰਮੀ ਤੁਸੀਂ ਸਹੇਲੀ ਹੋ ਨਾ ਮੇਰੀ, ਦੱਸੋ ਮੈਨੂੰ ਕੀ ਗੱਲ ਹੈ, ਕੋਈ ਪਰੇਸ਼ਾਨੀ ਵਾਲੀ ਗੱਲ ਆ? ਤੇਰਾ ਵਿਆਹ ਸਰਦਾਰਾਂ ਦੇ ਘਰ ਤਾਂ ਹੋ ਰਿਹਾ ਪਰ? ਹਾਂ ਮੈਨੂੰ ਪਤਾ, ਉਹ ਜੱਦੀ ਸਰਦਾਰ ਵੱਜਦੇ ਨੇ ਚਾਸੋ ਨੇ। ਹੁਣ ਤੇਰਾ ਵਿਆਹ ਵੱਡੇ ਸਰਦਾਰਾਂ ਵੱਲ ਨਹੀਂ ਸਗੋਂ ਛੋਟੇ ਸਰਦਾਰਾਂ ਵੱਲ ਹੋ ਰਿਹਾ। ਕੀ ਮਤਲਬ? ਮੈਂ ਸਮਝੀ ਨਹੀਂ। ਮਤਲਬ ਤੇਰਾ ਵਿਆਹ ਜਗਤਾਰ ਸਿੰਘ ਦੇ ਪੁੱਤਰ ਜਸ ਨਾਲ ਨਹੀਂ, ਸ਼ਮਸ਼ੇਰ ਸਿੰਘ ਦੇ ਪੁੱਤਰ ਜੀਤੇ ਨਾਲ ਹੋ ਰਿਹਾ। ਕੀ ਮੰਮੀ ਤੁਸੀਂ ਇਹ ਸੋਚ ਵੀ ਕਿਵੇਂ ਸਕਦੇ ਹੋ? ਮੈਂ ਜੀਤੇ ਨੂੰ ਆਪਣਾ ਦਿਓਰ ਹੀ ਨਹੀਂ ਬਲਕਿ ਆਪਣਾ ਭਰਾ ਮੰਨਦੀ ਹਾਂ। ਮੈਂ ਸਾਰੀ ਉਮਰ ਕਦੀ ਕਿਸੇ ਵੱਲ ਅੱਖ ਚੱਕ ਕੇ ਨਹੀਂ ਦੇਖਿਆ, ਪੜ੍ਹਾਈ ਵੀ ਕੀਤੀ ਤੇ ਸਿਰ ਨੀਵਾਂ ਕਰਕੇ ਤਾਂ ਕਿ ਤੁਹਾਡਾ ਸਿਰ ਉੱਚਾ ਹੋ ਸਕੇ। ਮੈਂ ਜਸ ਨੂੰ ਆਪਣਾ ਸਭ ਕੁਛ ਮੰਨ ਚੁੱਕੀ ਹਾਂ, ਮੇਰੇ ਤੋਂ ਨਹੀਂ ਹੋਣਾ। ਮੈਂ ਵੀ ਕੀ ਕਰਦੀ ਪੁੱਤ, ਤੈਨੂੰ ਤਾਂ ਪਤਾ ਹੀ ਹੈ ਤੇਰੇ ਬਾਪੂ ਦੇ ਜਾਣ ਮਗਰੋਂ ਸਾਡੇ ਘਰ ਦੇ ਕੀ ਹਾਲਾਤ ਸੀ। ਇਹ ਤਾਂ ਤੇਰੇ ਫੁੱਫੜ ਜੀ ਸੀ ਜਿਨ੍ਹਾਂ ਨੇ ਸਾਡੀ ਬਾਂਹ ਫੜੀ ਤੇ ਤੇਰੀ ਪੜ੍ਹਾਈ ਲਿਖਾਈ ਪੂਰੀ ਕਰਾਈ। ਹੁਣ ਜਦ ਉਹਨਾਂ ਦੀ ਜ਼ੁਬਾਨ ਪੁਗਾਣ ਦਾ ਵੇਲਾ ਆਇਆ ਤਾਂ ਮੈਂ ਕਿਵੇਂ ਪਿੱਛੇ ਹਟ ਜਾਂਦੀ? ਮੰਮੀ ਫੁੱਫੜ ਜੀ ਦੀ ਗੱਲ ਪੁਗਾਣ ਖਾਤਰ ਤੁਸੀਂ ਮੇਰੇ ਅਰਮਾਨਾਂ ਦਾ ਗਲਾ ਘੋਟ ਸਕਦੇ ਹੋ, ਆਪਣੀ ਧੀ ਨੂੰ ਜਿਉਂਦੇ ਜੀ ਮਾਰ ਸਕਦੇ ਹੋ। ਪਰ ਤੂੰ ਇਹ ਵੀ ਤਾਂ ਦੇਖਣਾ ਇਹਦੇ ਵਿੱਚ ਸਾਡੀ ਕੀ ਗਲਤੀ ਹੈ। ਜਸ ਹੋਰਾਂ ਨੇ ਆਪ ਆਪਣੇ ਮੂੰਹੋਂ ਇਸ ਰਿਸ਼ਤੇ ਨੂੰ ਨਾ ਕੀਤੀ ਹੈ, ਸ਼ਗਨ ਵਾਲਾ ਸਮਾਨ ਤੇਰੇ ਫੁੱਫੜ ਜੀ ਦੇ ਮੂੰਹ ਤੇ ਦੇ ਮਾਰਿਆ। ਇਹ ਤਾਂ ਮਿੰਦੋ ਭੈਣ ਜੀ ਸੀ ਜਿਨ੍ਹਾਂ ਨੇ ਸਾਡੀ ਇੱਜ਼ਤ ਰੱਖ ਲਈ, ਹੁਣ ਭਲਾ ਤੂੰ ਦੱਸ ਇਹਦੇ ਵਿੱਚ ਸਾਡਾ ਕੀ ਕਸੂਰ ਹੈ? ਇਹ ਗਲਤ ਹੈ।
हाँ फड़, हाँ तेरे बापू दी पाक है, तू ऐसा कर, तू एनु रोल दे, फिर तेरे जो जी चाहे, तू वही कर। जी गल बापू जी दी पाक दी है ना, ते मैनू मंजूर है। मैं हाथ बन दिया मैनू बेवफा ना बोली, जो भेद सी अपने किसे होर नाल ना खोली, रोंदी रोंदी ने हालात नाल सजना भावे समझौते कर ले ने, मैं ओदे नाल केड़ा सुखी वस जाना जिदे नाल मापे तेज रहे ने, मैं ओदे नाल केड़ा सुखी वस जाना जिदे नाल मापे भेज रहे ने। सत श्री अकाल बेबे। कते सोचा नहीं सीगा भी साडे नाल भी कदे कुछ होऊगा। की गल बेबे, परेशान जी लगदी आ, की होया? शरीक जमीन वंडदे तां बहुत सुने सी, पर साडे शरीकां ने तां हद ही करती, जमीन दे नाल नाल तेरी जनानी भी वंड ली। ये की कह रही बेबे तू, तू होश तां है? मैं तां होश च, पर जदों तेनू असलियत पता लगी ना तेरे होश जरूर उड़ जाएंगे। बड़ा चाची चाची करता सी ना तू, अगली ने तेरा रिश्ता तुड़वा के अपने पुत्र नु कर लिया। चाची, हाँ चाची, जो है बेबे कहती की वो सच है? क्यों, तेनू अपनी मां दे कहते भरोसा नहीं कि मेरे मुंह सुनना चाहना? सुना देनी है, ले सुन फिर। हाँ मैं अपने मुंडे का रिश्ता करता उथे, पर तेनू पता मैं वो रिश्ता कह के लिया सी, मैं ते रूप एक दूजे नूं पसंद करदे आ। अपनी जबान ते लगाउंदे जस्सिया, रूप हुण इस घर दी होण वाली नूह आ, तो मैं ये बर्दाश्त नहीं करूंगी कि कोई इस तरह मेरी नूह दा नाम ही अपनी जबान ते लवे। खबरदार जे अज तो बाद ओदे बारे इंज सोचिया भी ते टोटे कर दूं। तू मेरे पुत्र नूं हाथ तला के देख, ये देख मैं की करदी आ। बेबे तू की गई है, पहले लोकां दे मुंह ते समान मारदे जे ते फिर आ जांदे जे गल्लां पुछण, शर्म नहीं आउंदी? चलो तुरदे हो, ला जा ना तू। चाची वाहेगुरु मेहर करी। वाहेगुरु, सत श्रीकाल बापू जी। तुसी एदां चुप क्यों हो सरदार जी? एदां चुप रहन नाल फायदा नहीं उल्टा नुकसान ही होना ते वधदा ही जाना है। पहलां आपस विच ही सरदारां दी लड़ाई, फिर पैली दी वंड, ते हुण विआह। मैं ठीक क्या ना सरदार जी? गोगी सिया, जे साडे करन जोगा हुंदा असां तां कदों दा कर लैणा सी। मैं तां हुण उस वेले नूं डीकदा कि मेरे सवास पूरे होण तक मैं अपने दोनों पुत्रां नूं इकट्ठे होए वेखां। आए ना कहो सरदार जी। बापू जी तुसीं तां वड्डे हो, तुहाडा कहिणा किन्ने मोड़ना? हाँ तुसीं इक वारी गल तां करके देखो। गोगी सिया, हाँ जी, जद बंदा खुद गर्जी दे घोड़े ते सवार हो जाए, जां तां उहनूं पई ठोकर ठीक करदी आ जां वेले दी चपेड़, ए तां हुण समां ही दसो। बस सरदार जी ये देख लो, किते ए ना होवे कि देर हो जावे ते वेला हथों निकल जावे। ओ कमलियो, आखर नूं मेरा खून अवाला तां मारू, नाले कहिंदे हुंदे आ ना अखे नौहां नालों मास कदे वख नहीं हुंदा,
बस तुसीं मालक अगे अरदास करो। हे वाहिगुरु वाहिगुरु मेहर करी। ले जस्से पुत दूध पीला। नहीं बेबे मन नहीं मेरा। पीला पुत ले दस। एक तो तू सारी रात सुता नहीं, दूसरा तू तड़के तो उठ के इधर उधर तुरे फिरदा, आ हुण तू इनू कुचन लग गया। पीला पुत हाथी इन्हें जवाक का भी कुछ नहीं पता लगता वा, एवं आकड़े रेंदे तीजे के दिन ना कुछ खांदे ना पींदे। लिया मैनू फड़ा, मैं पिया के वेखदा। हाँ जस्से। ओ जस्से। हाँ जी। आप के तो ही जाना पुत, किसी नु आख देना सी या आपा बारों तो आ लेंदे हैं। ओ गोगी हुण कोई होर काम कर लेंगे बापू जी, वैसे भी मैं वेला ही बैठा सीगा। चल चंगा, ले फेरा दोता पीला। नहीं बापू जी मन नहीं मेरा। जस्से पुत्र मैथों तेरा उदास चेहरा नहीं वेख्या जांदा। नहीं बापू जी तुसी एवं सोची जाने हो, थोनू लगता है गल्लां मेरे तो कोई असर पा सकदियां ने। जिससे मैं तेरा प्यो हाँ, औलाद दे चेहरे की निक्की जी उदासी मापियां दे दिल नू चंजोड़ के रख दिंदी है। तेरा चेहरा तो उदासी नाल भरिया पिया। मेरी गल मन्ने तां अपने मामे कोले चला जा, नाले तेरा मन बदल जूगा। इदा ना करो बापू जी, कम से कम इत्थे रह के मैं देखता। यही तो मैं नहीं चाहता कि तू इत्थे रह के सब कुछ वेखे। पुत्र मैं तेनों आखिरी बार कह रहा, अपने मामे कोले चला जा, ते मेरा हुक्म भी है। जे तुहाडे हुक्म दी गल आ बापू जी तां मैनूं मन सुणा। जिउंदा रहे। भारत देश दी वड्डी प्राप्ति खेडां विच मारियां मल्लां। वैसे बजुर्गो एक गल तां है, खेडां ने नशे चढ़ा दे। सत श्री अकाल जी। सरदार जी कहिंदे मुंडे दा ब्याह रखता। तुहानूं वी वधाइयां बाई जी, बस पता ही नहीं लग्या काली काली सारा कुछ हो गया जी। लो जी बड़े चरां बाद इस परिवार विच सगन प्यार होण लग्या, हुण तां सरपंच साहब पवगे पूरा भरतू। तू भी जबलियां मानो ना हटी, सरपंच नाल उहदा अड्ड होया शेरा, उह किवें आऊ के आऊ। हां जी आऊगा जी, भाई भाई जरूर आऊगा जी। ओ भलिओ तुहानूं पता भज्जियां बाहवां मुड गले नूं आउंदियां ने। बाबा गल तां तेरी सही है, गल्लां तां घरां विच हुंदियां रहिंदियां ने, इह थोड़ी है वी टुट के बह जाओ। ਜਦੇ ਨੋਹਾਂ ਨਾਲੋਂ ਹੀ ਮਾਸ ਅੱਟ ਹੋਇਆ ਹੋਏ, ਆਪਣੇ ਤਾਂ ਆਪਣੇ ਹੁੰਦੇ ਆ। ਸਤਿ ਸ਼੍ਰੀ ਅਕਾਲ, ਮੈਂ ਉਹ ਕਹਿਣਾ ਸੀ ਕਿ ਕਾਕੇ ਦੀ ਫਲਾਈਟ ਨਾ ਮਿਸ ਕਰਾ ਦੀ, ਟਾਈਮ ਸਿਰ ਆ ਜੀ ਤੂੰ। ਚੰਗਾ ਠੀਕ ਹੈ। ਹਾਂ ਬਈ तैयारी होगी सारी? हाँ जी बापू जी होगी जी तैयारी। बेटा डब्बा रख ला, इस च पिनियां ने, नाले तू खा ली उत्थे, नाले अपने मामे दे दी। हाँ जी बेबे। ओ मेरा मुंडा है। Hello.
फायर कढ़ने ये तो पटाके चला रहे ने ना पर आप पटाके पाने आप पिंड वाले नूं तां पता लगे कि जसे दे छोटे भरा दा विआह है कोई छोटी मोटी गल है मेरे लिए मेरे भरा की जबान नालों वड्डी कोई चीज नहीं भाई सौ लगे मैं जे सत जन्म लावा ना ते सत्ते जन्म तू मेरा वड्डा भरा हो तेरे अर्गा भरा नहीं लभना मैनू भाई वैसे उन्हां दे घर दा माहौल की हो पहला अगली जस्से नूं मिलदी रही हुण जीते नाल वेही जाऊ चल उन दोनों दे सुभा दा पता लग जाऊ भाई वैसे दोवां भरावां नाल ना धोबी दे कुत्ते वाली होई ना करदे रहे ते ना काटदे होर हुण ना इक पिंड च बण जोगा रहा दूजा ना घर तों निकल जोगा रहा धर्म नाल ਦੁਸ਼ਮਣੀ ਪਗਾਉਣ ਦਾ ਨਜ਼ਾਰਾ ਤਾਂ ਹੋਣਾ ਹੈ ਦੁਸ਼ਮਣਾਂ ਨੂੰ ਵੱਢ ਕਰਕੇ ਓਏ ਮੂਰਖੋ ਦੁਸ਼ਮਣੀ ਪਗਾਉਣ ਦਾ ਸਵਾਦ ਦੁਸ਼ਮਣ ਨੂੰ ਵੱਖ ਕਰਕੇ ਨਹੀਂ ਦੁਸ਼ਮਣ ਨੂੰ ਖਤਮ ਕਰਕੇ ਆਉਂਦਾ ਜੇਤਕੀ ਵਾਲੇ ਜੌਹਰ ਨੂੰ ਫੋਨ ਲਾ ਓਏ ਓ ਭਈਆ ਹਮਾਰੀ ਗੱਲ ਸੁਣੋ ਯਾਰ ਹਮਨੇ ਆਪਕੋ ਪਹਿਲੀ ਵਾਰ ਪਾਠੇ ਲਾਣੇ ਕੋ ਕਹਾ ਹੈ जहाँ अपने दो पांडे लेके आनी है वहाँ तीन पांडे ले आओ तो आपको पटमेली पड़ती है हैं पटमेली क्या होंदी है ओए मैं तेनु बाद च दसूंगा पहला पाठे हैं नहीं लाएगा हाँ तो ठीक है फिर आगे से हमको कोई काम मत कहना ताके खाओ जाओ यार हाँ चौल खानी जात है ओए लाडू तू अभी तक तैयार नहीं हुआ और मेरा मतलब है तू अजे तक तैयार नहीं होया ओए हैं सरे आई पे अजकल दे मुंडिया का भी ਜਿਵੇਂ ਗੋਡਿਆਂ 'ਚ ਪਾਣੀ ਪਿਆ ਹੁੰਦਾ ਤਿਆਰੀ ਵੀ ਇਹਨਾਂ ਦੀ ਰਾਜਾ ਮਹਾਰਾਜਿਆਂ ਵਾਲੀ ਹੈ ਤਿਆਰ ਤਾਂ ਹੋਵੇ ਨਾ ਬਾਪੂ ਜੇ ਬੰਦੇ ਨੂੰ ਖੁਸ਼ੀ ਹੋਵੇ ਕੋਈ ਮੈਂ ਨਹੀਂ ਜਾਣਾ ਕੀ ਕਿਹਾ ਓਏ ਓਏ ਅਸੀਂ ਸਾਰੀ ਉਮਰ ਉਹਨਾਂ ਦਾ ਖਾਧਾ ਜੇ ਅਸੀਂ ਉਹਨਾਂ ਦੀਆਂ ਖੁਸ਼ੀਆਂ 'ਚ ਸ਼ਾਮਿਲ ਨਾ ਹੋਏ ਤਾਂ ਲੋਕ ਕੀ ਕਹਿਣਗੇ
तेनू कहा भाई व्याह ते चल तू ओ नहीं जांदा तेनू उन्ना ने कहा भी जस्से नू हवाई अड्डे ते छड्या ओथे तू नहीं जांदा फिर तू जाएगा किथे बापू असी यार तीन सी दो कदे भी नहीं सी जे मैं उन्ना दे जाना मेरा ये टुटदा है जे इन्ना दे जाना मेरा वो टुटदा है मैं जाना ही नहीं किथे भैन भी नहीं आई तेरी उधर वाग गुंदन वास्ते की आंदे सारे ਉਹਨੂੰ ਮੈਂ ਮਨਾ ਕਰਤਾ ਬਾਪੂ ਕਿਉਂ ਮੈਂ ਕਿਹਾ ਜੇ ਤੂੰ ਵਿਆਹ 'ਤੇ ਆਈ ਨਾ ਤੇਰਾ ਰੱਖੜੀ ਦਾ ਇੱਕ ਗੁੱਟ ਘੱਟ ਜਾਣਾ ਰੱਖੜੀ ਦਾ ਜਦੋਂ ਇੱਕ ਗੁੱਟ ਘੱਟਦਾ ਨਾ ਭੈਣ ਨੂੰ 500 ਰੁਪਏ ਦਾ ਨੁਕਸਾਨ ਹੁੰਦਾ ਤੂੰ ਜਾ ਬਾਪੂ ਉਹਨੇ ਨਹੀਂ ਆਉਣਾ ਹੁਣ ਠੀਕ ਹੈ ਤੇਰੀ ਮਰਜ਼ੀ ਜਾਣਾ ਜਾ ਨਹੀਂ ਜਾਣਾ ਨਾ ਜਾ ਮੈਂ ਚੱਲਿਆ ਬਰਾਤ ਰੇੜਾ ਫੜ ਤੇ ਖੇਤੋਂ ਪੱਠੇ ਲਿਆ ਕੇ ਡੰਗਰਾਂ ਨੂੰ ਪਾ ਕਿਤੇ ਸਾਰੀ ਦਿਹਾੜੀ ਭੁੱਖੇ ਨਾ ਬੈਠੇ ਰਹਿਣ ਸਮਝ ਗਏ ਬਾਪੂ ਇਹ ਤਾਂ ਦੱਸ ਦੇ ਪੌਣੇ ਕਿਹਨਾਂ ਦੇ ਆ ਇੱਧਰ ਵਾਲੇ ਆ ਉੱਧਰ ਵਾਲਿਆਂ ਦੇ ਹੋਰ ਕਿਤੇ ਮੱਝਾਂ ਲੜਦੀਆਂ ਫਿਰ ਪੈਣਾ ਬਾਪੂ ਜੀ ਜਿਉਂਦਾ ਰਹਿ ਪੁੱਤਰ ਬਾਪੂ ਜੀ ਆ ਜੀਤੇ ਦੇ ਹਿੱਸੇ ਦਾ ਪ੍ਰਸ਼ਾਦ ਆ ਤੁਹਾਨੂੰ ਦੇ ਦਿਓ ਆਪਣਾ ਖਿਆਲ ਰੱਖੀ ਪੁੱਤਰ ਨਾਲੇ ਇਸ ਬੁੱਢੇ ਦਾਦੇ ਨੂੰ ਯਾਦ ਕਰਦਾ ਰਹੀ तार हो गए बसों बार हो गए इश्क च मिली आस जावां आवे हुण चैन ना यारा दिन रहन ना हाल मैं किसनू सुनावां जिगर च होवे कुछ भुल बैठे सुध बुध एनी छेती रंग क्यों वटा गए इनी छेती रंग क्यों वटा गए जान तो प्यार जेड़े सी कदे ओही साडी जान लैण आ गए जान तो प्यार जेड़े सी कदे ओही साडी जान लैण आ गए किन्ने पैसे चाहिए जे कुड़ियो असी ते जीजा जी तो पूरे 5100 लेने आ गल सुन छोटे जद मेरे छोटे पुत्र दा व्याह होया ना रिबन कटाई दे दियां सालियां भावे 5100 मंगण ते भावे 2100 आपा 1000 ही देना है पता तां लगे जद्दी सरदारां दे मुंडे दा व्याह है क्यों बई आलो 21000
ਸੋਚਿਆ ਸੀ ਨਹੀਂ ਕਦੇ ਵੀ ਦਿਨ ਆਉਣਗੇ ਹੱਸਦਿਆਂ ਵੱਸਦਿਆਂ ਨੂੰ ਰਵਾਉਣਗੇ ਸੋਚਿਆ ਸੀ ਨਹੀਂ ਕਦੇ ਵੀ ਦਿਨ ਆਉਣਗੇ ਹੱਸਦਿਆਂ ਵੱਸਦਿਆਂ ਨੂੰ ਰਵਾਉਣਗੇ ਕਿਤੋਂ ਕੀ ਹੋ ਗਿਆ ਸਭ ਲੱਗੇ ਮੋ ਗਿਆ ਸਾਨੂੰ ਗਮ ਹੌਲੀ ਹੌਲੀ ਖਾ ਗਏ ਸਾਨੂੰ ਗਮ ਹੌਲੀ ਹੌਲੀ ਖਾ ਗਏ ਜਾਨ ਤੋਂ ਪਿਆਰ ਜਿਹੜੇ ਸੀ ਕਦੇ ਉਹੀ ਸਾਡੀ ਜਾਨ ਲੈਣ ਆ ਗਏ ਜਾਨ ਤੋਂ ਪਿਆਰ ਜਿਹੜੇ ਸੀ ਕਦੇ ਉਹੀ ਸਾਡੀ ਜਾਨ ਲੈਣ ਆ ਗਏ ਕਰੀਆਂ ਸਦਾ ਅਸੀਂ ਜਿਨ੍ਹਾਂ ਲਈ ਦੁਆਵਾਂ ਅੱਜ ਉਹੀ ਦੇਖ ਕੇ ਬਦਲ ਗਿਰਾਵਾਂ ਕਰੀਆਂ ਸਦਾ ਅਸੀਂ ਜਿਨ੍ਹਾਂ ਲਈ ਦੁਆਵਾਂ ਅੱਜ ਉਹੀ ਦੇਖ ਕੇ ਬਦਲ ਗਿਰਾਵਾਂ ਸਮਝ ਦੀਵਾਨਿਆਂ ਚ ਨਿਕਲੇ ਬੇਗਾਨਿਆਂ ਚ ਆਪਣਾ ਬਣਾ ਕੇ ਮੂੰਹ ਘੁਮਾ ਗਏ ਆਪਣਾ ਬਣਾ ਕੇ ਮੂੰਹ ਘੁਮਾ ਗਏ ਜਾਨ ਤੋਂ ਪਿਆਰ ਜਿਹੜੇ ਸੀ ਕਦੇ ਉਹੀ ਸਾਡੀ ਜਾਨ ਲੈਣ ਆ ਗਏ ਜਾਨ ਤੋਂ ਪਿਆਰ ਜਿਹੜੇ ਸੀ ਕਦੇ ਉਹੀ ਸਾਡੀ ਜਾਨ ਲੈਣ ਆ ਗਏ ਸੁਣੀ ਨਾ ਮੇਰੀ ਇੱਕ ਵੀ ਮੈਂ ਤੈਨੂੰ ਬਾਰ ਬਾਰ ਕਹਿੰਦਾ ਰਿਹਾ ਵੀ ਜੀਤੇ ਦੀ ਮਰਜ਼ੀ ਤੋਂ ਬਿਨਾਂ ਇਹ ਕੰਮ ਨਾ ਕਰ ਨਾ ਕਰ ਨਾ ਕਰ ਸੁਣੀ ਪਚ ਗਿਆ ਮੈਨੂੰ ਕੀ ਪਤਾ ਸੀ ਜੀਤਾ ਹਾਂ ਕਦਮ ਚੁੱਕ ਲੂ ਜੇ ਕੋਈ ਗੱਲ ਸੀ ਤਾਂ ਮੈਨੂੰ ਤਾਂ ਦੱਸ ਦਿੰਦੀ ਰਿਸ਼ਤਾ ਟੁੱਟਣ ਦੀ ਬਦਨਾਮੀ ਤਾਂ ਮੈਂ ਚੜ ਲੈਂਦਾ ਘੱਟੋ ਘੱਟ ਆ ਖੇਤ ਨਾ ਮੇਰੇ ਸਿਰ ਚ ਪੈਂਦੀ ਤੇ ਮੁੰਡਾ ਹੀ ਵਿਆਹ ਤੋਂ ਭੱਜ ਗਿਆ ਉਦੋਂ ਤਾਂ ਤੂੰ ਵੀ ਮੇਰੇ ਸਿਰ ਤੇ ਤਲਵਾਰ ਲਟਕਾਈ ਸੀ ਵੀਰੇ ਮੈਂ ਫਿਰ ਕੀ ਕਰਦੀ ਆਪਣਾ ਭਰਾ ਥੋੜਾ ਛੱਡ ਸਕਦੀ ਸਾਂ ਇਹ ਤੂੰ ਤਾਂ ਭਰਾ ਹੀ ਛੱਡ ਦਿੱਤੀ ਮੁੰਡਾ ਤਾਂ ਬਚ ਜਾਂਦਾ ਸਰਦਾਰ ਜੀ ਇਹੋ ਜੀ ਕੋਈ ਗੱਲ ਨਹੀਂ ਜੀਤਾ ਹਸਪਤਾਲ ਗਿਆ ਆਪਾਂ ਬੰਦੇ ਵੀ ਬੁਲਾ ਲਏ ਤੇ ਉਹ ਬਰਾਤ ਵੀ ਲੰਘ ਗਈ ਪਰ ਹੁਣ ਆਪਾਂ ਕਰਨਾ ਕੀ ਹੈ ਹਾਂ ਤੁਸੀਂ ਨਾ ਸਿਰੇ ਦੇ ਬੁੱਚੋ ਪਤਾ ਨਹੀਂ ਤੁਹਾਨੂੰ ਜਦੋਂ ਜੱਟ ਵਿਆਹ 'ਚ ਦਾਰੂ ਪੀ ਲੈਂਦੇ ਆ ਫਿਰ ਕੀ ਕਰਦੇ ਹੁੰਦੇ ਆ ਮੱਛਰ ਕੇ ਖੈਰ ਨਹੀਂ ਕਰਦੇ ਹੁੰਦੇ
याद है मानसाला कांड, जे डांसर दे मत्थे च गोली बज सकती है तो वही जब मिलता जुलता कांड इतनी हो सकता है। लड्डू लड्डू यस पापा, कॉलिंग जस्सा यस पापा, सिट्टो अंदर। गाड़ी रोक, गाड़ी रोक।
दस यार गोली ना मारी वीरे गोली ना मारी और ना यार तेन तेरे निके का वास्ता है मेरे निके ने मारी ना भाई यार तेरा भी छोटा भरा वीरे यार गोली ना मारी भाई तू गोली क्यों मारी सालिया कन खजूरी जी है पिस्तौल ले फिरदा वा भाई ना मारी ना मारी ना यार पता भरा है ना जान थोड़ी ले जान भाई यार बख्श दे यार वीरे ना यार गोली ना मारी यार बख्श दे यार गोली ना मारी यार चल 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 गोली मारनी सी मथे च मारदा निकया ਤੁਹਾਡੇ ਪੇਸ਼ੈਂਟ ਦਾ ਬਲੱਡ ਲਾਸ ਬਹੁਤ ਹੋ ਚੁੱਕਿਆ ਤੇ ਉਹਨਾਂ ਦਾ ਬਲੱਡ ਗਰੁੱਪ ਓ ਨੈਗੇਟਿਵ ਹੈ ਤੇ ਸਾਨੂੰ ਅਰਜੈਂਟਲੀ ਬਲੱਡ ਦੀ ਲੋੜ ਹੈ ਤੇ ਸਾਡੇ ਬਲੱਡ ਬੈਂਕ 'ਚ ਅਵੇਲੇਬਲ ਨਹੀਂ ਹੈ ਓ ਨੈਗੇਟਿਵ ਤੁਸੀਂ ਕਿਤੋਂ ਵੀ ਅਰੇਂਜ ਕਰੋ ਸਾਨੂੰ ਛੇਤੀ ਤੋਂ ਛੇਤੀ ਟ੍ਰਾਂਸਫਿਊਜ਼ ਕਰਨਾ ਪਏਗਾ वड्डे सियाणियो जिथे तुहाडियां पंचायतां ने जमीनां वंड दित्तियां उत्थे बच्चां दा खून भी वंड दिंदे बापू जी साडे तो बहुत वड्डी गलती हो गई बापू जी साडे तो गलती हो पेशेंट खतरे तो बाहर है जे तुसी मिलना चाहते हो तो मिल सकते शुक्र है रब शुक्र बापू जी हुण तो सानू माफ कर दिओ वैसे भी जे सवेर दा भुल्लिया शाम नू घर आ जाए उन्नू भुल्लिया तो नहीं ना कहिंदे ते फिर उन्नू की कहिंदे ने उन्नू मिंदो कहिंदे ने भाई की गल है मैनू भी मिंदो ही कहिंदे ने चसे वे कौन आया ਛੱਡਦਾ ਨੀ ਹੱਥ ਤੇਰਾ
शरीर दी भी तू ही हकदार है भुल के किसे दा कदे नाम भी ना लूंगा सूहे बुला वालिए छड़दा नहीं हाथ तेरा तेरा सी तेरा हाँ तेरा बन के मैं रहूंगा सूहे बुला वालिए ओ जीते क्यों नहीं टेंशन ली है ओ तू बापू बन नाला है भाई टेंशन नहीं हैगी पर साला दिल जा मैं समरी जांदा यार ओ खुश हो लो जी काका तो लिया हुण असी चक ते काका होया अपनी वड्डी मम्मी दा भाभी देख ता लैण दो देख 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 सोना ना आ कौन है आ कौन है वीरा ओ जदों लहू तो लहू विछड़दा तो फिर कुत्ते भी डराउंदे आ ते जदों भरा नाल होण ना तो पुत्रा शेर भी घबराउंदे आ ਪਤਾ ਲੱਗ ਜੂ ਤੈਨੂੰ ਵੀ ਬੰਦੇ ਅਣਖੀ ਕੀ ਹੁੰਦੇ ਲੱਗ ਜੂ ਪਤਾ ਓ ਬੰਦੇ ਅਣਖੀ ਕੀ ਹੁੰਦੇ ਸਮਾਂ ਭੁੱਲੂਗਾ ਤੇ ਆਉਣਗੀਆਂ ਨੇਰੀਆਂ ਤੇ ਅੱਖ ਮੇਰੇ ਸੱਤ ਤੇਰੇ ਰੱਖ ਕਦੇ ਮੈਂ ਜੇ ਤੈਨੂੰ ਦੱਸਾਂਗੇ ਕੀ ਹੁੰਦੀਆਂ ਦਲੇਰੀਆਂ ਤੇ ਅੱਖ ਮੇਰੇ ਸੱਤ ਤੇਰੇ ਰੱਖ ਕਦੇ ਮੈਂ ਜੇ ਤੈਨੂੰ ਦੱਸਾਂਗੇ ਕੀ ਹੁੰਦੀਆਂ ਬੜੀ ਪੁੱਛਲੀਆਂ ਹੁਣ ਨੀ ਲਗੌੜੀ ਉਹ ਖੰਘਦੀ ਆ ਤੇਰੇ ਵਰਗੀ ਛੰਗੀ ਆ ਬੜੀ ਪੁੱਛਲੀ ਹੁਣ ਨੀ ਲਗੌੜ ਮੂਰੇ ਖੰਘਦੀ ਨੀ ਪਾ ਕੇ ਤੂੰ ਕੋਲੋਂ ਮੈਂ ਟੱਪਣਾ ਜਿਵੇਂ ਫਾਟਕਾਂ ਤੋਂ ਰੇਲ ਗੱਡੀ ਲੰਘਦੀ ਓਏ ਆਪ ਤੋਂ ਛੋਟੇ ਨੂੰ ਵੀਰਾ ਕਿਹਾ ਕਰੇਗਾ ਆਪ ਤੋਂ ਛੋਟੇ ਨੂੰ ਚਾਚਾ ਕਿਹਾ ਕਰੇਗਾ ਜਦੋਂ ਕੱਟੋਲਾ ਚ ਪੁੱਤ ਤੇਰੇ ਫੇਰੀਆਂ ਤੇ ਅੱਖ ਮੇਰੇ ਸੱਤ ਤੇਰੇ ਰੱਖ ਕਦੇ ਮੈਂ ਜੇ ਤੈਨੂੰ ਲੱਗਦੇ ਫਰੀਦਕੋਟ ਨੂੰ ਤੂੰ ਗੱਲਾਂ ਕਰੇ ਕਿਹੜੀਆਂ ਮੇਰੇ ਸੱਤ ਤੇਰੇ ਰੱਖ ਕਦੇ ਮੈਂ ਤੈਨੂੰ ਦੱਸਾਂ